ਅੱਜ ਦੇ ਸਪੈਸ਼ਲ ਪ੍ਰੋਗਰਾਮ ਪਟਨੀਆਂ ਖਬਰਾਂ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਮੇਰੇ ਨਾਲ ਕੈਲਰੀ ਤੋਂ ਸਾਡੇ ਸਪੈਸ਼ਲ ਗੈਸਟ ਜੁੜ ਰਹੇ ਨੇ ਸੁਖਜਿੰਦਰ ਸਿੰਘ ਚੋਲਾ ਤੇ ਨਾਲ ਹੀ ਨਾਲ ਹਰਪ੍ਰੀਤ ਸਿੰਘ ਰੰਧਾਵਾ ਤੇ ਟੋਰਾਂਟੋ ਤੋਂ ਪਰਮਿੰਦਰ ਸਿੰਘ ਜੁੜ ਰਹੇ ਨੇ। ਅੱਜ ਅਸੀਂ ਜਿਹੜੀਆਂ ਪਹਿਲੀਆਂ ਪਟਨੀਆਂ ਖਬਰਾਂ ਆ ਰਹੀਆਂ ਨੇ ਖਾਸ ਕਰਕੇ ਪੰਜਾਬ ਤੋਂ ਜਿਹੜੀ ਖਬਰ ਆ ਰਹੀ ਆ ਕਿ ਜਿੰਦੇ ਤੇ ਸੁੱਖੇ ਤੇ ਜਿਹੜੀ ਮੂਵੀ ਬਣੀ ਸੀ ਕੇਂਦਰ ਸਰਕਾਰ ਨੇ ਜਾਂ ਸੈਂਸਰ ਬੋਰਡ ਨੇ ਉਸ ਨੂੰ ਅਪਰੂਵ ਜੁਲਾਈ ਦੇ ਵਿੱਚ ਕੀਤਾ ਸੀ। ਅਪਰੂਵ ਕਰਨ ਦੇ ਬਾਵਜੂਦ ਵੀ ਵਿਵਾਦਾਂ ਵਿੱਚ ਘਿਰੀ ਇਸ ਫਿਲਮ 'ਤੇ ਇੱਕ ਵਾਰੀ ਫੇਰ ਬੈਨ ਲਾ ਦਿੱਤਾ ਗਿਆ। ਇਹ ਫਿਲਮ ਕੱਲ੍ਹ ਨੂੰ ਸਾਡੇ ਇੱਥੇ ਕੈਨੇਡਾ, ਨੌਰਥ ਅਮੈਰੀਕਾ ਦੇ ਵਿੱਚ ਅਤੇ ਯੂਰਪ ਦੇ ਵਿੱਚ ਰਿਲੀਜ਼ ਹੋਣੀ ਆ, ਪਰ ਹਿੰਦੁਸਤਾਨ ਦੇ ਵਿੱਚ ਇਸ ਦੀ ਰਿਲੀਜ਼ 'ਤੇ ਬੈਨ ਲਾ ਦਿੱਤਾ ਗਿਆ। ਉਸ ਦੇ ਵਾਸਤੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਚੋਲਾ ਸਾਹਿਬ ਤੋਂ ਪਹਿਲਾਂ ਪੁੱਛਣਾ ਚਾਹਵਾਂਗੇ ਕਿ ਜਿਹੜਾ ਇਸ ਫਿਲਮ 'ਤੇ ਬੈਨ ਲਾਇਆ ਉਹ ਵਾਜਬ ਹੈ ਜਾਂ ਨਹੀਂ? ਤੁਰ ਸਾਹਿਬ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਸੈਂਸਰ ਬੋਰਡ ਜਿਹੜਾ ਉਹਨੇ ਇਸ ਜਿਹੜੀ ਨਵੀਂ ਫਿਲਮ ਆ ਰਹੀ ਆ ਉਹਦੇ ਉੱਤੇ ਬੈਨ ਜਿਹੜਾ ਆਇਦ ਕਰ ਦਿੱਤਾ। ਪਰ ਮੈਂ ਸਮਝਦਾ ਕਿ ਸੈਂਸਰ ਬੋਰਡ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਅਸੀਂ ਇਹਨੂੰ ਤੱਟ ਫੱਟ ਕੋਈ ਵੀ ਪ੍ਰਤੀਕਰਮ ਦੇਣ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਆ ਕਿ ਸੈਂਸਰ ਬੋਰਡ ਕਰ ਕੀ ਰਿਹਾ, ਕੀ ਜਿਹੜਾ ਇਸ ਫਿਲਮ 'ਤੇ ਬੈਨ ਲਾਇਆ ਉਹ ਵਾਜਬ ਆ ਕਿ ਨਹੀਂ। ਜੇ ਉਹਨੇ ਬੈਨ ਲਾਇਆ ਤਾਂ ਕਿਉਂ ਲਾਇਆ? ਕਾਰਨ ਹੈ ਕਿ ਕੋਈ ਵੀ ਜਿਹੜੀ ਫਿਲਮ ਬਣਦੀ ਆ ਉਹਦਾ ਸਮਾਜ ਦੇ ਉੱਤੇ ਪ੍ਰਤੱਖ ਅਤੇ ਅਪ੍ਰਤੱਖ ਇੱਕ ਬਹੁਤ ਵੱਡਾ ਪ੍ਰਭਾਵ ਜਾਂਦਾ। ਕਮਿਊਨਲ ਜਿਹੜੀ ਹੈਰਮਨੀ ਬਣਾਈ ਰੱਖਣ ਵਾਸਤੇ, ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਜਿਹੜੀ ਕੋਈ ਵੀ ਇੱਕ ਫਿਲਮ ਬਣਦੀ ਆ ਜਾਂ ਕੋਈ ਹੋਰ ਪ੍ਰੋਡਕਸ਼ਨ ਆਉਂਦੀ ਆ, ਸੈਂਸਰ ਬੋਰਡ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਕੀ ਇਹਦਾ ਜਿਹੜਾ ਮੈਸੇਜ ਆ ਉਹ ਸਹੀ ਤਰੀਕੇ ਨਾਲ ਸਮਾਜ ਦੇ ਵਿੱਚ ਜਾ ਰਿਹਾ। ਕੀ ਜੇ ਉਹ ਫਿਲਮ ਪ੍ਰਦਰਸ਼ਿਤ ਕੀਤੀ ਜਾਂਦੀ ਆ ਜਾਂ ਕੋਈ ਹੋਰ ਪ੍ਰੋਡਕਸ਼ਨ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਉਹਦੇ ਨਾਲ ਕੋਈ ਫਿਰਕਿਆਂ ਦੇ ਵਿੱਚ ਤਣਾਅ ਤਾਂ ਪੈਦਾ ਨਹੀਂ ਹੁੰਦਾ? ਕੀ ਉਹਦਾ ਦੇਸ਼ ਦੀ ਏਕਤਾ ਜਾਂ ਸੁਰੱਖਿਆ ਨੂੰ ਕੋਈ ਖਤਰਾ ਤਾਂ ਨਹੀਂ? ਕੀ ਉਹਦਾ ਕੌਮਾਂਤਰੀ ਜਾਂ ਕੌਮੀ ਪੱਧਰ 'ਤੇ ਕੋਈ ਗਲਤ ਪ੍ਰਭਾਵ ਤਾਂ ਨਹੀਂ? ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਸੈਂਸਰ ਬੋਰਡ ਵੱਲੋਂ ਜਿਹੜਾ ਵਾ ਇਹ ਫੈਸਲੇ ਲਏ ਜਾਂਦੇ ਨੇ। ਹੁਣ ਵੀ ਜੋ ਮੇਰੇ ਸਾਹਮਣੇ ਧਿਆਨ ਦੇ ਵਿੱਚ ਆਇਆ ਕਿ ਇਹ ਜਿਹੜੀ ਫਿਲਮ ਬਣੀ ਆ ਇਸ ਫਿਲਮ ਬਾਰੇ ਆਈ ਬੀ ਨੇ, ਜਿਹੜੀ ਇੰਟੈਲੀਜੈਂਸੀ ਬਿਊਰੋ ਆ, ਉਹਨੇ ਜਿਹੜਾ ਵਾ ਇਤਰਾਜ਼ ਪ੍ਰਗਟ ਕੀਤਾ ਔਰ ਸੈਂਟਰ ਗੌਰਮੈਂਟ ਦੀਆਂ ਕੁਝ ਹੋਰ ਏਜੰਸੀਆਂ ਨੇ ਵੀ ਇਤਰਾਜ਼ ਪ੍ਰਗਟ ਕੀਤਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਸਿੱਖ ਮੂਵਮੈਂਟ ਸੀ ਉਹਨੂੰ ਖਾਲਿਸਤਾਨੀ ਮੂਵਮੈਂਟ ਵੀ ਕਿਹਾ ਗਿਆ। ਉਸ ਦੌਰਾਨ ਜਿਹੜਾ ਵਾ ਏਜੰਸੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਉਹ ਵੀ ਉਹਦੇ ਨਾਲ ਜੁੜੀਆਂ ਰਹੀਆਂ। ਉੱਥੇ ਕਿੰਨਾ ਕੁਝ ਜਵਾਨੀ ਦਾ ਘਾਣ ਹੋਇਆ, ਪੰਜਾਬ ਦੇ ਵਿੱਚ ਕੀ ਕੁਝ ਹੋਇਆ, ਲੋਕਾਂ ਨੇ ਇੱਧਰ ਨੂੰ ਵਿਦੇਸ਼ਾਂ ਵੱਲ ਵੀ ਪਲਾਇਨ ਕੀਤਾ। ਪਰ ਇਸ ਦੇ ਬਾਵਜੂਦ ਜਿਹੜਾ ਵਾ ਨਾ ਉਹ ਏਜੰਸੀਆਂ ਕੀ ਕਰ ਰਹੀਆਂ ਨੇ ਜਾਂ ਸੈਂਸਰ ਬੋਰਡ ਕੀ ਕਰ ਰਿਹਾ, ਇਹ ਸਾਰਾ ਕੁਝ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ। ਮੇਰਾ ਭਾਵ ਇਹ ਆ ਵੀ ਸਾਨੂੰ ਇੱਕ ਤਰਫਾ ਕੋਈ ਵੀ ਇਹਦੇ ਬਾਰੇ ਫੈਸਲਾ ਨਹੀਂ ਲੈਣਾ ਚਾਹੀਦਾ ਕਿ ਅਸੀਂ ਇੱਕਦਮ ਉਸੇ ਵੇਲੇ ਇੰਟਾਇਰਲੀ ਸੈਂਸਰ ਬੋਰਡ ਨੂੰ ਨਿੰਦ ਦਈਏ ਵੀ ਇਹਨੇ ਬੜਾ ਗਲਤ ਕੀਤਾ ਜੀ। ਪਰ ਚੋਲਾ ਸਾਹਿਬ, ਜਦੋਂ ਅਸੀਂ ਜਾਣਦੇ ਹਾਂ ਕਿ 26/11 ਤੋਂ ਬਾਅਦ ਉੱਥੇ ਜਿਹੜੇ ਸਾਡੇ ਉੱਥੇ ਦੇ ਕਾਫੀ ਮਹਾਨ ਨਿਰਦੇਸ਼ਕ ਗਿਣੇ ਜਾਂਦੇ ਨੇ ਉਹ ਉੱਥੇ ਆਪਣੀ ਪੋਲੀਟੀਕਲ ਅਪਰੋਚ ਦੇ ਨਾਲ ਤਾਜ ਮਹਿਲ ਹੋਟਲ ਦੇ ਵਿੱਚ ਗਏ ਸੀ, ਜਦੋਂ ਉਸ ਵਰਗੇ ਘਟਨਾਕ੍ਰਮ ਤੇ ਮੂਵੀ ਬਣ ਸਕਦੀ ਆ ਤਾਂ ਜਿੰਦਾ ਤੇ ਜਿਹੜਾ ਸੁੱਖਾ ਇਹਨਾਂ ਨੂੰ ਸਿੱਖਾਂ ਦੇ ਜਿਹੜੇ ਸਫਿਆਂ ਦੇ ਵਿੱਚ ਸ਼ਹੀਦ ਵੀ ਕਰਾਰ ਦਿੱਤਾ ਜਾਂਦਾ ਤਾਂ ਉਹਨਾਂ ਦੀ ਹਿਸਟਰੀ ਬਾਰੇ ਜਾਣਨ ਦਾ ਜਾਂ ਪ੍ਰੇਰਨਾ ਸਰੋਤ ਦੇਣ ਦਾ ਸੈਂਸਰ ਬੋਰਡ ਨੂੰ ਕਿਵੇਂ ਫੈਸਲਾ ਲੈ ਲਿਆ ਕਿ ਜਦੋਂ ਤੁਸੀਂ ਐਡੇ ਵੱਡੇ ਘਟਨਾਕ੍ਰਮ ਜਿੱਥੇ ਵਿੱਚ ਐਡੀ ਵੱਡੀ ਅੱਤਵਾਦੀ ਕਾਰਵਾਈ ਹੋਈ ਹੋਵੇ ਤੇ ਦੂਜੇ ਪਾਸੇ ਚਾਹੇ ਸੈਂਟਰ ਗੌਰਮੈਂਟ ਚਾਹੇ ਪੰਜਾਬ ਗੌਰਮੈਂਟ ਉਹਨਾਂ ਨੂੰ ਅੱਤਵਾਦੀ ਕਹਿੰਦੀ ਆ, ਪਰ ਸਿੱਖਾਂ ਦੇ ਸਫਿਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਹੀਦ ਕਰਾਰ ਜ਼ਰੂਰ ਦਿੱਤਾ ਜਾਂਦਾ। ਜੇ ਉਹਨਾਂ ਦੀ ਹਿਸਟੋਰੀਕਲ ਇੰਪੋਰਟੈਂਸ 'ਤੇ ਕੋਈ ਮੂਵੀ ਬਣਦੀ ਆ ਤਾਂ ਉਸ ਦਾ ਸੈਂਸਰ ਬੋਰਡ ਕਿਉਂ ਵਿਰੋਧ ਕਰ ਰਿਹਾ? ਤੁਰ ਸਾਹਿਬ, ਬਿਨਾਂ ਸ਼ੱਕ ਜਿੰਦਾ ਅਤੇ ਸੁੱਖਾ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਆਪਣਾ ਇੱਕ ਮਕਾਮ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸ਼ਹੀਦ ਜਿਹੜਾ ਐਲਾਨਿਆ ਜਾ ਚੁੱਕਾ। ਪਰ ਮੈਂ ਸਮਝਦਾ ਕਿ ਉਹ ਇੱਕ ਸਿੱਖ ਕਮਿਊਨਿਟੀ ਦੇ ਸ਼ਹੀਦ ਨੇ ਬਿਨਾਂ ਸ਼ੱਕ, ਪਰ ਜਦੋਂ ਉਹਨੂੰ ਕੌਮੀ ਪ੍ਰੋਸਪੈਕਟਿਵ ਦੇ ਉੱਤੇ ਅਸੀਂ ਵੇਖਦੇ ਹਾਂ, ਇੱਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਮੁੱਦੇ 'ਤੇ ਵੇਖਦੇ ਹਾਂ, ਉਹ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਅੱਖਰ ਸਕਦੇ ਨੇ, ਉਹਨਾਂ ਨੂੰ ਕੌੜੇ ਵੀ ਲੱਗ ਸਕਦੇ ਨੇ। ਪਰ ਜਿਹੜੀ ਇਹ ਫਿਲਮ ਬਣਾਈ, ਮੈਂ ਸਮਝਦਾ ਕਿ ਜਿਹੜਾ ਫਿਲਮ ਦਾ ਪ੍ਰੋਡਿਊਸਰ ਆ, ਨਿਰਦੇਸ਼ਕ ਆ, ਉਹਨਾਂ ਦੀ ਬੜੀ ਅਹਿਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੇਸ਼ ਕੀ ਕਰ ਰਹੇ ਨੇ। ਉਹਨਾਂ ਨੇ ਹੁਣ ਇਸ ਫਿਲਮ ਦਾ ਜਿਹੜਾ ਨਾਂ ਸਿੱਧਾ ਹੀ ਜਿਹੜਾ
वो जिंदा सुखा के नाँ के उत्ते रखता उन्होंने असी कोई लुकवें ढंग के नाल भी आप इनू लबलेज कर सकते पेश कर सकते हाँ। हूँ कई रहा कि वह कहते भी जी कौड़ी दवाई आ कई रू लपेट के दे दौ काहे दे विच शहद दे विच बच्चे नू दे दिए तो वह कर लेंदा पर यह जिहड़ा सीधा ही जिहड़ा नाम लैके उन्होंने जो किया जा रहा वो जी है ना जी वे पद्धर से जी उत्थे कम्यूनिटी आबाद आ उन्होंने वास्ते सहन करना मेरा ख्याल आ मुश्किल आ। परमिंदर सिंह जी ਕੀ ਤੁਸੀਂ ਚੋੜਾ ਸਾਹਿਬ ਨਾਲ ਇਸ ਗੱਲ ਨਾਲ ਸਹਿਮਤ ਹੋ ਕਿ ਜਿਹੜੀ ਇਹ ਫਿਲਮ ਬਣਾਈ ਗਈ ਆ ਕਿਤੇ ਨਾ ਕਿਤੇ ਕਿਸੇ ਧਾਰਮਿਕ ਪ੍ਰਚਾਰ ਕਰਕੇ ਫਿਰਕੂਵਾਦ ਨੂੰ ਬੜਾਵਾ ਦੇ ਸਕਦੀ ਸੀ? ਫਿਰਕੂਵਾਦ ਨੂੰ ਰੋਕਣਾ ਸੈਂਸਰ ਬੋਰਡ ਦਾ ਇੱਕ ਫਰਜ਼ ਹੁੰਦਾ, ਇਸੇ ਫਰਜ਼ ਕਰਕੇ ਸੈਂਸਰ ਬੋਰਡ ਨੇ ਜੇ ਇਸ ਫਿਲਮ ਨੂੰ ਬੈਨ ਕੀਤਾ ਤਾਂ ਉਸ ਦੇ ਵਿੱਚ ਕੋਈ ਫਰਜ਼ ਨਹੀਂ? ਦਵਿੰਦਰ ਜੀ, ਜੇ ਦੇਖਿਆ ਜਾਵੇ ਤਾਂ 24 ਜੁਲਾਈ ਨੂੰ ਇਹ ਜਿਹੜੀ ਸੈਂਸਰ ਬੋਰਡ ਵੱਲੋਂ ਪਹਿਲਾਂ ਪਾਸ ਕੀਤੀ ਗਈ ਸੀ, 24 ਜੁਲਾਈ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਮੇਰੇ ਹਿਸਾਬ ਨਾਲ ਕਾਫੀ ਸਮਾਂ ਹੈਗਾ ਸੀ ਜਿਹਦੇ ਵਿੱਚ ਡਿਸੀਜਨ ਜਿਹੜਾ ਸੀਗਾ ਉਹ ਚਾਹੇ ਉਹ ਇੰਟੈਲੀਜੈਂਸ ਬਿਊਰੋ ਹੋਵੇ ਚਾਹੇ ਉਹ ਹੋਮ ਮਿਨਿਸਟਰੀ ਹੋਵੇ ਉਹ ਆਪਣੀ ਰਿਪੋਰਟ ਜਿਹੜੀ ਸੀਗੀ ਉਹ ਸੈਂਸਰ ਬੋਰਡ ਤੱਕ ਪਹੁੰਚਾ ਸਕਦੀ ਸੀਗੀ। ਸੋ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਹੀ ਕਿਉਂ ਕੀਤਾ ਗਿਆ? ਇਹ ਜਾਣ ਬੁੱਝ ਕੇ ਕੀਤਾ ਗਿਆ ਕਿ ਇਹ ਅਸੀਂ ਇਸ ਦੇ ਵਿੱਚ ਡਿੱਕਾ ਪਾਉਣਾ ਆ ਅਤੇ ਜਿਹੜੇ ਇਹਦੇ ਇਸ ਫਿਲਮ ਦੇ ਪ੍ਰੋਡਿਊਸਰ ਹੈਗੇ ਉਹਨਾਂ ਨੂੰ ਫਾਈਨੈਂਸ਼ੀਅਲ ਲਾਸ ਵੀ ਹੋਵੇ ਇਹਦੇ ਨਾਲ ਦੀ ਨਾਲ ਕਿ ਉਹਨਾਂ ਨੇ ਉਹਨਾਂ ਦੀ ਫਿਲਮ ਇੱਥੇ ਰਿਲੀਜ਼ ਵੀ ਨਾ ਹੋਣ ਦਿੱਤੀ ਜਾਵੇ ਕਿਉਂਕਿ ਆਲਰੇਡੀ ਇਹ 11 ਸਤੰਬਰ ਦੀ ਉਹਨਾਂ ਨੇ ਪਹਿਲਾਂ ਵੀ ਇਹ ਡੇਟ ਜਿਹੜੀ ਆ ਮੇਰੀ ਵੀ ਇੱਥੇ ਗੱਲ ਹੋਈ ਸੀ, ਸਾਡੇ ਕੋਲ ਵੀ ਇੱਥੇ ਆਏ ਸੀਗੇ ਸਿੰਘ ਸਾਹਿਬ ਅਤੇ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਕਿ ਅਸੀਂ ਇਹ ਡੇਟ ਪਹਿਲਾਂ ਵੀ ਇੱਕ ਵਾਰੀ ਵਧਾ ਚੁੱਕੇ ਹਾਂ ਅਸੀਂ ਡੇਟ ਅਤੇ ਹੁਣ ਇਹ 11 ਸਤੰਬਰ ਜਿਹੜੀ ਅਸੀਂ ਫਾਈਨਲ ਕੀਤੀ ਆ। ਸੋ ਜਦੋਂ ਤੁਸੀਂ ਆਲਰੇਡੀ ਉਹ ਫਿਲਮ ਨੂੰ ਤੁਸੀਂ ਪਾਸ ਕਰਨ ਲਈ ਅੱਗੇ ਪਾ ਦਿੱਤਾ ਆ ਅਤੇ ਇੰਟੈਲੀਜੈਂਸ ਬਿਊਰੋ ਕੋਲੋਂ ਵੀ ਰਿਪੋਰਟ ਜਿਹੜੀ ਆ ਉਹ ਹੁਣੀ ਆਉਣੀ ਸੀਗੀ ਅਤੇ ਹੁਣੀ ਇਹਨਾਂ ਨੇ ਕਰਨਾ ਸੀਗਾ, ਉਹਦੇ ਪਿੱਛੇ ਕੋਈ ਨਾ ਕੋਈ ਵੱਡੀਆਂ ਸਾਜ਼ਿਸ਼ਾਂ ਜੁੜੀਆਂ ਹੋਈਆਂ। ਇਹ ਜ਼ਰੂਰੀ ਨਹੀਂ ਹੈਗਾ ਕਿ ਹੁਣ ਇਹਦੇ ਵਿੱਚ ਇਕੱਲਾ ਫਿਰਕੂਵਾਦ ਤੁਹਾਨੂੰ ਦੇਖਣ ਨੂੰ ਮਿਲਦਾ ਪਿਆ, ਇੱਦਾਂ ਦੀਆਂ ਤਾਂ ਬਹੁਤ ਸਾਰੀਆਂ ਮੂਵੀਜ਼ ਆਲਰੇਡੀ ਅੱਗੇ ਆ ਚੁੱਕੀਆਂ ਆ। ਜਿੱਦਾਂ ਆਹ ਫੈਂਟਮ ਮੂਵੀ ਦੀ ਗੱਲ ਕਰੀਏ ਜਿਹੜੀ ਹੁਣੇ ਰਿਲੀਜ਼ ਹੋਈ ਆ ਉਹਦੇ ਵਿੱਚ ਵੀ ਕੁਛ ਨਾ ਕੁਛ ਹੈਗਾ, ਇੱਦਾਂ ਦੀਆਂ ਬਹੁਤ ਸਾਰੀਆਂ ਮੂਵੀਜ਼ ਜੇ ਅਸੀਂ ਗੱਲ ਕਰਨ ਲੱਗ ਜਾਈਏ ਤਾਂ ਇੱਕ ਲੰਬੀ ਲਿਸਟ ਬਣ ਜਾਊਗੀ, ਫਿਰ ਤਾਂ ਸ਼ਾਇਦ ਕੋਈ ਵੀ ਮੂਵੀ ਜਿਹੜੀ ਹੈਗੀ ਆ ਉਹ ਸੈਂਸਰ ਬੋਰਡ ਤੋਂ ਪਾਸ ਹੀ ਨਹੀਂ ਹੋ ਸਕਦੀ। ਪਰ ਜਦੋਂ ਗੱਲ ਇਸ ਪਾਰਟਿਕੂਲਰ ਮੂਵੀ ਦੀ ਆਉਂਦੀ ਆ, ਤੁਸੀਂ ਮੈਂਸ਼ਨ ਕੀਤਾ ਕਿ ਇਹਦੇ ਵਿੱਚ ਕੋਈ ਕਮਰਸ਼ੀਅਲ ਜਾਂ ਫਾਈਨੈਂਸ਼ੀਅਲ ਲਾਸ ਦੀ ਗੱਲ ਆਊਗੀ ਕਿ ਪ੍ਰੋਡਿਊਸਰਸ ਨੂੰ ਲਾਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੇ ਕਮਰਸ਼ੀਅਲ ਜਾਂ ਕੋਈ ਫਾਈਨੈਂਸ਼ੀਅਲ ਲਾਸ ਦੀ ਗੱਲ ਕੀਤੀ ਜਾਂਦੀ ਆ ਤਾਂ ਸਿੱਖਾਂ ਦੀਆਂ ਭਾਵਨਾਵਾਂ ਜਾਂ ਦੂਜੇ ਫਿਰਕੂ ਦੀ ਭਾਵਨਾਵਾਂ ਨੂੰ ਜੋੜਨਾ ਸਹੀ ਆ ਜਾਂ ਗਲਤ? ਹਰਪ੍ਰੀਤ ਜੀ, ਦਵਿੰਦਰ ਜੀ ਦੇਖੋ, ਸਿੱਖਾਂ ਦੀ ਭਾਵਨਾ 'ਤੇ ਤੁਸੀਂ ਜਿੱਦਾਂ ਪਹਿਲਾਂ ਤੁਸੀਂ ਵੀ ਆਖਿਆ ਕਿ ਸੁੱਖਾਂ 'ਤੇ ਜਿੰਦਾ ਸਿੱਖਾਂ ਦੀ ਹਿਸਟਰੀ ਵਿੱਚ ਸ਼ਹੀਦ ਆਖਿਆ ਗਿਆ, ਪਰ ਜੇ ਆਪਾਂ ਲਾਅ ਆਫ ਦ ਲੈਂਡ ਦੀ ਗੱਲ ਕਰੀਏ, ਇੰਡੀਆ 'ਚ ਇਸ ਟਾਈਮ ਗੌਰਮੈਂਟ ਕਿਹੜੀ ਆ, ਪਾਵਰ 'ਚ ਕੌਣ ਆ, ਉਹਨਾਂ ਦੇ ਹਿਸਾਬ ਨਾਲ ਜੇ ਡੈਫੀਨੇਸ਼ਨ ਵੇਖੀਏ ਤਾਂ ਦੇ ਆਰ ਟੈਰੋਰਿਸਟ। ਅਤੇ ਕੋਈ ਵੀ ਗੌਰਮੈਂਟ ਜਿਹੜੀ ਮੈਂ ਅੱਜ ਪੱਖ ਪੇਸ਼ ਕਰਨਾ ਚਾਹੁੰਦਾ, ਮੈਂ ਚਾਹੁੰਦਾ ਸਾਡੇ ਦਰਸ਼ਕ ਵੀ ਉਸ ਪਾਸੋਂ ਵੀ ਸੋਚਣ ਕਿ ਕੋਈ ਵੀ ਗੌਰਮੈਂਟ ਕਿਤੇ ਵੀ ਟੈਰੋਰਿਜ਼ਮ ਪ੍ਰਮੋਟ ਨਹੀਂ ਕਰੂਗੀ। ਜੇ ਅੱਜ ਅਸੀਂ US 'ਚ ਜਾ ਕੇ ਕਹੀਏ ਕਿ ਅਸੀਂ ISIS ਉੱਤੇ ਮੂਵੀ ਬਣਾਉਣੀ ਹੈ ਕਿ ISIS ਇਜ਼ ਡੂਇੰਗ ਵੈਰੀ ਗੁੱਡ, ਨਹੀਂ, ਇਟਸ ਨਾਟ ਗੋਇੰਗ ਟੂ ਹੈਪਨ। ਸੇਮ ਥਿੰਗ ਆਪਾਂ ਨੂੰ ਇਹ ਵੇਖਣਾ ਚਾਹੀਦਾ ਉੱਥੇ ਲਾਅ ਆਫ ਦ ਲੈਂਡ ਕੀ ਚਾਹੁੰਦਾ ਵਾ, ਲਾਅ ਆਫ ਦ ਲੈਂਡ ਉਹ ਮੂਵੀ ਨੂੰ ਬੈਨ ਕਰੂਗਾ ਹੀ ਕਰੂਗਾ। ਫੈਂਟਮ ਮੂਵੀ ਦਾ ਪਰਮਿੰਦਰ ਸਿੰਘ ਨੇ ਐਗਜ਼ਾਮਪਲ ਦਿੱਤਾ। ਹਾਂਜੀ ਹਾਂਜੀ, ਓਸਾਮਾ ਬਿਨ ਲੈਦਨ ਤੇ ਮੂਵੀ ਬਣ ਸਕਦੀ ਆ ਪਰ ਜਿੰਦੇ ਸੁੱਖੇ ਤੇ ਨਹੀਂ ਬਣ ਸਕਦੀ। ਓਸਾਮਾ ਬਿਨ ਲੈਦਨ ਨੂੰ ਪ੍ਰਮੋਟ ਕੀਤਾ ਗਿਆ, ਜਿੰਦਾ ਸੁੱਖਾ ਵਾ ਉਹਨਾਂ ਦਾ ਜਿਹੜਾ ਸੰਬੰਧ ਆ ਇੱਕ ਦੇਸ਼ ਦੇ ਜਰਨੈਲ ਦੀ ਹੱਤਿਆ ਨਾਲ ਜੁੜਿਆ ਹੋਇਆ, ਜਨਰਲ ਏ ਕੇ ਵੈਦਿਆ ਨੂੰ ਉਹਨਾਂ ਨੇ ਮਾਰਿਆ ਸੀ ਔਰ ਉਹਨੂੰ ਜਿਹੜਾ ਵਾ ਉਸ ਤੋਂ ਉਹਦੀ ਹੱਤਿਆ ਤੋਂ ਬਾਅਦ ਉਹਨਾਂ ਨੂੰ ਕੌਮੀ ਹੀਰੋ ਜਿਹੜਾ ਸਾਡੇ ਜਿਹੜੇ ਸਿੱਖ ਕੌਮ ਆ ਸਿੱਖ ਪੰਥ ਨੇ ਉਹਨਾਂ ਨੂੰ ਬਣਾਇਆ। ਮੈਂ ਤੁਹਾਡੇ ਪਿਛਲ ਝਾਤ ਜਾਣਾ ਚਾਹੁੰਦਾ ਕਿ ਜਦੋਂ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂ ਰਾਮ ਗੌਡਸਾ ਨੇ ਉਹਦੇ 'ਤੇ ਵੀ ਇੱਕ 1963 ਦੇ ਵਿੱਚ ਫਿਲਮ ਬਣੀ ਸੀ ਅਤੇ ਗੌਰਮੈਂਟ ਨੇ ਉਹ ਵੀ ਫਿਲਮ ਜਿਹੜੀ ਉਹ ਬੈਨ ਕੀਤੀ ਸੀ ਔਰ ਸਿਸਟਮ ਦੇ ਵਿੱਚ ਜਿਹੜੇ ਸਰਕਾਰ ਆ ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਸਟੇਟ ਹੈੱਡ ਦੇ ਨਾਲ ਜਦੋਂ ਕੋਈ ਗਲਤ ਘਟਨਾ ਵਾਪਰਦੀ ਆ ਅਤੇ ਉਹਦੇ 'ਤੇ ਜੇ ਫਿਲਮ ਬਣਦੀ ਆ ਤਾਂ ਅਸੀਂ ਉਹਨੂੰ ਗਲੋਰੀਫਾਈ ਕਿਵੇਂ ਕਰ ਰਹੇ ਹਾਂ, ਕਿਵੇਂ ਕੀਤਾ ਜਾ ਸਕਦਾ? ਹੁਣ ਜਿਹੜਾ ਜਿੰਦਾ ਅਤੇ ਸੁੱਖਾ ਇਹਦੇ ਮੈਂ ਜੋ ਸਮਝਦਾ ਕਿ ਬਿਨਾਂ ਸ਼ੱਕ ਸਿੱਖ ਕੌਮ ਦੇ ਉਹ ਸ਼ਹੀਦ ਨੇ, ਅਕਾਲ ਤਖਤ ਵੱਲੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਜਾ ਚੁੱਕਾ, ਪਰ ਹਿੰਦੁਸਤਾਨੀ ਜਿਹੜੀ ਸਟੇਟ ਆ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੀ। ਔਰ ਮੈਂ ਜੋ ਸਮਝਦਾ ਜਿਵੇਂ ਹਰਪ੍ਰੀਤ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਕਾਨੂੰਨ ਦੀ ਗੱਲ ਆ ਉਸ ਦਾਇਰੇ ਦੇ ਵਿੱਚ ਰਹਿ ਕੇ ਨਾ ਹੀ ਇਹ ਮੇਰਾ ਖਿਆਲ ਇਜਾਜ਼ਤ ਤੋਂ ਦੇ ਸਕਦੇ। ਪਰ ਜਦੋਂ ਚੋੜਾ ਸਾਹਿਬ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ, ਜਿਹੜਾ ਮਿਊਜ਼ੀਅਮ ਜਾਂ ਮੋਨੂਮੈਂਟ ਬਣਾਇਆ ਜਾ ਰਿਹਾ ਪੰਜਾਬ ਸਰਕਾਰ ਹੀ ਉਸ ਦਾ ਸਮਰਥਨ ਕਰ ਰਹੀ ਆ,
जिस दे विच इना नू जिंदे सुखे नू भी एक शहीद करार दे के एक बहुत प्रशंसित जिहड़ी कारवाई आ ते सन्मान दिता गया। सो जे पंजाब सरकार उन्हां दा एक पासे सन्मान करदी आ दूजे पासे मूवी ते रोक किवें ला सकदी आ? नहीं वेखो जी, ओह जिहड़ा तुसीं मोनूमेंट दी गल कीती आ दरबार साहिब दी परिक्रमा दे विच ओह बणाया बादल सरकार दी, मेरा ख्याल आ वी ओह समर्थन दे नाल ही बण सकिया। पर दूजे पासे कैप्टन अमरिंदर सिंह हुणां ने कांग्रेस ने ओहदा बड़ा खुल्लेआम जिहड़ा विरोध कीता पिछले समें दे विच। अच्छा, कुछ जिहड़ियां सरकारां दीआं जिहड़ियां मौजूदा सरकारां दीआं मजबूरियां वी बण जांदियां कि आवाम नूं लै के जां अपनी वोट राजनीति करन लई उहनां नूं कई कुछ जिहड़े आ फैसले ओह प्रतख जां अप्रतख तौर ते करने पैंदे ने। दूजे पासे एक पोलिटिकल जिहड़ी पार्टी आ ओह खुल्ले आम उहदा विरोध कर रही आ कांग्रेस, इह ते जग जाहिर आ। और दूजे बन्ने अकाली दल जिहड़ा वा उहदा दबवीं सुर दे विच भावें उहदा समर्थन करदे आ, उहनां ने ओह जिहड़ी आ यादगार बनाउण दी इजाजत दे दित्ती आ, पर जिहड़ा सिस्टम जिहड़ा ओह चल रिहा जिहड़ी सरकार जिहड़ी चल रही आ ओह उहदे नाल मेरा ख्याल आ कि अंदर खाते सहमत नहीं। परमिंदर सिंह जी, जे बॉलीवुड दी मूवीआं ते झात मारी जावे तां की तुसीं समझदे हो कि बॉलीवुड की जिहड़ी कमर्शियल फिल्म इंडस्ट्री आ सिखां दे इतिहास नूं दर्शाउण दे विच किते ना किते ओही चाल चल जांदी आ कि इन्हां दीआं भावनावां नूं हर्ट करन दे लई बॉलीवुड सेंसर बोर्ड दा सहारा ला के उन्हां दे इतिहासिक फिल्मां ते बैन ला दित्ती जांदी आ? बिल्कुल दविंदर जी, ये कोई दो राय नहीं है। जे इतिहासिक फिल्मों की गल करिए, कला यही नहीं होया कि कला सिखां दे नाल, ईवन जे असी गुजरात की गल करिए गुजरात दंगियां ते भी काफ़ी सारिया जिहड़ियां फिल्मां बनियां उन्हां दे उत्ते बैन ऑलरेडी लग्गिया सीगा। सो ये सरकार हमेशा तो चाहती रही है, या तो वह जिहड़ा एक पक्ष हैगा आ, क्योंकि हमेशा सरकारी पक्ष या सरकारी पक्ष ही वैसे तो मीडिया दे विच सामने आउंदा कि हाँ जी आह गल जिहड़ी हैगी आ होई आ, पर जिहड़ा दूसरा पक्ष हैगा एक दूसरा पहलू हैगा आ वह जदों पेश करन दी कोशिश की जाती है तो आवाज़ा जरूर उठदियां आ, हमेशा उठदियां रहियां आ, शायद अगे जा के भी उठदियां रहणगियां। पर मेरे हिसाब दे नाल सरकार नूं और नाल दी नाल लोकां नूं एक उहदे वास्ते एक अपने आप नूं तैयार करना चाहिए कि हाँ जी यह जिहड़ी साडी हिस्टरी हैगी आ असीं इस नूं देखणा आ, असीं इस नूं किस तरह लैणा आ वह बाद दी गल हैगी आ, लेकिन इहदे नाल समाज दे विच की मैसेज आ रिहा आ इस गल दा शायद जिहड़ा मैं सेंसर बोर्ड दे उत्ते इह क्वेश्चन जरूर करूँगा कि यह सेंसर बोर्ड नूं पहला नहीं सी पता लगा जदों उन्हां कोल पहला इह सेंसर मूवी पास होण लई गई सीगी। सो क्वेश्चन जिहड़े सेंसर बोर्ड दी कारगुजारी दे उत्ते नाल दी नाल। परमिंदर सिंह जी, दूजे पासे जे गल कीती जावे कि देखो जे सिखां दीआं भावनावां दी गल करदे आ असीं, जे धार्मिक भावनावां दी गल कीती जावे श्रोमणी गुरुद्वारा प्रबंधक कमेटी जां अकाल तख्त साहिब खुद ਜਿਵੇਂ ਦੂਜੀਆਂ ਬਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ ਨੇ, ਆਪਾਂ ਥੋੜਾ ਜਿਹਾ ਦਿਨ ਪਹਿਲਾਂ ਇੱਕ ਸ਼ੋਅ ਕੀਤਾ ਸੀ ਕਿ ਅਕਸ਼ੇ ਕੁਮਾਰ ਨੂੰ ਸਿੰਘ ਇਜ਼ ਬਲਿੰਕ ਦੇ ਲਈ ਇੱਕ ਟੈਟੂ ਬਣਾਉਣ ਦੇ ਲਈ ਦਰਬਾਰ ਸਾਹਿਬ ਤੇ ਜਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਹੋਊਗੀ, ਉਸ ਤੋਂ ਬਾਅਦ ਸਨ ਆਫ ਸਰਦਾਰ ਦੀ ਗੱਲ ਕੀਤੀ ਜਾਵੇ, ਬੋਲੇ ਸੋ ਨਿਹਾਲ ਦੀ ਗੱਲ ਕੀਤੀ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਖੁਦ ਹਾਲਾਂਕਿ ਸੈਂਸਰ ਬੋਰਡ ਤੋਂ ਪ੍ਰਵਾਨਿਤ ਮੂਵੀਆਂ ਨੂੰ ਵੀ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ 'ਚ ਰਿਲੀਜ਼ ਨਹੀਂ ਕਰਨ ਦਿੱਤਾ ਜਾਊਗਾ ਉਸ ਵੇਲੇ, ਕਿੰਤੂ ਪਰੰਤੂ ਕੀਤਾ ਜਾਂਦਾ। ਪਰ ਜਿਹੜੀ ਮੂਵੀ ਸਾਡਾ ਹੱਕ ਬਣੀ ਸੀਗੀ, ਸਾਡਾ ਹੱਕ ਦੇ ਵਿੱਚ ਸਾਡੇ ਗੁਰੂ ਸਿੰਘ ਸਾਹਿਬਾਨ ਨੂੰ ਤਾਂ ਨਹੀਂ ਦਰਸਾਇਆ ਗਿਆ ਸੀ, ਪਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਖੇਡ ਕੇ ਉਸ ਕਲਾਕਾਰ ਵੱਲੋਂ ਦਰਸ਼ਕਾਂ ਪ੍ਰਤੀ ਬਣਾ ਕੇ ਇੱਕ ਦੂਜਾ ਜਿਹਾ ਕਮਰਸ਼ੀਅਲ ਆਪਦੇ ਫਾਇਦੇ ਲਈ ਫਿਲਮ ਬਣਾਈ ਗਈ ਸੀ, ਅਸੀਂ ਜਾਣਦੇ ਹਾਂ ਉਸਦਾ ਹਸ਼ਰ ਕੀ ਹੋਇਆ। ਇਹ ਗੱਲਾਂ ਹੁੰਦੀਆਂ ਨੇ ਕਿ ਕੋਈ ਵੀ ਕਲਾਕਾਰ ਜੇ ਕਿਸੇ ਸਾਡੇ ਗੁਰੂ ਦੀ ਜਾਂ ਕਿਸੇ ਸਿੱਖ ਵਿਦਵਾਨ ਦੇ ਵਿੱਚ ਅੱਗੇ ਆਉਂਦਾ ਅਤੇ ਉਦੋਂ ਬਾਅਦ ਹਰਕਤਾਂ ਦੂਜੀਆਂ ਕਰੇ ਤਾਂ ਸਿੱਖ ਭਾਵਨਾਵਾਂ ਹਰਟ ਹੁੰਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖ਼ਤ ਨੇ ਇਸ ਫਿਲਮ ਸੰਬੰਧੀ ਆਪਣੀ ਚੁੱਪੀ ਕਿਉਂ ਸਾਧੀ ਹੋਈ ਆ? ਹਰਪ੍ਰੀਤ ਜੀ, ਦਵਿੰਦਰ ਜੀ, ਜਿੱਦਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ, ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਕਿੰਨੀਆਂ ਡਿਬੇਟਾਂ ਕੀਤੀਆਂ ਕਿ ਕੰਟਰੋਲ ਬਾਈ ਮਿਸਟਰ ਬਾਦਲ, ਜਿੱਦਾਂ ਜੇ ਮਿਸਟਰ ਬਾਦਲ ਕਹਿਣਗੇ ਉਹੀ ਕੰਮ ਹੋਣਗੇ। ਤੁਸੀਂ ਹੁਣੇ ਆਖਿਆ ਕਿ ਉੱਥੇ ਪੰਜਾਬ 'ਚ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾ ਰਿਹਾ ਅਤੇ ਹੁਣ ਜਿਹੜੀ ਸ਼੍ਰੋਮਣੀ ਆਪਣੀ ਪ੍ਰਬੰਧਕ ਕਮੇਟੀ ਆ ਉਹ ਵੀ ਕਿਤੇ ਨਾ ਕਿਤੇ ਦੋਵਾਂ ਪਾਸੇ ਫਸੀ ਹੋਈ ਆ, ਨਾ ਤਾਂ ਉਹ ਡਾਇਰੈਕਟਲੀ ਸਪੋਰਟ ਕਰ ਸਕਦੇ ਆ ਨਾ ਹੀ ਉਹ ਡਾਇਰੈਕਟਲੀ ਮਨਾ ਕਰ ਸਕਦੇ ਨੇ। ਪਰ ਜਿਹੜੀ ਪਰਮਿੰਦਰ ਜੀ ਨੇ ਇੱਕ ਗੱਲ ਕੀਤੀ ਸੀ ਉਹ 'ਚ ਇੱਕ ਮੈਨੂੰ ਥੋੜ੍ਹਾ ਜਿਹਾ ਵੈਲਿਡ ਪੁਆਇੰਟ ਲੱਗਦਾ ਹੈ ਕਿ ਜਿਹੜੀ ਫੈਂਟਮ ਵਰਗੀ ਮੂਵੀ ਜਿੱਥੇ ਅਸੀਂ ਜਾ ਕੇ ਵਿਖਾਉਂਦੇ ਹਾਂ ਕਿ ਸਾਡਾ ਇੱਕ ਹੀਰੋ ਜਾਂਦਾ ਵਾ ਤਾਲਿਬਾਨ ਨੂੰ ਮਾਰੀ ਜਾਂਦਾ ਵਾ, ਉਹਨੂੰ ਵੀ ਪਾਸ ਕੀਤਾ ਜਾਂਦਾ ਕਿਉਂਕਿ ਬੇਸਿਕਲੀ ਉੱਥੇ ਅਸੀਂ ਵਿਖਾਉਂਦੇ ਹਾਂ ਕਿ ਅਸੀਂ ਇੰਡੀਆ ਨੇ ਅਸੀਂ ਟੈਰੋਰਿਸਟ ਮਾਰਤਾ। ਪਰ ਮੈਂ ਤੁਹਾਡੀ ਉਸ ਗੱਲ ਨਾਲ ਵੀ ਐਗਰੀ ਹਾਂ, ਜਾਂ ਤਾਂ ਸੈਂਸਰ ਬੋਰਡ ਬਿਲਕੁਲ ਹੀ ਨੋਨ ਬਾਇਸ ਹੋਵੇ, ਹਰ ਸਿਰਫ ਇਹ ਵੇਖਣ ਕਿ ਮੂਵੀ ਦਾ ਕੰਟੈਂਟ ਕੀ ਆ, ਕਿ ਇਹਨੂੰ ਰਿਲੀਜੀਅਸ ਤਰੀਕੇ ਨਾਲ ਹਰਟ ਨਹੀਂ ਕਰਦਾ। ਪਰ
ਜਿਹੜਾ ਹੁਣ ਸੈਂਸਰ ਬੋਰਡ ਆ ਉਹ ਬੇਸਿਕਲੀ ਲਾਅ ਆਫ ਲੈਂਡ ਨਾਲ ਚੱਲਣ ਡਿਆ ਵਾ। ਹਰਪ੍ਰੀਤ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਆ ਅਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ, ਸ਼ਹੀਦ ਊਧਮ ਸਿੰਘ ਦੀ ਗੱਲ ਕਰਦੇ ਹਾਂ, ਹਜੇ ਤੱਕ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨ ਰਹੀ, ਇੱਕ ਅੱਤਵਾਦੀ ਦਾ ਰੂਪ ਦੇ ਰਹੇ ਨੇ ਹਜੇ ਤੱਕ ਜੇ ਸ਼ਹੀਦ ਨਹੀਂ ਮੰਨ ਰਹੇ ਤਾਂ ਇਹਦਾ ਮਤਲਬ ਜਿਹੜੀ ਸ਼ਹੀਦ ਭਗਤ ਸਿੰਘ ਵਾਲੀ ਵਾਲੀਆਂ ਮੂਵੀਆਂ ਬਣੀਆਂ ਹੋਈ ਨੇ ਉਹ ਵੀ ਬੈਨ ਹੋ ਜਾਣੀਆਂ ਚਾਹੀਦੀਆਂ। ਮੈਂ ਤੁਹਾਨੂੰ ਇਹੀ ਆਖਣਾ ਹੈ ਕਿ ਸੈਂਸਰ ਬੋਰਡ ਨੂੰ ਨੋਨ ਬਾਇਸ ਹੋਣਾ ਚਾਹੀਦਾ, ਜੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਬਣਾ ਲਓ, ਰੂਲਸ ਐਂਡ ਰੈਗੂਲੇਸ਼ਨ ਬਾਹਰ ਹੋਣ ਕਿ ਜਿਹੜਾ ਪ੍ਰੋਡਿਊਸਰ ਆ ਉਹ ਵੇਖੇ ਮੇਰੀ ਮੂਵੀ ਕੁਆਲੀਫਾਈ ਕਰਦੀ ਆ, ਮੇ ਬੀ ਸਮ ਕਾਇੰਡ ਆਫ ਅ ਚੈੱਕ ਲਿਸਟ, ਓਕੇ ਆਈ ਹੈਵ ਦਿਸ ਆਈ ਡੋਨਟ ਹੈਵ ਦਿਸ, ਸਿੰਪਲ ਯੂ ਨੋ ਤੁਹਾਡੀ ਮੂਵੀ ਪਾਸ ਹੋਣੀ ਹੈ ਨਹੀਂ ਹੋਣੀ ਆ। ਜੋ ਤੁਸੀਂ ਕਨਸੈਪਟ ਜਾਂ ਸਟੋਰੀ ਡਿਜ਼ਾਈਨ ਕਰਦੇ ਹੋ ਤੁਹਾਨੂੰ ਉਦੋਂ ਪਤਾ ਲੱਗ ਜਾਂਦਾ ਹੈ ਤੁਹਾਡੀ ਮੂਵੀ ਪਾਸ ਹੋਣੀ ਆ ਕਿ ਨਹੀਂ ਹੋਣੀ ਆ। ਬਟ ਸੈਂਸਰ ਬੋਰਡ ਵੀ ਕਿਤੇ ਨਾ ਕਿਤੇ ਆਪਣੀ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਨੱਚਦਾ ਹੈ। ਪਰਮਿੰਦਰ ਸਿੰਘ ਨੇ ਗੁਜਰਾਤ ਦੰਗਿਆਂ ਦਾ ਬੜਾ ਵਧੀਆ ਐਗਜ਼ਾਮਪਲ ਦਿੱਤਾ, ਆਖਿਰ ਕਿਉਂ ਨਹੀਂ ਮੂਵੀ ਬਣ ਰਹੀ ਚੋੜਾ ਸਾਹਿਬ? ਨਹੀਂ ਵੇਖੋ, ਜਿਵੇਂ ਤੁਸੀਂ ਗੱਲ ਕਰ ਰਹੇ ਹਰਪ੍ਰੀਤ ਜੀ ਹੁਣੀ ਵੀ ਕਹਿ ਰਹੇ ਸੈਂਸਰ ਬੋਰਡ ਬਾਇਸ ਹੋ ਸਕਦਾ, ਕਈ ਪ੍ਰਤੱਖ ਪ੍ਰਮਾਣ ਨੇ ਕਿ ਉਹ ਹੋਇਆ ਵੀ ਆ, ਕਿਉਂਕਿ ਸਟੇਟ ਜਿਹੜੀ ਆ ਉਹ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਨਾਮਜ਼ਦਗੀਆਂ ਕਰਦੇ ਨੇ, ਚੇਅਰਮੈਨ ਬਣਾਉਂਦੇ ਨੇ, ਮੈਂਬਰ ਬਣਾਉਂਦੇ ਨੇ, ਸਰਕਾਰਾਂ ਆਪਣੇ ਮੁਤਾਬਕ ਉਹਨਾਂ ਨੂੰ ਚਲਾਉਂਦੀਆਂ ਨੇ। ਪਰ ਸੋਚਣ ਵਾਲੀ ਗੱਲ ਇਹ ਆ ਕਿ ਹੁਣ ਜਿਹੜੀ ਇਹ ਫਿਲਮ ਜਿੰਦਾ ਅਤੇ ਸੁੱਖਾ ਬਣੀ ਆ, ਇਹ ਸਿੱਖਾਂ ਦਾ ਆਪਾਂ ਇਹਨੂੰ ਆਧੁਨਿਕ ਇਤਿਹਾਸ ਕਹਿ ਸਕਦੇ ਹਾਂ, ਪਰ ਸਿੱਖਾਂ ਦਾ ਇਤਿਹਾਸ ਬੜਾ ਬੁਲੰਦੀ ਵਾਲਾ ਵਾ, ਬੜਾ ਮਾਣ ਮੱਤਾ ਵਾ। ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਫਿਲਮ ਬਣੀ ਸੀ ਚਾਰ ਸਾਹਿਬਜ਼ਾਦੇ, ਭਾਅ ਜੀ ਉਹ ਫਿਲਮ ਜਾ ਕੇ ਵੇਖੋ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਨੇ ਉਹ ਫਿਲਮ ਵੇਖਦਿਆਂ। ਔਰ ਮੈਂ ਸਮਝਦਾ ਕਿ ਉਸ ਫਿਲਮ ਨੇ ਜਿੰਨਾ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਉਹ ਅੱਜ ਤੱਕ ਨਹੀਂ ਕਰ ਸਕੀ। ਔਰ ਮੈਨੂੰ ਇਹ ਦੱਸਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਈਵਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਇਹ ਗੱਲ ਮੰਨੀ ਆ ਕਿ ਉਹ ਸਿੱਖ ਫਿਲਮ ਨੇ ਇੰਨਾ ਬੇਨਸ ਵੀ ਕੀਤਾ ਪਰ ਸਿੱਖੀ ਦਾ ਜਿਹੜਾ ਪ੍ਰਚਾਰ ਆ ਜਿਸ ਹੱਦ ਤੱਕ ਕੀਤਾ। ਹੁਣ ਮੈਂ ਸੋਚਦਾ ਵੀ ਇਹ ਜਿਹੜਾ ਹੁਣ ਜਿੰਦਾ ਅਤੇ ਸਿੱਖਾ ਸੁੱਖਾ ਫਿਲਮ ਬਣਾਉਣ ਵਾਲੇ ਬੰਦੇ ਨੇ ਕਿਉਂ ਨਹੀਂ ਇਹੋ ਜਿਹੀਆਂ ਇਤਿਹਾਸਿਕ ਫਿਲਮਾਂ ਬਣਾਉਂਦੇ ਕਿ ਜਿਹਦੇ ਨਾਲ ਸਿੱਖੀ ਦਾ ਪ੍ਰਚਾਰ। ਮੈਂ ਸਮਝਦਾ ਇਹ ਬੇਸ਼ੱਕ ਇਹ ਗੁੱਸਾ ਵੀ ਕਰ ਸਕਦੇ ਨੇ ਬੰਦੇ ਪ੍ਰੋਡਿਊਸਰ, ਇਹ ਵਕਤੀ ਤੌਰ ਦੇ ਉੱਤੇ ਆਪਣਾ ਕਮਰਸ਼ੀਅਲ ਜਿਹੜਾ ਲਾਭ ਲੈਣ ਲਈ ਇਹੋ ਜਿਹੇ ਮੁੱਦਿਆਂ ਨੂੰ ਜਿਹੜੇ ਉਠਾਇਆ ਜਾਂਦਾ ਵਾ ਔਰ ਉਠਾਉਂਦੇ ਨੇ। ਹੁਣ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡਾ ਹੱਕ ਦੀ ਗੱਲ ਕੀਤੀ ਸੀ, ਅੱਛਾ ਉਹ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ, ਉਹਨਾਂ ਨੇ ਵਿਦੇਸ਼ ਦੇ ਵਿੱਚ ਰਿਲੀਜ਼ ਕਰ ਦਿੱਤੀ ਔਰ ਉੱਥੇ ਬੜੀਆਂ ਖਬਰਾਂ ਛਪੀਆਂ ਜੀ ਸਰੀ ਦੇ ਵਿੱਚ ਉਸ ਫਿਲਮ ਨੇ ਫੰਡ ਰੇਜ਼ ਕੀਤਾ ਗਿਆ, ਇੰਨਾ ਬਿਜ਼ਨਸ ਕਰ ਲਿਆ। ਹੁਣ ਮੈਂ ਸਮਝਦਾ ਕਿ ਇਹ ਫਿਲਮ ਵੀ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਜਾਰੀ ਹੋ ਜੂਗੀ, ਇੱਥੇ ਵੀ ਜਿਹੜੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਊਗਾ ਔਰ ਪੈਸੇ ਜਿਹੜੇ ਉਹ ਕਮਾਏ ਜਾਣਗੇ। ਕਿਉਂ ਨਹੀਂ ਇਹ ਪ੍ਰੋਡਿਊਸਰ ਜਿਹੜੇ ਆ ਚੰਗੀਆਂ ਇਤਿਹਾਸਿਕ ਫਿਲਮਾਂ ਗੁਰੂ ਸਾਹਿਬ ਦੇ ਉੱਤੇ, ਗੁਰੂ ਸਾਹਿਬ ਦੀਆਂ ਜੀਵਨੀਆਂ ਉੱਤੇ ਜਿਹੜੇ ਸਾਡੇ ਸਿੰਘ ਹੋਏ ਨੇ ਜਿਨ੍ਹਾਂ ਨੇ ਸਿੱਖੀ ਲਈ ਬੜਾ ਕੁਝ ਕੀਤਾ, ਉਹਨਾਂ 'ਤੇ ਕਰ ਸਕਦੇ। ਹੁਣ ਜੇ ਚਲੋ ਜਿੰਦਾ ਸੁੱਖਾ ਨੇ ਕੀਤਾ ਉਹਨਾਂ 'ਤੇ ਫਿਲਮ ਬਣ ਸਕਦੀ ਆ, ਪਰ ਹੁਣ ਆਧੁਨਿਕ ਇਤਿਹਾਸ ਨੂੰ ਜੇ ਲੈਣਾ ਉਹਦਾ ਪਰਸਪੈਕਟਿਵ ਜਿਹੜਾ ਵਾ ਉਹਨੂੰ ਆਪਣੇ ਤਰੀਕੇ ਨਾਲ ਲਿਆ ਜਾ ਸਕਦਾ ਕਿ ਜਿਹੜਾ ਸਿਸਟਮ ਦੇ ਵਿੱਚ ਵੀ ਆ ਜਾਵੇ, ਉੱਥੇ ਜਿਹੜਾ ਵਾ ਉਹ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਆਹਤ ਵੀ ਨਾ ਹੋਣ। ਹੁਣ ਵੇਖੋ ਪੰਜਾਬ ਦੇ ਵਿੱਚ 40-42%, ਮੇਰਾ ਖਿਆਲ 45% ਜਿਹੜੀ ਹਿੰਦੂ ਆਬਾਦੀ ਜਿਹੜੀ ਆ ਉਹ ਰਹਿ ਰਹੀ ਆ, ਔਰ ਉਹਨਾਂ ਲੋਕਾਂ ਨੂੰ ਇਤਰਾਜ਼ ਹੋ ਸਕਦਾ, ਸ਼ਿਵ ਸੈਨਾ ਫਿਰ ਤਲਵਾਰਾਂ ਕੱਢ ਸਕਦੀ ਆ। ਔਰ ਉੱਥੇ ਜਿਹੜਾ ਮਾਹੌਲ ਇੱਕਦਮ ਅੱਗੇ ਵੀ ਵੇਖੋ ਬਲਦੀ ਦੇ ਬੁੱਥੇ ਦੇ ਵਿੱਚੋਂ ਪੰਜਾਬ ਨਿਕਲਿਆ, ਕਿੰਨਾ ਨੁਕਸਾਨ ਉਹਨਾਂ ਨੇ ਝੱਲਿਆ। ਉਹ ਅਸੀਂ ਤਾਂ ਉਹ ਸਾਰਾ ਕੁਝ ਪਿੰਡੇ 'ਤੇ ਹੰਡਾਇਆ, ਤੁਸੀਂ ਵੀ ਸ਼ਾਇਦ ਤੂਰ ਸਾਹਿਬ ਉਦੋਂ ਉੱਥੇ ਹੋ, ਔਰ ਅਸੀਂ ਵੇਖ ਰਹੇ ਉੱਥੇ ਪੰਜਾਬ ਦਾ ਜਿਹੜਾ ਕੋਈ ਵਸਨੀਕ ਆ ਉਹ ਅੱਜ ਦੀ ਡੇਟ ਦੇ 'ਚ ਬਿਲਕੁਲ ਨਹੀਂ ਚਾਹੁੰਦਾ ਕਿ ਉੱਥੇ ਜਿਹੜਾ ਮਾਹੌਲ ਜਿਹੜਾ ਖਰਾਬ ਹੋਵੇ। ਔਰ ਪੰਜਾਬ ਸਰਕਾਰ ਵੀ ਮੇਰਾ ਖਿਆਲ ਹੈ ਵੀ ਜੇ ਸੈਂਸਰ ਬੋਰਡ ਨੇ ਉਹਦੇ 'ਤੇ ਪਾਬੰਦੀ ਲਾਈ ਆ ਤੇ ਮੇਰਾ ਖਿਆਲ ਹੈ ਲੁਕਵੇਂ ਤੌਰ 'ਤੇ ਪੰਜਾਬ ਸਰਕਾਰ ਨੇ ਵੀ ਉਹਨੂੰ ਜਿਹੜੀ ਮਨਜ਼ੂਰੀ ਦਿੱਤੀ ਹੋ। ਇੱਕ ਮੈਂ ਇੱਥੇ ਥੋੜ੍ਹੀ ਜਿਹੀ ਦਵਿੰਦਰ ਜੀ ਗੱਲ ਕਰਨੀ ਚਾਹੂੰਗਾ ਕਿ ਪਰਮਿੰਦਰ ਸਿੰਘ ਜੀ ਤੁਸੀਂ ਵੀ ਓਪਨ ਡਿਸਕਸ਼ਨ 'ਚ ਕਦੇ ਵੀ ਇਨਵੋਲਵ ਹੋ ਸਕਦੇ ਹੋ। ਮੇਰਾ ਜੀ ਚੋੜਾ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਜਦੋਂ ਵੀ ਅਸੀਂ ਕੋਈ ਫਿਲਮ ਦੇਖਣ ਜਾਂਦੇ ਹਾਂ, ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾਉਣਾ ਚਾਹੁੰਦਾ ਕਿ ਉਹਦੇ ਵਿੱਚ ਇੱਕ ਮੈਸੇਜ ਜ਼ਰੂਰ ਆਉਂਦਾ ਹੁੰਦਾ, ਚਾਹੇ ਬਾਲੀਵੁੱਡ ਦੀ ਹੋਵੇ, ਚਾਹੇ ਇੰਗਲਿਸ਼ ਫਿਲਮ ਹੋਵੇ, ਚਾਹੇ ਪੰਜਾਬੀ ਦੀ ਹੋਵੇ, ਕਿ ਇਹ ਜਿਹੜੇ ਕਰੈਕਟਰ ਨੇ ਇਹ ਕਲਪਨਾ ਤੱਕ ਮੰਨੇ ਕਲਪਨਿਕ, ਇਸ ਕਲਪਨਿਕ ਤੇ ਕਿਸੇ ਦੀ ਕਿਸੇ ਜ਼ਿੰਦਗੀ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ। ਜੇ ਕਿਸੇ ਨਾਲ ਜੁੜਿਆ ਤਾਂ ਪ੍ਰੋਡਿਊਸਰ ਤੇ ਡਾਇਰੈਕਟਰ ਉਸ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਜੇ ਲੋਕੀ ਜੋੜਨਾ ਚਾਹੁਣ ਉਹ ਗੱਲ ਹੋਰ ਆ, ਇਹ ਇੱਕ ਮਨਘੜਤ ਕਹਾਣੀ ਆ, ਪਰ ਜੇ ਉਹਨਾਂ ਨੇ ਇਸ ਚੀਜ਼ ਨੂੰ ਦਰਸਾਉਣਾ ਹੀ ਸੀ ਤਾਂ ਇਸ ਫਿਲਮ ਦਾ ਨਾਂ
ਜਿੰਦੇ ਤੇ ਸੁੱਖੇ ਦੇ ਨਾਲ ਜੋੜਨ ਦਾ ਕੀ ਮਤਲਬ ਸੀ? ਦਵਿੰਦਰ ਜੀ ਬਿਲਕੁਲ ਵੈਲਿਡ ਪੁਆਇੰਟ ਹੈ, ਕਿਉਂ ਨਹੀਂ ਇਹਨੂੰ ਕਿ ਹੋਰ ਤਰੀਕੇ ਨਾਲ ਇੱਕ ਐਕਚੁਅਲੀ ਪ੍ਰੋਫੈਸ਼ਨਲ ਅਸਾਈਨਮੈਂਟ ਸਮਝ ਕੇ ਪੇਸ਼ ਕੀਤਾ ਗਿਆ? ਜ਼ਰੂਰੀ ਤਾਂ ਨਹੀਂ ਸੀ 84 ਦੀ ਗੱਲ ਕੀਤੀ ਜਾਵੇ, ਸਨ ਚੇਂਜ ਹੋ ਸਕਦਾ ਸੀ, ਨਾ ਈਵਨ ਕੰਟਰੀ ਤੱਕ ਚੇਂਜ ਹੋ ਸਕਦਾ ਸੀ, ਕੁਝ ਹੋਰ ਹੀ ਤੁਸੀਂ ਵਿਖਾ ਸਕਦੇ ਸੀ। ਬੇਸਿਕਲੀ ਤੁਹਾਡਾ ਪਰਪਸ ਸੀ ਮੈਸੇਜ ਪਾਸ ਆਨ ਕਰਨਾ, ਤੁਸੀਂ ਪਾਸ ਆਨ ਕਰ ਦਿੱਤੀ ਤੇ ਉਹ ਗੱਲ ਕਰ ਸਕਦੇ ਨੇ ਕਿ ਇਹ ਤੋਂ ਪਹਿਲਾਂ ਕੌਮ ਦੇ ਹੀਰੇ ਫਿਲਮ ਬਣਾਈ ਗਈ ਵੀ ਉਹ ਵੀ ਤੇ ਕਿਸੇ ਦਾ ਨਾਂ ਨਹੀਂ, ਉੱਚ ਭਾਈ ਸਤਵੰਤ ਸਿੰਘ ਦਾ ਜਾਂ ਬਿਆਨ ਸਿੰਘ ਦਾ ਨਾਂ ਨਹੀਂ ਲਿਆ। ਮੇਰਾ ਜੋ ਇੱਥੇ ਕਹਿਣਾ ਸੀ ਵੀ ਇੱਕ ਸਟੇਟ ਦੇ ਹੈੱਡ ਨੂੰ ਕਤਲ ਕਰਨ ਦੀ ਕਹਾਣੀ ਉਹਦੇ ਵਿੱਚ ਪੂਰੀ ਜਿਹੜੀ ਸੀ ਉਹ ਵਿਖਾਈ ਗਈ ਸੀ, ਔਰ ਉਸ ਨੂੰ ਸਿਸਟਮ ਕਦੀ ਵੀ ਸਵੀਕਾਰ ਨਹੀਂ ਕਰ ਸਕਦਾ ਕਿ ਇਸ ਤਰੀਕੇ ਨਾਲ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਜਿਹੜੀਆਂ ਪ੍ਰਦਰਸ਼ਿਤ ਹੋਣ। ਅਸੀਂ ਕਹਿ ਸਕਦੇ ਹਾਂ ਅਸੀਂ ਮਾਣ ਵੀ ਸਿੱਖਾਂ ਦੇ ਉਹ ਸ਼ਹੀਦ ਨੇ ਅਤੇ ਉਹ ਵਜੇ ਆ ਅਤੇ ਅਸੀਂ ਉਹਨੂੰ ਗਲੋਰੀਫਾਈ ਵੀ ਕਰਦੇ ਹਾਂ, ਕਰਨਾ ਵੀ ਚਾਹੁੰਦੇ ਹਾਂ, ਸਾਡੇ ਲੋਕ ਜਿਹੜੇ ਆ ਸੜਕਾਂ 'ਤੇ ਵੀ ਨਿਕਲ ਆਉਂਦੇ ਨੇ ਬੈਨਰ ਲੈ ਕੇ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ, ਪਰ ਮੈਂ ਸਮਝਦਾ ਕਿ ਸਾਨੂੰ ਇੱਕ ਜ਼ਿੰਮੇਵਾਰ ਸ਼ਹਿਰੀ ਦੇ ਤੌਰ 'ਤੇ ਵੀ ਬੜਾ ਕੁਝ ਜਿਹੜਾ ਸੋਚਣਾ ਪੈਣਾ। ਸਿੱਖਾਂ ਦੀ ਤਾਂ ਉਸ ਦੇਸ਼ ਦੇ ਵਿੱਚ ਪਛਾਣ ਹੀ ਇੱਕ ਹਿੰਦੁਸਤਾਨ ਦੇ ਰਾਖੇ ਵਜੋਂ ਆ, ਦੇਸ਼ ਦੇ ਰਾਖੇ ਵਜੋਂ ਆ, ਠੀਕ ਹੈ ਨਾ। ਔਰ ਇੱਕ ਮੈਂ ਇੱਕ ਕਮੈਂਟ ਜ਼ਰੂਰ ਕਰਨਾ ਚਾਹੁੰਦਾ ਦਵਿੰਦਰ ਜੀ, ਜਦੋਂ ਆਪਾਂ ਕੋਈ ਮੂਵੀ ਦੀ ਗੱਲ ਕਰਦੇ ਹਾਂ, ਤੁਸੀਂ ਹੁਣ ਐਗਜ਼ਾਮਪਲ ਦਿੱਤਾ ਸੀ ਸਰੀ ਵੇਚ ਕੇ ਗਿੰਦੇ ਆ ਆਪਣਾ, ਉਹ ਚੰਦੇ ਵੀ ਇਕੱਠੇ ਕੀਤੇ ਕਿ ਮੂਵੀ ਨੂੰ ਸਪੋਰਟ ਕਰਨ ਵਾਸਤੇ, ਪਹਿਲੀ ਚੀਜ਼ ਕੀ ਇਹ ਮੂਵੀ ਸਾਡੇ ਸਿੱਖ ਇਤਿਹਾਸ ਨੂੰ ਜਾਂ ਸਿੱਖ ਹਿਸਟਰੀ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ? ਕੀ ਇਹ ਮੂਵੀ ਦਾ ਪ੍ਰੋਫਿਟ ਕਿ ਸਿੱਖ ਔਰਗਨਾਈਜੇਸ਼ਨ ਨੂੰ ਜਾਂ ਸਿੱਖੀ ਪ੍ਰਚਾਰ ਵਾਸਤੇ ਜਾਣਾ, ਇਸੇ ਪਰਸਨਲ ਪ੍ਰੋਜੈਕਟ? ਜਦੋਂ ਦਵਿੰਦਰ ਜੀ ਮੈਂ ਜਾਂ ਤੁਸੀਂ ਕਿ ਪ੍ਰੋਜੈਕਟ 'ਤੇ ਪੈਸੇ ਲਾਈਏ, ਵਾਈ ਅਸੀਂ ਸਿਰਫ ਪ੍ਰਟੈਂਡ ਕਰ ਸਕਦੇ ਹਾਂ ਕਿ ਅਸੀਂ ਤਾਂ ਆਪਣਾ ਸਿੱਖਾਂ ਵਾਸਤੇ ਬਣਾਈ ਆ, ਪਰ ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ। ਜੇ ਸਿੱਖੀ ਵਾਸਤੇ ਮੂਵੀ ਬਣਾਉਣੀ ਸੀ, ਤੁਸੀਂ ਹਰੀ ਸਿੰਘ ਨਲਵੇ ਦਾ ਸਬਜੈਕਟ ਚੱਕ ਲੈਂਦੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਬਜੈਕਟ ਚੱਕ ਲੈਂਦੇ ਜਾਂ ਕੋਈ ਹੋਰ ਸਬਜੈਕਟ ਚੱਕ ਲੈਂਦੇ। ਅੱਛਾ, ਦੂਜੀ ਗੱਲ, ਇਹਨਾਂ ਮੂਵੀਆਂ ਦਾ ਕੀ ਟ੍ਰੈਂਡ ਹੈ ਦਵਿੰਦਰ ਜੀ? ਜੇ ਮੈਂ ਕੋਈ ਸਬਜੈਕਟ ਪਿੱਕ ਕਰ ਲਿਆ, ਪਹਿਲੀ ਗੱਲ ਤਾਂ ਮੈਂ ਹੀਰੋ ਬਣਨਾ ਵਾਂ, ਰਾਈਟ? ਦੈਟ ਮੀਨਸ ਕਿ ਮੈਂ ਇਸ ਪ੍ਰੋਜੈਕਟ ਨੂੰ ਵੈਲਿਡ ਨਹੀਂ ਮੰਨਦਾ। ਮੈਂ ਕੱਲ ਅੱਜ ਵੀ ਪੜ੍ਹ ਰਿਹਾ ਸੀ ਸਵੇਰੇ, ਉਹ ਲਿਖਿਆ ਸੀ ਇੱਦਾਂ ਦੀ ਮੂਵੀ ਜਦੋਂ ਬਣਦੀਆਂ, ਲੈਕ ਆਫ ਡਾਇਰੈਕਸ਼ਨ, ਲੈਕ ਆਫ ਐਵਰੀਥਿੰਗ, ਪਰ ਪ੍ਰੋਫੈਸ਼ਨਲ ਮੂਵੀ ਦੀ ਕੈਟਾਗਰੀਜ਼ ਤੇ ਇਹ ਕੁਆਲੀਫਾਈ ਨਹੀਂ ਕਰਦੀ ਆ। ਜੇ ਤੁਸੀਂ ਵੇਖੋ ਤੇ ਉਸ ਲੈਵਲ ਦੀਆਂ ਮੂਵੀਆਂ ਨਹੀਂ ਆ। ਹਰਪ੍ਰੀਤ ਜੀ, ਉਹ ਤਾਂ ਮਾਰਕੀਟ ਡਿਸਾਈਡ ਕਰੂਗਾ। ਮੈਂ ਹਰਪ੍ਰੀਤ ਜੀ ਤੁਹਾਡੀ ਇਸ ਗੱਲ ਦੇ ਉੱਤੇ ਕਮੈਂਟ ਕਰਨੀ ਚਾਹੁੰਦਾ। ਜੇ ਮਾਰਕੀਟ ਨੂੰ ਉਹ ਜੇ ਟ੍ਰਸਟ ਜਿਹੜੇ ਵਿਊਜ਼ ਨੇ, ਜੇ ਮੂਵੀ ਨਾ ਵਧੀਆ ਲੱਗੀ ਤਾਂ ਸ਼ਾਇਦ ਨੈਟ ਬਿਲਕੁਲ ਨਿਰਦੇਸ਼ਕ ਨੇ ਹਾਂ ਬਿਲਕੁਲ ਬਿਲਕੁਲ ਉਹਦੇ ਉਹਨਾਂ ਨੂੰ ਫਰਕ ਹਾਰ ਖਾਲੀ ਰਹੇਗਾ। ਪਰ ਤੁਸੀਂ ਹੁਣ ਆਪਣੇ ਅਖੰਡੇਸ਼ਨ ਨਹੀਂ ਕਿ ਲੋਕ ਹੁਣ ਆਪਾਂ ਇੱਕ ਧਾਰਮਿਕ ਭਾਵਾਂ 'ਚ ਬਹਿ ਕੇ ਚੰਦੇ ਇਕੱਠੇ ਕਰਕੇ ਦਿੰਦੇ ਆ। ਜੇ ਮੈਂ ਭਾਵਨਾਵਾਂ ਦੀ ਗੱਲ ਕੀਤੀ ਜਾਵੇ, ਗੁੱਗੂ ਗਿੱਲ ਨੂੰ ਜਾਂ ਜਿਹੜੇ ਦੋ ਦਾੜੀਆਂ ਮੁੱਛਾਂ ਮੁੰਨ ਕੇ ਜਿਹੜੇ ਕਲਾਕਾਰ ਨੇ ਜਿੰਦੇ ਤੇ ਸੁੱਖੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਸ ਵੇਲੇ ਧਾਰਮਿਕ ਭਾਵਨਾਵਾਂ ਹਰਟ ਨਹੀਂ ਹੋਣਗੀਆਂ ਪਰਮਿੰਦਰ ਸਿੰਘ ਜੀ? ਦਵਿੰਦਰ ਜੀ, ਇੱਥੇ ਹੈਗਾ ਕਿ ਕਰੈਕਟਰ ਨੂੰ ਵਧੀਆ ਤਰੀਕੇ ਨਾਲ ਕੌਣ ਪ੍ਰੈਜ਼ੈਂਟ ਕਰ ਸਕਦਾ ਆ, ਉਹ ਮੇਨ ਸ਼ਾਇਦ ਜ਼ਰੂਰੀ ਹੈਗਾ ਆ। ਬਾਕੀ ਜਦੋਂ ਅਸੀਂ ਇਸ ਦੇ ਵਿੱਚ ਗੱਲ ਕਰਦੇ ਹਾਂ, ਬਹੁਤ ਸਾਰੇ ਜਿਹੜੇ ਕਲਾਕਾਰ ਹੈਗੇ ਆ ਉਹ ਵਧੀਆ ਥੀਏਟਰ ਦੇ ਕਲਾਕਾਰ ਹੈਗੇ ਆ, ਵਧੀਆ ਹੰਢੇ ਹੋਏ ਕਲਾਕਾਰ ਹੈਗੇ ਆ। ਸੋ ਜਿਹੜਾ ਕਲਾਕਾਰ ਮੂਵੀ ਬਣਾ ਸਕਦਾ, ਬਿਲਕੁਲ ਬਣਾ ਸਕਦੇ ਆ ਜੀ, ਬਿਲਕੁਲ। ਔਰ ਇਹਦੇ ਵਿੱਚ ਜਿਹੜੀ ਗੱਲ ਹੈਗੀ ਆ ਕਿ ਜਿਹੜੇ ਇਹਦੇ ਵਿੱਚ ਕਰੈਕਟਰਸ ਵੀ ਹੈਗੇ ਆ ਉਹ ਵੀ ਓਰਿਜਨਲ ਸਟੋਰੀ ਲਾਈਨ ਦੇ ਨੇੜੇ ਰੱਖੇ ਗਏ ਆ, ਔਰ ਇਸ ਦੇ ਵਿੱਚ ਪਰਿਵਾਰ ਕੰਪੇਅਰ ਤਾਂ ਨਹੀਂ ਕਰ ਸਕਦੇ ਨਾ। ਆਈ ਹੈਵਨਟ ਇਵਨ ਹਰਡ ਅਬਾਊਟ ਹਿਮ। ਦਵਿੰਦਰ ਜੀ, ਇੱਥੇ ਜਿਹੜੀ ਗੱਲ ਹੈਗੀ ਆ ਉਹ ਇਹ ਹੈ ਕਿ ਇਸ ਪਰਿਵਾਰ ਦੇ ਨਾਲ ਮਿਲ ਕੇ ਪਰਿਵਾਰ ਦੇ ਉੱਤੋਂ ਪਰਿਵਾਰ ਦੇ ਮੈਂਬਰ ਜਿਹੜੇ ਸੀਗੇ ਉਸ ਟਾਈਮ ਦੇ ਉੱਤੇ ਨਾਲ ਸੀਗੇ ਜਦੋਂ ਇਹ ਮੂਵੀ ਈਵਨ ਡਾਇਰੈਕਟ ਵੀ ਹੋ ਰਹੀ ਸੀਗੀ। ਔਰ ਪਰਿਵਾਰ ਦੇ ਜਿਹੜੇ ਮੈਂਬਰ ਸੀ ਹਰ ਕਿਤੇ ਨਾਲ ਗਈ ਸੀ? ਨਹੀਂ ਦੇਖੋ ਬਿਲਕੁਲ ਹਰਪ੍ਰੀਤ ਜੀ, ਦਵਿੰਦਰ ਜੀ, ਮੇਰੀ ਇੰਟਰਵਿਊ, ਮੈਂ ਖੁਦ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਭਾਈ ਸਾਹਿਬ ਦੇ ਨਾਲ, ਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਦੀ ਜਿਹੜੀ ਨਹੀਂ ਬਟ ਉਹ ਵਨ ਸਾਈਡਡ ਸਟੋਰੀ ਸੀ। ਜੇ ਮੈਂ ਪ੍ਰੋਡਿਊਸਰ ਹੋਵਾਂ ਮੈਂ ਆਪਣੀਆਂ ਚੰਗੀਆਂ ਗੱਲਾਂ ਦੱਸੂਗਾ, ਬਟ ਕੀ ਉਹਨਾਂ ਗੱਲਾਂ ਨੂੰ ਵੈਰੀਫਾਈ ਕੀਤਾ ਗਿਆ ਵਾ? ਕੀ ਉਹ ਫੈਮਿਲੀ ਨੂੰ ਜਾ ਕੇ ਪੁੱਛਿਆ ਗਿਆ ਵਾ? ਮੈਂ ਤੇ ਕਹੂੰਗਾ ਮੈਂ ਮੂਵੀ ਬਣਾਈ ਹੈ ਜੀ, ਅੱਜ ਮੈਂ ਅੱਜ ਜ਼ੋਰ ਲਾਇਆ, ਮੈਂ ਫਲਾਣਾ ਬੰਦਾ ਮੇਰੇ ਨਾਲ ਸੀ। ਜੇ ਇੰਨੀ ਗੱਲ ਹੀ ਸੀਗੀ ਤੇ ਉਹ ਪਰਿਵਾਰ ਵੱਲੋਂ ਆਬਜੈਕਟ ਕਿਉਂ ਨਹੀਂ ਕੀਤਾ ਗਿਆ? ਪਰਿਵਾਰ ਆਬਜੈਕਟ ਕਰਦਾ ਕਿ ਹਾਂਜੀ ਸਾਡਾ ਨਾਮ ਯੂਜ਼ ਕੀਤਾ ਜਾ ਰਿਹਾ, ਸਾਡੀ ਕ੍ਰੈਡੀਬਿਲਿਟੀ ਯੂਜ਼ ਕੀਤੀ ਜਾ ਰਹੀ ਹੈ ਹਰਪ੍ਰੀਤ ਜੀ। ਮੇਰਾ ਖਿਆਲ ਹਰਪ੍ਰੀਤ ਜੀ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਸੱਚੀ ਕਹਾਣੀ ਨਹੀਂ, ਇਹ ਮਨਘੜਤ ਕਹਾਣੀ ਵੀ ਹੋ ਸਕਦੀ ਆ। ਨਹੀਂ, ਮੈਂ ਇਹ ਨਹੀਂ ਕਿਹਾ। ਪਰਮਿੰਦਰ ਜੀ ਕਹਿ ਰਹੇ ਨੇ ਕਿ ਪਰਿਵਾਰ ਨੂੰ ਨਾਲ ਰੱਖਿਆ ਗਿਆ ਸੀ, ਪ੍ਰੋਡਿਊਸਰ ਨੇ ਕਿਹਾ। ਜੇ ਪ੍ਰੋਡਿਊਸਰ ਇੰਨਾ ਧਿਆਨ ਰੱਖਣਾ ਦਵਿੰਦਰ ਜੀ, ਪ੍ਰੋਡਿਊਸਰ ਜਿਹੜੀ ਧਰਤੀ 'ਚ ਜਿਹੜੀ ਲਾਅ ਆਫ ਲੈਂਡ 'ਚ ਪ੍ਰੋਡਿਊਸਰ ਨੂੰ ਉਹਦਾ ਨਹੀਂ ਪਤਾ ਸੀ ਕਿ ਮੈਂ ਇੱਥੇ ਮੂਵੀ ਕਿੱਦਾਂ ਪਾਸ ਕਰਾਉਣੀ ਆ? ਕਿਉਂ ਨਹੀਂ ਦੂਜੇ ਕੇ ਸੰਨ ਦੀ ਗੱਲ ਕੀਤੀ ਕਿ ਕਿਉਂ ਨਹੀਂ ਕਰੈਕਟਰ ਦਾ ਨਾਂ ਚੇਂਜ ਕੀਤਾ ਗਿਆ? ਬਾਏ, ਇਟ ਵਾਜ਼ ਅ ਕਮਰਸ਼ੀਅਲ ਵੈਂਚਰ। ਜੇ ਸੱਚੀ ਕੋਈ ਪ੍ਰੇਰਣਾ ਸਰੋਤ ਦੇਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਅਕਾਲ ਤਖ਼ਤ ਸਾਹਿਬ ਨੂੰ ਨਾਲ ਲੈ ਕੇ ਇਹ ਫਿਲਮ ਨੂੰ ਫਾਈਨੈਂਸ ਕਰਾਇਆ ਜਾ ਸਕਦਾ ਸੀ, ਸਿੱਖਾਂ ਨੂੰ
ਫ੍ਰੀ ਚ ਤੇ ਮੂਵੀ ਅੱਜ ਦੀ ਸੋਸ਼ਲ ਨੈਟਵਰਕ ਨੂੰ ਯੂਜ਼ ਕਰਕੇ ਦਿਖਾਈ ਜਾ ਸਕਦੀ ਸੀ ਵਾਈ ਇਟ ਵਾਸ ਅ ਕਮਰਸ਼ੀਅਲ ਵੈਂਚਰ ਦੈਨ ਬਹੁਤ ਵਧੀਆ ਪੁਆਇੰਟ ਆ ਦਵਿੰਦਰ ਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਆ ਹਰਪ੍ਰੀਤ ਜੀ ਨੇ ਥੋੜੀ ਦੇਰ ਪਹਿਲਾਂ ਹੀ ਇੱਕ ਗੱਲ ਮੈਂਸ਼ਨ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਜਾਂ ਡਾਇਰੈਕਟਲੀ ਅਸੀਂ ਕਹਿ ਲਈਏ ਕਿ ਉਹ ਬਾਦਲੈਂਡ ਫੈਮਿਲੀ ਦੁਆਰਾ ਕੰਟਰੋਲ ਕੀਤੀ ਜਾਂਦੀ ਆ ਸੋ ਅਗਰ ਇਦਾਂ ਦਾ ਪ੍ਰੋਜੈਕਟ ਅੱਗੇ ਆਉਂਦਾ ਹੈ ਕੀ ਬਾਦਲ ਜੇ ਹੁਣ ਵੀ ਅਸੀਂ ਗੱਲ ਕਰ ਰਹੇ ਹਾਂ ਨਹੀਂ ਬਟ ਪ੍ਰਮੇਂਦਰ ਸਿੰਘ ਜੀ ਤੁਸੀਂ ਇਸੇ ਕਹਿ ਰਹੇ ਹੋ ਕਿ ਬਾਦਲ ਫੈਮਿਲੀ ਨੇ ਕੰਟਰੋਲ ਕੀਤੀ ਇੱਕ ਮਿੰਟ ਪ੍ਰਮੇਂਦਰ ਸਿੰਘ ਜੀ ਪਰ ਕੋਣ ਕਿਹਨੇ ਉਹਨਾਂ ਨੂੰ ਆਫਰ ਦੇ ਪ੍ਰਪੋਜ਼ਲ ਵੀ ਦਿੱਤਾ ਸੀ ਨਹੀਂ ਕਿਹਨੇ ਆਫਰ ਪ੍ਰਪੋਜ਼ਲ ਵੀ ਦਿੱਤਾ ਸੀ अगर वो उन्होंने पहला ही पता है कि यह चीज़ उन्होंने अलाउ करनी ही नहीं आ सो यह एक प्राइवेट वेंचर से बिल्कुल और ये किसी तो कोई डोनेशन नहीं मंगी जो उन्होंने ये पता कि उत्थे फिल्म से बैन लग जाना भी विदेशों के चलाइए उत्थे फंडरेज करिए तो पैसे इकट्ठे करिए मैं कोई फंडरेजिंग नहीं की है चोला साहब उन्होंने कोई भी फंडरेजिंग कोई नहीं हुई हैगी ਸਾਡਾ ਹੱਕ ਉਹ ਡਿਫਰੈਂਟ ਸਟੋਰੀ ਸੀ ਮਤਲਬ ਇਸ ਮੂਵੀ ਦੇ ਬਾਰੇ ਅਗਰ ਆਪਾਂ ਗੱਲ ਕਰੀਏ ਪ੍ਰਮੇਂਦਰ ਜੀ ਮੇਰਾ ਖਿਆਲ ਹੈ ਇਹਦੇ ਵਿੱਚ ਵੀ ਹੁਣ ਹੋਊਗੀ ਕਿਉਂਕਿ ਜਿਹੜੇ ਇੱਥੇ ਵਸਦੇ ਲੋਕ ਨੇ ਸਿੱਖੀ ਦੇ ਨਾਲ ਬੜੇ ਨੇੜਿਓਂ ਜੁੜੇ ਹੋਏ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਵਾ ਕਹਿ ਸਕਦੇ ਹਾਂ ਕਿ ਉਤੇਜਿਤ ਕੀਤਾ ਜਾ ਸਕਦਾ ਕਿਸੇ ਵੇਲੇ ਵੀ ਪਰ ਮੈਂ ਇਹ ਸਮਝਦਾ ਕਿ ਜਿਹੜਾ ਇਸ ਫਿਲਮ ਦਾ ਨਾਮ ਆ ਮੈਂ ਵੇਖ ਰਿਹਾ ਸਾਂ ਮਾਸਟਰ ਮਾਈਂਡ ਜਿੰਦਾ ਸੁੱਖਾ ਅੱਛਾ ਮੈਨੂੰ ਤਾਂ ਇਸ ਫਿਲਮ ਦੇ ਨਾਂ ਦੇ ਉੱਤੇ ਵੱਡਾ ਤਰ੍ਹਾਂ ਜੋ ਮਾਸਟਰ ਮਾਈਂਡ ਅਸੀਂ ਕਿਹਨੂੰ ਕਹਿੰਦੇ ਹਾਂ ਕੀ ਉਹਨਾਂ ਨੇ ਕਿਹੜੀ ਇਹੋ ਜਿਹੀ ਘਟਨਾ ਜਿਹੜੀ ਘੜ ਦਿੱਤੀ ਮਾਸਟਰ ਮਾਈਂਡ ਨੂੰ ਅਸੀਂ ਮੈਂ ਸੋਚਦਾ ਕਿ ਹਮੇਸ਼ਾ ਨੈਗੇਟਿਵ ਦੇ ਵਿੱਚ ਲਿਆ ਜਾਂਦਾ ਨੈਗੇਟਿਵ ਸੈਂਸ ਦੇ ਵਿੱਚ ਵੇਖੋ ਜੇ ਉਹ ਸਾਡੇ ਸਿੱਖ ਪੰਥ ਦੇ ਉਹ ਸਤਿਕਾਰਤ ਸ਼ਹੀਦ ਨੇ ਅਕਾਲ ਤਖਤ ਉਹਨਾਂ ਨੂੰ ਮਾਨਤਾ ਦੇ ਚੁੱਕਾ ਤੇ ਉਹ ਇਸ ਨਾਂ ਨੂੰ ਵੀ ਬੜੇ ਸਤਿਕਾਰ ਨਾਲ ਹੀ ਪੇਸ਼ ਕੀਤਾ ਜੇ ਉਹ ਡਾਕੂਮੈਂਟਰੀ ਹਾਂ ਇਹਦੇ 'ਤੇ ਵੇਖੋ ਇੱਕ ਵੈਸੇ ਫਿਲਮ ਬਣਾਉਣਾ ਇੱਕ ਡਾਕੂਮੈਂਟਰੀ ਉਹਨਾਂ 'ਤੇ ਵਧੀਆ ਬਣਾਈ ਜਾ ਸਕਦੀ ਜਿਹੜੀ ਸਾਡੇ ਆ ਵੀ ਸਕੂਲਾਂ ਦੇ ਵਿੱਚ ਜਾਂ ਜਿਹੜੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਉਹਨਾਂ ਦੇ 'ਚ ਵਿਖਾਈ ਜਾ ਸਕਦੀ ਆ ਇਹ ਜ਼ਰੂਰੀ ਆ ਵੀ ਸਿਨੇਮਾ ਘਰਾਂ ਦੇ ਵਿੱਚ ਥੋੜ੍ਹਾ ਜਿਹੀ ਮੂਵੀ ਵੀ ਬਣਾਈ ਜਾ ਸਕਦੀ ਆ ਬਿਲਕੁਲ ਤੁਸੀਂ ਲਾਅ ਆਫ ਲੈਂਡਸ ਰਹਿ ਕੇ ਤੁਹਾਨੂੰ ਪਤਾ ਕਿ ਤੁਸੀਂ ਤੁਹਾਨੂੰ ਸੈਂਸਰ ਬੋਰਡ ਇਸ ਮੂਵੀ ਨੂੰ ਚੈਲੰਜ ਕਰੂਗਾ ਤੁਸੀਂ ਆਪਣੀ ਸਕ੍ਰਿਪਟ ਨੂੰ ਪਹਿਲਾਂ ਹੀ ਇੱਦਾਂ ਕਿਉਂ ਨਹੀਂ ਲਿਖਦੇ ਜਿਹੜੀ ਦਵਿੰਦਰ ਜੀ ਨੇ ਗੱਲ ਕੀਤੀ ਪਹਿਲਾਂ ਵਾਰਨਿੰਗ ਕਿਉਂ ਨਹੀਂ ਦਿੰਦੇ ਇਹ ਮੂਵੀ ਕਾਲਪਨਿਕ ਘਟਨਾ ਤੇ ਕਿਹਦਾ ਵੀ ਕਿਹ ਨਾਲ ਇਹਦਾ ਮੂਵੀ ਦਾ ਹੈ ਨਹੀਂ ਤੁਸੀਂ ਥੋੜਾ ਜਿਹਾ ਸਮਾਰਟਲੀ ਵੀ ਕੰਮ ਕਰ ਸਕਦੇ ਹੋ ਤੁਸੀਂ ਆਪੇ ਹੀ ਇੱਦਾਂ ਦੀ ਓਬਜੈਕਸ਼ਨ ਕ੍ਰੀਏਟ ਕਰਨ ਦੇ ਹੋ ਜੇ ਤੁਹਾਨੂੰ ਪਤਾ ਹੈ ਕਿ ਹਾਂਜੀ ਸੈਂਸਰ ਬੋਰਡ ਨੇ ਮੂਵੀ ਤੋਂ ਓਬਜੈਕਸ਼ਨ ਉਠਾਉਣਾ ਹੀ ਪੈਣਾ ਇਹਨਾਂ ਦਾ ਓਬਜੈਕਸ਼ਨ ਤਾਂ ਵਾਜਬ ਆ ਜੇ ਤੁਹਾਨੂੰ ਪਤਾ ਕਿ ਇਹ ਜਿੰਦਾ ਸੁੱਖਾ ਕਹਿਣ ਦੇ ਨਾਲ ਮੂਵੀ ਟ੍ਰਬਲ ਦੇ ਵਿੱਚ ਆਊਗੀ ਉਸੇ ਮੂਵੀ ਨੂੰ ਉਹਨਾਂ ਕੈਰੈਕਟਰਾਂ ਦੇ ਨਾਲ ਜਿਵੇਂ ਚੋਲਾ ਸਾਹਿਬ ਨੇ ਕਿਹਾ ਕਿ ਮਾਸਟਰ ਮਾਈਂਡ ਨਾ ਕਹਿੰਦੇ ਜਾਂ 1984 ਦਾ ਜਾਂ ਕੋਈ ਹੋਰ ਘਟਨਾਕ੍ਰਮ ਦੇ ਨਾਲ ਕੋਈ ਨਾਮ ਦੇ ਦਿੰਦੇ ਤਾਂ ਮੇਰਾ ਖਿਆਲ ਆ ਜਿਹੜੇ ਜਨਰਲ ਵੈਦਿਆ ਦੇ ਪਰਿਵਾਰ ਨੇ ਜਾਂ ਜਿਹੜੇ ਸਾਡੇ ਐਕਸ ਸਰਵਿਸ ਮੈਨ ਨੇ ਕਿਉਂਕਿ ਜਨਰਲ ਵੈਦਿਆ ਸਾਡੇ ਲਈ ਸਿਟਕੌਮ ਦਾ ਕਾਤਲ ਹੋ ਸਕਦਾ ਪਰ ਜੇ ਦੇਖਿਆ ਜਾਵੇ ਹੀ ਵਾਸ ਪਰਫਾਰਮਿੰਗ ਹਿਸ ਡਿਊਟੀ ਅਕੋਰਡਿੰਗ ਟੂ ਦਾ ਜਿਹੜੀ ਇੰਡੀਅਨ ਗਵਰਨਮੈਂਟ 98% ਇੰਡੀਅਨ ਵਾਸਤੇ ਉਸ ਨੂੰ ਉਸੇ ਤਰ੍ਹਾਂ ਮਾਰਨਾ ਜਦੋਂ ਦੇਖਦੇ ਆ ਤਾਂ ਉਹ ਕਿਸੇ ਨਾ ਕਿਸੇ ਦੂਜੇ ਤਾਂ ਭਾਵਨਾਵਾਂ ਕਿਸੇ ਦੀਆਂ ਹਰ ਜ਼ਰੂਰ ਹੋਣਗੀਆਂ ਗੱਲ ਜਿਵੇਂ ਚੋੜਾ ਸਾਹਿਬ ਨੇ ਪਹਿਲਾਂ ਕੀਤੀ ਸੀ ਮਹਾਤਮਾ ਗਾਂਧੀ ਦੀ ਜਦੋਂ ਨੱਥੂ ਰਾਮ ਗੌਂਡਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਵੇਲੇ ਆਰਐਸਐਸ ਨੱਥੂ ਰਾਮ ਗੌਂਡਸੇ ਨੂੰ ਕਾਫੀ ਉਹਦੇ ਪ੍ਰਸ਼ੰਸਕ ਹੁੰਦੀ ਸੀ ਪਰ ਮੈਂ ਇਹ ਕਹਿ ਦਵਾਂ ਕਿ ਮਹਾਤਮਾ ਗਾਂਧੀ ਸ਼ਹੀਦ ਹੋਏ ਸੀ ਜਾਂ ਨੱਥੂ ਰਾਮ ਗੌਂਡਸਾ ਸ਼ਹੀਦ ਹੋਇਆ ਸੀ ਅਸੀਂ ਉਸ ਬਾਰੇ ਕੋਈ ਬੈਲੈਂਸ ਓਪੀਨੀਅਨ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਗੱਲ ਜ਼ਰੂਰ ਆ ਕਿ ਹਿੰਦੁਸਤਾਨ ਦੇ ਵਿੱਚ ਜਿਵੇਂ ਸਿੱਖ ਹੋਣ ਦੇ ਨਾਲ ਨਾਤੇ ਨਾ ਕਮਾਂ ਕੋਈ ਐਸੇ ਹਿੰਦੁਸਤਾਨੀ ਗੱਲ ਕਮਾਂ ਕਿ ਐਕਸ ਜਨਰਲ ਨੂੰ ਮਾਰਿਆ ਗਿਆ ਗੋਲੀਆਂ ਚਲਾ ਕੇ ਦੋ ਬੰਦਿਆਂ ਵੱਲੋਂ ਉਹਨਾਂ ਲਈ ਤਾਂ ਉਹ ਦੋ ਬੰਦੇ ਅੱਤਵਾਦੀ ਨੇ ਦੂਜੇ ਪਾਸੇ ਕੌਮ ਲਈ ਉਹ ਸ਼ਹੀਦ ਨੇ ਉਹਨਾਂ ਦੇ ਵਿੱਚ ਬੈਲੈਂਸ ਬਣਾ ਕੇ ਅੱਜ ਤੱਕ ਜਿਹੜੀ ਠੰਡ ਪਈ ਹੋਈ ਆ ਇਸ ਨੂੰ ਇੱਕ ਫਿਰਕੂਵਾਦ ਦਾ ਨਾਮ ਜ਼ਰੂਰ ਦਿੱਤਾ ਜਾ ਸਕਦਾ ਕਿਉਂਕਿ ਜੇ ਮਹਾਰਾਸ਼ਟਰ ਨਵਰਾਣ ਸੈਨਾ ਦੇ ਰਾਜ ਠਾਕਰੇ ਦੀ ਗੱਲ ਕੀਤੀ ਜਾਵੇ ਜਾਂ ਸ਼ਿਵ ਸੈਨਾ ਦੇ ਦੂਜੇ ਗਰੁੱਪ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਇੱਕ ਬਹਾਨਾ ਜ਼ਰੂਰ ਮਿਲੂਗਾ ਕਿ ਮੁੰਬਈ ਦੇ ਵਿੱਚ ਦੰਗੇ ਜ਼ਰੂਰ ਕਰਨਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਸਿੱਖਾਂ ਨੇ ਖੁਦ ਅਸੀਂ ਇਸ ਜਿਹੜੀ ਘਟਨਾਕ੍ਰਮ ਦਾ ਬਹੁਤ ਵੱਡਾ ਹਰਜਾਨਾ ਭਰਿਆ ਬੜਾ ਖਮਿਆਜਾ ਭੁਗਤਿਆ ਕਿ ਅਸੀਂ ਰੈਡੀ ਆ ਇਸ ਗੱਲ ਲਈ ਵੀ ਇਹ ਹਰਜਾਨਾ ਅਸੀਂ ਇੱਕ ਵਾਰੀ ਹੋਰ ਪੁੱਟਾਂਗੇ ਜਿਹੜੀਆਂ ਫਿਰਕੂ ਭਾਵਨਾਵਾਂ ਸ਼ਾਂਤ ਹੋਈਆਂ ਨੇ ਕਿ ਇਹ ਮੂਵੀ ਦੇਖਣੀ ਜ਼ਰੂਰੀ ਆ ਕਿ ਉਹਨਾਂ ਧਾਰਮਿਕ ਭਾਵਨਾਵਾਂ ਨੂੰ ਜਾਂ ਸਾਡੀਆਂ ਸੋਸ਼ਲ ਭਾਵਨਾਵਾਂ ਨੂੰ ਫਿਰ ਤੋਂ ਉਠਾਇਆ ਜਾਵੇ ਪਰਮਿੰਦਰ ਸਿੰਘ ਦਵਿੰਦਰ ਜੀ ਨਾਲ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ ਤੁਸੀਂ ਮੂਵੀ ਬਣਾ ਰਹੇ ਜੋ 98.3 ਲੋਕਾਂ ਦੇ ਅਗੇਨਸਟ ਭਾਵੇਂ ਅਸੀਂ ਉਹਨਾਂ ਨੂੰ ਸ਼ਹੀਦ ਕਹੀਏ ਪਰ 98% ਲੋਕ ਉਹਨਾਂ ਨੂੰ ਕੀ ਕਹਿੰਦੇ ਟੈਰੋਰਿਸਟ ਹੀ ਕਹਿਣਗੇ ਅਸੀਂ ਉਸ ਦੇਸ਼ ਜੇ ਰਹਿਣਾ ਵਾ ਤਾਂ ਆਈ ਥਿੰਕ ਸਾਨੂੰ ਸਮਾਰਟਲੀ ਰਹਿਣਾ ਪਊਗਾ
हरप्रीत जी और दविंदर जी चोला साहब, बहुत सारिया चीज़ा ये भी है कि अगर तुम मूवीज़ की गल करते, मैं बहुत सारिया मूवीज़ रियलिटिक जड़िया स्टोरीज़ है वो उत्ते भी आधारित बनिया हुई ने। सो य मतलब यह नहीं है कि यह जी है मूवी हैगी रियलिटी बेस्ड नहीं बन सकती सी, या ये रियल नाम जोड़े है वह नहीं पिक किए जा सकते थे। तुम पहला भी गल की है कि जी दूसरी इस तो पहला मूवी आई सी कौम के हीरे, वो भी नाम डिफरेंट लिया गया, उसके बावजूद भी उसके उत्ते बैन लगा सगा। सो किते ना किते जो मर्जी असी कोशिश कर लीए, सरकार ने या जड़े जड़े उस मूवी नू बैन करना चाहते हैं उन्होंने तो कोई ना कोई रीजन लभ ही लेना है कि हाँ जी ये मूवी उत्ते बैन लगना चाहिए है। बट यू ऑलरेडी नो परमिंदर सिंह जी सेंसर बोर्ड ने बायस रहना नहीं। दूसरे पास वेखो जी मैं कि जोड़ा पंजाब का जोड़ा दखांत सी संबंध में एक पंजाब 84 फिल्म आई सी, उस फिल्म नू वेख्या पता लगता कि वह दखांत है की सी। सचमुच एडी सोहनी उहदे च डिपिक्शन सी कि वेख के बंदा हिल जाता, और वह सचमुच जी दलजीत दसांझ उहदे विच हीरो सी, एडा वधिया उस बंदे ने किरदार निभाया। तो मैं चाहना कि पंजाब के दखांत बारे फिल्मा बननिया चाहीदियां, बनाइया जानिया चाहीदियां, पर वह उहदा दा म्यार जिहड़ा ना इस पद्धर का होना चाहीदा कि वह वाकई सचमुच लगे कि एक फिल्म आ, ना कि ताड़ा एक जिहड़ा आइडिया होवे कि सिर्फ बिजनेस या कमर्शियल तौर पर ही काम करना, तो किरदार इस तरह के बना के ते एक फिरके दीआं भावनां नूं लैके, पर दूजे पासे वसीह तौर दे उत्ते तुहानूं वेखण दी लोड़ आ कि इहदे नाल होर लोकां दीआं भावनावां आहत ते नहीं हुंदीआं। जिवें तूर साहब तुसीं कह रहे हो पंजाब दे विच जो लोकां ने हंडाया, जो दखांत वेख्या, वह समां लोक फिर जिहड़ा नहीं वेखणा चाहुंदे किसी भी हालत दे विच, असी लोग नहीं चाहते कि वह जिहड़े दिन जिहड़े आ दुबारा परतण। एक चीज मैं दविंदर जी अपने स्टूडियो काफी टाइम हो गया, साल पहला इदा कोई मूवी तो रिलेटेड कुछ शख्स आए थे, मैं उन्होंने थोड़ी जी डिस्कशन करते करते मेरे क्वेश्चन से उन्होंने वास्ते, असी जे अपने इतिहास बारे दसना है असी सानू दसन रहे हैं, विच इज ऑलसो गुड, साडे नवे जनरेशन पता लगना चाहिए, बट वाई डोंट वी मेक मूवी इन इंग्लिश हॉलीवुड, ताकि सारी दुनिया को पता लगे सिर्फ असी इको ही मार्केट क्यों टारगेट करने हैं। जे असी अपने ये सोच के चलीए कि वी वॉन्ट टू असी सारे नू दसना वा, देन वी शुड मेक मूवीज इन हॉलीवुड इन इंग्लिश कि सारी दुनिया नू पता लगे, नाले कोई सेंसर बोर्ड इंडिया दा बैन ही नहीं कर पाऊगा उन्हें। हरप्रीत जी थोड़ी गल बिल्कुल जायज आ, जे मैं बॉलीवुड दी ही गल करवा, लै अज दी बॉलीवुड दी मार्केट दी गल करा कि किसी भी बॉलीवुड मूवी दे विच एक पंजाबी गाना पा दो मूवी हिट हो जाती है। दैट्स राइट, बिल्कुल बिल्कुल, इट्स ट्रू। इस सिखां दे नाल जां पंजाबी दे नाल जिहड़ी असी साडी बोली जुड़ी हुई आ, ਉਹ ਬੋਲੀ ਇੰਡੀਅਨ ਫਿਲਮਾਂ ਦੇ ਵਿੱਚ ਇੰਨਾ ਕੁ ਮਹੱਤਵ ਰੱਖਦੀ ਆ ਕਿ ਜੇ ਸਾਡਾ ਕਲਚਰ ਦਾ ਇੱਕੋ ਹੀ ਗਾਣਾ ਪਾ ਦਈਏ, ਮੈਂ ਨਹੀਂ ਕਹਿੰਦਾ ਕੋਈ ਧਾਰਮਿਕ ਕੋਈ ਉਹ ਦੂਜਾ ਗਾਣਾ ਪਾਈਏ, ਪਰ ਰਿਐਲਿਟੀ ਇਹ ਆ ਕਿ ਪੰਜਾਬੀ ਗਾਣੇ ਦੀ ਟੋਨ ਦੇ ਨਾਲ ਉਹ ਮੂਵੀ ਹਿੱਟ ਹੋ ਜਾਂਦੀ ਆ। ਜਦੋਂ ਕਲਚਰ ਦੀ ਗੱਲ ਕਰਾਂਗੇ, ਉਹ ਕਹਿੰਦੇ ਨੇ ਪੰਜਾਬੀ ਤੜਕਾ, ਹਾਂ, ਜਾਂ ਧਾਰਮਿਕ ਭਾਵਨਾਵਾਂ ਦੀ ਗੱਲ ਕਰਾਂਗੇ, ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਮਾਰਕੀਟ ਐਡੀ ਵੱਡੀ ਹੋਊਗੀ, ਇਕੱਲੇ ਸਿੱਖ ਨਹੀਂ, ਇਕੱਲੇ ਹਿੰਦੁਸਤਾਨੀ ਨਹੀਂ, ਸਾਰੇ ਦੂਜੇ ਧਰਮਾਂ ਵਾਲੇ ਵੀ, ਹੋਰ ਤਾਂ ਹੋਰ ਵਰਲਡ ਦੇ ਵਿੱਚ ਉਸ ਧਰਮ ਦੀ ਜੇ ਜੇ ਉਹ ਭਾਵਨਾਵਾਂ ਨੂੰ ਸਹੀ ਢੰਗ ਨਾਲ ਦਰਸਾਇਆ ਗਿਆ ਤਾਂ ਉਹ ਮੂਵੀ ਹਿੱਟ ਹੀ ਹੋਊਗੀ। ਪਰ ਇਹਦੇ ਵਿੱਚ ਪ੍ਰੋਬਲਮ ਬਹੁਤ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਸੇ ਧਾਰਮਿਕ ਗੁਰੂ ਨੂੰ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੀ, ਹੋਰ ਤਾਂ ਹੋਰ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਸਰਸਾਉਣ ਦੀ ਗੱਲ ਕੀਤੀ ਜਾਂਦੀ ਆ ਉੱਥੇ ਵੀ ਕਿੰਤੂ ਪਰੰਤੂ ਕੀਤੇ ਜਾਂਦੇ ਨੇ। ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਗੱਲ ਕਰ ਲਈਏ, ਉਸ ਵੇਲੇ ਵੀ ਕਿੰਤੂ ਪਰੰਤੂ ਹੋਣੇ ਨੇ, ਜਿੰਨੇ ਬਹਾਦਰ ਕੌਮ ਦੇ ਹੀਰੇ ਹੋਏ ਨੇ ਉਹਨਾਂ 'ਤੇ ਕਿੰਤੂ ਪਰੰਤੂ ਤਾਂ ਅਸੀਂ ਖੁਦ ਹੀ ਲਾ ਰਹੇ ਹਾਂ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮਾਰਕੀਟ ਦੀ, ਪਰਮਿੰਦਰ ਸਿੰਘ ਜੀ ਮੈਂ ਤੁਹਾਨੂੰ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਰਮਾਇਣ ਜਿਹੜਾ ਸੀਰੀਅਲ ਚੱਲਿਆ ਸੀ ਉਸ ਦੇ ਜਿਹੜੇ ਕਿਰਦਾਰ ਜੀ ਨੇ ਰਾਮ ਦੀ ਭੂਮਿਕਾ ਨਿਭਾਈ ਸੀ, ਉਸ ਤੋਂ ਬਾਅਦ ਜਿਹੜੀ ਸੀਤਾ ਦੀ ਭੂਮਿਕਾ ਨਿਭਾਈ ਸੀ, ਉਹਨਾਂ ਦਾ ਆਲਮੋਸਟ ਕੈਰੀਅਰ ਉਸ ਸੀਰੀਅਲ ਤੋਂ ਬਾਅਦ ਖਤਮ ਹੋ ਗਿਆ, ਕਿਉਂਕਿ ਲੋਕੀ ਉਹਨਾਂ ਨੂੰ ਇੱਕ ਗੁਰੂ ਮੰਨਣ ਲੱਗ ਗਏ ਸੀਗੇ, ਤੇ ਜਿਹੜੀਆਂ ਦੂਜੀਆਂ ਉਹਨਾਂ ਦੀਆਂ ਫਿਲਮਾਂ ਸੀਗੀਆਂ ਉਹ ਸਾਰੀਆਂ ਫਲਾਪ ਹੋ ਗਈਆਂ, ਫਲਾਪ ਹੋ ਰਹੀਆਂ ਸੀ। ਉਸ ਤੋਂ ਬਾਅਦ ਮਹਾਭਾਰਤ ਆਇਆ ਸੀ, ਚੌਹਾਨ ਸਾਹਿਬ ਨੇ ਯੁਧਿਸ਼ਠਰ ਦੀ ਭੂਮਿਕਾ ਨਿਭਾਈ ਸੀ, ਹੁਣ ਉਹਨਾਂ ਨੂੰ ਉਹਨਾਂ ਨੇ ਫਿਲਮ ਇੰਡਸਟਰੀ ਦਾ ਹਾਲਾਂਕਿ ਚੇਅਰਮੈਨ ਬਣਾਇਆ, ਕਿੰਤੂ ਪਰੰਤੂ ਹੋ ਰਹੇ ਨੇ, ਯੁਧਿਸ਼ਠਰ ਦੀ ਭੂਮਿਕਾ ਦਾ ਕੋਈ ਐਡਾ ਵੱਡਾ ਉਹਨਾਂ ਦਾ ਮਹੱਤਵ ਨਹੀਂ ਰਿਹਾ। ਜੇ ਬੰਦ ਖਿੜਕੀ ਵਰਗੀ ਜਾਂ ਦੂਜੀਆਂ ਜਿਹੜੀਆਂ ਥਰਡ ਗ੍ਰੇਡ ਦੀਆਂ ਫਿਲਮਾਂ ਬਣਾਈਆਂ ਨੇ ਉਹ ਅੱਗੇ ਆ ਜਾਂਦੀਆਂ ਨੇ। ਮੇਰਾ ਕਹਿਣ ਦਾ ਮਤਲਬ ਜੇ ਤੁਸੀਂ ਕਿਸੇ ਗੁਰੂ ਦੀ, ਹਾਲਾਂਕਿ ਸਿੱਖ ਧਰਮ ਦੇ ਵਿੱਚ ਤਾਂ ਗੁਰੂਆਂ ਨੂੰ ਅਸੀਂ ਦਰਸਾਉਣ ਦੀ ਇਜਾਜ਼ਤ ਨਹੀਂ ਦਿੰਦੇ, ਪਰ ਜੇ ਹਿੰਦੂ ਧਰਮਾਂ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਦਿਖਾ ਕੇ ਐਕਟ ਕੀਤਾ, ਉਹਨਾਂ ਦਾ ਕੈਰੀਅਰ ਵੀ ਕੋਈ ਬਾਲਾ ਵਧੀਆ ਨਹੀਂ ਰਿਹਾ। ਕੁਐਸਚਨ ਅੱਜ ਮੈਂ ਇੰਟਰਵਿਊ ਤਾਂ ਨਹੀਂ ਲੈ ਸਕਿਆ, ਪ੍ਰੋਡਿਊਸਰ ਫਿਲਮ ਦੇ ਆਏ ਹੋਏ ਸੀਗੇ, ਸਾਡੇ ਚੈਨਲ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ, ਪਰ ਕੁਐਸਚਨ ਤਾਂ ਇਹ ਬਣਦਾ ਕਿ ਜਿਹੜੇ ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਪੁੱਛਿਆ ਜਾਵੇ ਕਿ ਜਿੰਦੇ ਤੇ ਸਿੱਖੇ ਸੁੱਖੇ ਤੋਂ ਉਹ ਇੰਨੇ ਪ੍ਰਭਾਵਿਤ ਕਿਉਂ ਹੋਏ ਕਿ ਆਹ ਮੂਵੀ ਬਣਾਉਣੀ ਸ਼ੁਰੂ ਕਰ ਦਿੱਤੀ, ਹੋਰ ਬਹੁਤ ਵੱਡਾ ਕਲਚਰ ਦਿਖਾਉਣ ਨੂੰ ਸੀ,
जिंदे सिक्के तो इन्ना प्रभावित क्यों हुए? परमिंदर सिंह जी दविंदर जी मेरी गल प्रोड्यूसर्स दे नाल होई सी जदों हो इत्थे कैनेडा आए हुए थे तो उस टाइम तो उन्होंने कहा सीगा कि बहुत सारी स्टोरीज होर भी है पर जे असी मॉडर्न इतिहास की गल करिए 1984 तो बाद की गल करिए एक बहुत महत्वपूर्ण जड़ा एक किरदार सीगा या एक घटनावां सीगियां जिहड़ियां इन्हां वल्लों अंजाम दित्तियां गईयां सीगियां सो उस करके इस दो किरदार जिहड़े सीगे उन्होंने चुने सीगे और इहदे विच एक चीज़ होर भी सीगी कि उन्हां नूं जिहड़ी स्टोरी लाइन सीगी उह सुखे ते जिंदे दीआं जिहड़ियां उन्हां दीआं लैटर्स सीगियां उन्हां तों मिली सीगी सो उन्होंने यह कोई जिहड़ी स्टोरी सीगी इह आप नहीं उन्होंने लिखी नहीं हैगी कोई बनाई नहीं हैगी वह कहिंदे सीगे कि सानूं उत्थों जिहड़ी हैगी प्रेरणा मिली आ उहदीआं लैटर्स आई थिंक जिहड़ा इस समय अमृतसर उत्थे म्यूजियम हैगा उहदे विच भी सिख इतिहास का म्यूजियम उहदे विच पईआं होईआं ते उत्थों कहिंदे सी असीं उह जिहड़ी है सारी इंस्पीरेशन जिहड़ी आ लई आ पर इह जिहड़ी प्रेरणा दी तुसीं गल करदे हो चलो दर्श जिहड़े प्रोड्यूसर सी उन्हां नूं तां प्रेरणा मिली कि एक गुड कमर्शियल वेंचर हो सकदा इस प्रोग्राम संबंधी उन्हां दा काफ़ी मुनाफा भी हो सकदा पर दर्शकां नूं किहड़ी प्रेरणा देना चाहुंदे सी उह बिल्कुल बिल्कुल बहुत तुहाडी गल्ल सिर्फ ते सिर्फ कि वह दर्शकों नूं असीं व्यूअर नूं अहीं देना की चाहुंदे इहो जिहियां फिल्मां जिहड़ियां प्रस्तुत करके अहीं कहना की चाहुंदे सिख इतिहास दे विच बहुत कुछ पिया मैं कहना भी इन्ना काम करन वाला पिया अज तक किसी ने हिम्मत नहीं की जरूरत नहीं की सिर्फ एक हुण हैरी बवेजा हुणां ने फिल्म जिहड़ी चार साहिबजादे बनाई आ और इदां दीआं फिल्मां बनाउण दी लोड़ आ सिख इतिहास नूं चंगे ढंग नाल चित्रण दी लोड़ आ इतिहास गवाह वा सिखां ने जो कुछ कीता धर्म लई देश लई अज तक उन्हूं असी सही तरीके नाल डिपिक्शन जिहड़ी उहदी किते भी नहीं कर सके जे असी सुहिरदा कौम प्रति जे असी कुछ करना चाहुंदे हां साडे अंदर कुछ है कुछ करन लई ते इहो जिहा काम करन दी लोड़ आ ना कि वक्ती तौर ते इहो जिहियां उलझणां नूं उलझाउण दी लोड़ आ जिवें कि तूर साहब अहीं सब जाणदे हां मैनूं ते बड़ा वैसे दुख हुंदा इहो जिहियां गल्लां दे उत्ते फिर सवाल उठाउण दे उत्ते कि असीं जाणदे हां कि जिहड़ा पंजाब दा अतवाद सी उहदे पिछे किहड़ियां ताकतां सी उह किहड़ा सिस्टम सी किवें एजेंसियां ने वह काम किया किवें सिखां नूं मूर्ख बना छड्डिया सिख सिख नाल लड़ा छड्डे हिंदू लड़ा छड्डे और वह लोग जिहड़े आ अपने मकसद दे विच सफल भी होए और अज फिर असीं उन्हां उलझणां दे विच पए हां अहीं अहीं लोकां नूं असलीयत दसण की कोशिश नहीं कर रहे भी होया की उदों परमिंदर सिंह जी जिवें चोला साहब ने बहुत वधिया गल कीती आ कि जिहड़े प्रोड्यूसर ते डायरेक्टर इह कित्थों सर्टिफिकेट लै के आए ने कि इहनां दा पार्ट भी ਉਹਨਾਂ ਏਜੰਸੀਆਂ ਵਰਗਾ ਨਹੀਂ ਹੋਊਗਾ ਜਿਨ੍ਹਾਂ ਨੇ ਸਾਨੂੰ ਧਾਰਮਿਕ ਭਾਵਨਾਵਾਂ ਦੇ ਨਾਲ ਪਹਿਲਾਂ ਹੀ ਬੰਨ ਰੱਖਿਆ ਸੀ ਬਿਲਕੁਲ ਬਿਲਕੁਲ ਦਵਿੰਦਰ ਜੀ ਬਹੁਤ ਵਧੀਆ ਵੈਲਿਡ ਪੁਆਇੰਟ ਹੈਗਾ ਹੈ ਕਿ ਇਹ ਏਜੰਸੀਆਂ ਦੇ ਪ੍ਰਤੀ ਜਾਂ ਏਜੰਸੀਆਂ ਵੱਲੋਂ ਕੋਈ ਅਸਰ ਨਹੀਂ ਹੈਗਾ ਉਹਨਾਂ ਦੇ ਉੱਤੇ ਇੱਥੇ ਜੋ ਵੀ ਉਹਨਾਂ ਨੇ ਕੀਤਾ ਹੈਗਾ ਆ ਜੇ ਪਹਿਲਾਂ ਉਹ ਪਹਿਲਾਂ ਇੰਸਪਾਇਰ ਹੋਏ ਸੀਗੇ ਕਿ ਜਿਹੜੀ ਮੂਵੀ ਇਹ ਬਣੀ ਸੀਗੀ ਇਸ ਤੋਂ ਪਹਿਲਾਂ ਕੌਮ ਦੇ ਹੀਰੇ ਅਤੇ ਉਸ ਤੋਂ ਬਾਅਦ ਅਗਰ ਕੋਈ ਕਰੈਕਟਰ ਸ਼ਾਇਦ ਆਉਂਦਾ ਹੈ ਤਾਂ ਸ਼ਾਇਦ ਸੁੱਖਾ ਅਤੇ ਜਿੰਦਾ ਹੀ ਇਸ ਦੌਰ ਦੇ ਵਿੱਚ ਮਹੱਤਵਪੂਰਨ ਆਉਂਦੇ ਸੀਗੇ बहुत ज्यादा पर दविंदर जी मेरा एक होर क्वेश्चन है इंडियन एयरफोर्स की हिस्ट्री विच एक शख्स नूं परमवीर चक्कर मिलिया वा निर्मलजीत सिंह सिखों असीं उत्ते नहीं मूवी बना सकदे सी बिल्कुल हरप्रीत जी बना सकते हैं शायद बनिया भी होंगी ओदी उस फिल्म दे उत्ते बिजनेस नहीं किया जा सकता दैट्स एग्जैक्टली राइट परमिंदर सिंह जी मैनूं माड़ा थोड़ा कंपेयर जरूर करियो भावनावां मैं भी समझदा मैं भी रिस्पेक्ट कर रहा पूरी पर संत जरनैल सिंह भिंडरांवालिया ते मूवी तां नहीं बनी ਜਿੰਦੇ ਸੁੱਖੇ ਦੀ ਤੁਸੀਂ ਕਹਿੰਦੇ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਉਹ ਉਦੋਂ ਬਾਅਦ ਜਿਹੜੇ ਕੌਮ ਦੇ ਹੀਰੇ ਉਹ ਜ਼ਿਆਦਾ ਸੀ ਉਹ ਕੌਮ ਦੇ ਹੀਰੇ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤੋਂ ਹੀ ਪ੍ਰਭਾਵਿਤ ਸੀ ਤਾਂ ਉਹਨਾਂ ਬਾਰੇ ਮੂਵੀ ਕਿਉਂ ਨਹੀਂ ਬਣਦੀ ਕਿਉਂਕਿ ਮਾਸਟਰਮਾਈਂਡ ਤੇ ਮੇਰੇ ਖਿਆਲ ਕਿਤੇ ਨਾ ਕਿਤੇ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਰੂਰ ਕਹਿਣਾ ਚਾਹੀਦਾ ਮੈਂ ਬਿਲਕੁਲ ਮੈਂ ਤੁਹਾਡੀ ਗੱਲ ਦਾ ਜਵਾਬ ਬਿਲਕੁਲ ਇਹ ਦੇਣਾ ਚਾਹੂੰਗਾ ਪਹਿਲੀ ਗੱਲ ਇਹ ਕਿ ਜਰਨੈਲ ਸਿੰਘ ਪਿੰਡਰਾਂ ਵਾਲਾ ਜੀ ਦੀ ਜਿਹੜੀ ਜੀਵਨੀ ਹੈਗੀ ਆ ਜਾਂ ਉਹਨਾਂ ਨੂੰ ਡਿਪਿਕਸ਼ਨ ਜਿਹੜੀ ਹੈਗੀ ਉਹਨਾਂ ਦੀ ਉਹ ਸ਼ਾਇਦ ਕੋਈ ਨਹੀਂ ਕਰਨਾ ਚਾਹੁੰਦਾ
उस तो बाद दूसरी गल जी है इस मूवी के जी स्टोरी लाइन सी उन्होंने ईजली अवेलेबल सी कि जो जो घटनावां जिदा जिदा हुई उस तरीके उन्होंने अवेलेबल सगिया। उस तो बाद जो उन्होंने इस चीज़ को लैके फंड्स जोड़े चाहिए थे जोड़े उन्होंने को बजट से बहुत ज़्यादा व्डा नहीं सगा। सो अपने बजट न ध्यान में रखते हुए उन्होंने ये जी मूवी आ बनाई आ। सो ये उन्हां वालों ये भी गल की गई है कि इन्होंने कोई ये कमर्शियल वेंचर नहीं है, ये सिर्फ ते सिर्फ इतिहास की जानकारी देने लिए ये मूवी बनाई गई है। हुण लेट्स से इफ इट्स नॉट अ कमर्शियल वेंचर प्रॉफिट कितने जाऊगा मूवी का? ਤੁਸੀਂ ਪਹਿਲੇ ਗੱਲ ਕਰਦੇ ਜੀ ਅਜੇ ਤੱਕ ਤਾਂ ਪ੍ਰੋਫਿਟ ਹੋਇਆ ਨਹੀਂ, ਇਹ ਤਾਂ ਮੂਵੀ ਰਿਲੀਜ਼ ਵੀ ਨਹੀਂ ਹੋਈ ਜਦੋਂ ਨਹੀਂ ਜਦੋਂ प्लान यह है कि ਜਿਹੜਾ ਵੀ ਉਹਨਾਂ ਨੂੰ ਪ੍ਰੋਫਿਟ ਹੋਊਗਾ ਉਹ ਅਗਲੇ ਵੈਂਚਰ ਦੇ ਵਿੱਚ ਇਨਵੈਸਟ ਕਰਨਾ ਉਹਨਾਂ ਨੇ। ਸੋ ਅਗਰ ਇਹ ਓਕੇ ਚਲੋ ਮੈਂ ਤੁਹਾਨੂੰ ਪਰਮਿੰਦਰ ਸਿੰਘ ਜੀ ਹੁਣ ਮੈਂ ਇੱਕ ਸਿੰਪਲ ਜਿਹਾ ਕੁਐਸਚਨ ਪੁੱਛੂਗਾ ਤੁਹਾਡੇ ਤਿੰਨਾਂ ਨੂੰ, ਰਾਈਟ ਜੀ। ਇਹ ਮੂਵੀ ਨੂੰ ਦੇਖਣ ਤੋਂ ਬਾਅਦ ਐਂਟਰਟੇਨਮੈਂਟ ਮਿਲੂਗੀ ਜਾਂ ਪ੍ਰੇਰਣਾ ਮਿਲੂਗੀ? ਮੇਰੇ ਹਿਸਾਬ ਨਾਲ ਇੱਕ ਜਾਣਕਾਰੀ ਜਿਹੜੀ ਆ ਉਹ ਮਿਲੂਗੀ ਉਸ ਟਾਈਮ ਦੇ ਉੱਤੇ ਕਿਹੜੀਆਂ ਘਟਨਾਵਾਂ ਕਿੱਦਾਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀਗੀਆਂ, ਇਹ ਚ ਪ੍ਰੇਰਣਾ ਨਹੀਂ ਹੈਗੀ, ਇਹ ਤਾਂ ਸਿਰਫ ਇਤਿਹਾਸ ਦੀ ਜਾਣਕਾਰੀ ਹੈ। ਕੋਈ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੈਗਾ ਤਾਂ ਫਿਰ ਸੈਂਸਰ ਬੋਰਡ ਕੋਲ ਜਾਣ ਦੀ ਲੋੜ ਵੀ ਕੀ ਸੀ? ਪਰ ਜਦੋਂ ਤੁਸੀਂ ਇਸ ਇੱਕ ਇੱਕ ਮੂਵੀ ਨੂੰ ਕਮਰਸ਼ੀਅਲ ਲੈਵਲ ਦੇ ਉੱਤੇ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਤੇ ਉਸ ਟਾਈਮ ਦੇ ਉੱਤੇ ਦਵਿੰਦਰ ਜੀ ਐਂਟਰਟੇਨਮੈਂਟ ਤਾਂ ਬਟ ਆਫਕੋਰਸ ਹੈਗਾ ਹੀ ਹੈਗਾ ਆ। ਐਂਟਰਟੇਨਮੈਂਟ ਤਾਂ ਅਗਰ ਤੁਸੀਂ ਜਾਣਕਾਰੀ ਹਾਸਲ ਕਰਦੇ ਪਏ ਆ ਉਹਦੇ ਵਿੱਚ ਵੀ ਐਂਟਰਟੇਨਮੈਂਟ, ਅਗਰ ਤੁਸੀਂ ਨਹੀਂ ਹੈਗੇ ਤੁਹਾਨੂੰ ਉਹ ਜਾਣਕਾਰੀ ਮਿਲਦੀ ਪਈ ਤੇ ਤਾਂ ਵੀ ਉਹ ਐਂਟਰਟੇਨਮੈਂਟ ਆ। ਤੁਸੀਂ ਇੱਥੇ ਬਕਵਾਸ ਬਕਵਾਸ ਮੂਵੀਜ਼ ਜਿਹੜੀਆਂ ਹੈਗੀਆਂ ਦਵਿੰਦਰ ਜੀ ਉਹ ਵੀ ਸੈਂਸਰ ਬੋਰਡ ਕੋਲ ਜਾਂਦੀਆਂ ਆ, ਉਹ ਉਹਨਾਂ 'ਚ ਕਿਹੜਾ ਐਂਟਰਟੇਨਮੈਂਟ ਹੁੰਦਾ? ਓਕੇ ਚੋਲੇ ਸਾਹਿਬ, ਐਂਟਰਟੇਨਮੈਂਟ ਹੋਊਗੀ ਜਾਂ ਪ੍ਰੇਰਣਾ ਹੋਊਗੀ? देखो जी जिहड़ा तुसीं गल कर रहे भी इहो जिहड़ियां फिल्मां ने इतिहासक फिल्मां जिहड़ियां इतिहासक परिपेख दे विच बनदियां उन्हां नूं ही एंटरटेनमेंट नहीं कह सकदे। ओह इक प्रेरणादायक इहो जिहियां जिहड़ियां स्टोरीआं हुंदियां ने उन्हां ते जां जिहड़े इतिहासक जिहड़े किरदार ने उन्हां नाल जदों फिल्मांकन कीता जांदा असीं अपनी नौजवान पीढ़ी नूं कुछ दसना चाहुंदे आ। हुण सवाल ये उठता कि जिंदा सुखा दी जिहड़ी स्टोरी आ उहदे तों अहीं अपनी जिहड़ी नौजवान पीढ़ी आ की प्रेरणा देनी चाहुंदे आ अहीं? बट इज इट ए हिस्टोरिकल इंपोर्टेंस? बिलशक हिस्टोरिकल इंपोर्टेंस तो इहदी है, पर उही है ना हुण जिहड़ा ये इतिहास आ ये इतिहास हिंदुस्तान दा ते कोई काला पन्ना हो सकदा, सिख कौम लई सुनहरा पन्ना हो सकदा। ये जिहड़ियां जिहड़ियां स्टोरीआं ने जां फिल्मां ने ये जिहड़ियां मैं इहदे विच मैनूं कहण दे विच कोई झिझक नहीं, ये कम्यूनिटी नूं डिवाइड करदियां ने, देश दी अखंडता दे उत्ते भी हरफ उहदे नाल आउंदा। वो जिहड़े हुण ने जिंदा सुखा वो साडी कौम दे बिना शक शहीद ने, पर जदों उहनां नूं भारत दे जां इंडिया दे परस्पेक्टिव दे विच वेखांगे उहनूं वो सिस्टम जिहड़ा वा कदे वी जिहड़ा स्वीकार जिहड़ा वो नहीं करदा ना उहनां ने करना। ਰੰਧਾਵਾ ਸਾਹਿਬ, ਤੁਸੀਂ ਮੰਨਦੇ ਹੋ ਕਿ ਇਟ ਇਜ਼ ਅ ਹਿਸਟੋਰੀਕਲ ਇੰਪੋਰਟੈਂਸ ਅਤੇ ਜਿਹੜੀ ਇਹ ਮੂਵੀ ਆ ਉਹ ਹਿਸਟਰੀ ਨੂੰ ਰਿਪ੍ਰਜੈਂਟ ਕਰਕੇ ਇੱਕ ਤਰ੍ਹਾਂ ਦਾ ਆਪਣਾ ਫਰਜ਼ ਨਿਭਾਊਗੀ? ਦਵਿੰਦਰ ਜੀ, ਇਹ ਤਾਂ ਆਈ ਥਿੰਕ ਹਰ ਸਿੱਖ ਕਹੂਗਾ ਕਿ ਹਾਂਜੀ ਜੋ ਜਿੰਦਾ ਸੁੱਖਾਂ ਨੇ ਕੀਤਾ ਸੀ ਅਸੀਂ ਜਿੱਦਾਂ ਕਹਿ ਚੁੱਕੇ ਹਾਂ ਔਰ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹਾਂ। ਅਤੇ ਕਹਾਣੀ 'ਤੇ ਦੇਖੋ ਹਰ ਸ਼ਾਇਦ ਸਾਨੂੰ ਪਤਾ ਹੋਣੀ ਚਾਹੀਦੀ ਆ, ਪਰ ਮੈਂ ਫਿਰ ਉਹੀ ਗੱਲ 'ਤੇ ਵਾਪਸ ਜਾਊਂਗਾ ਕਿ ਜੇ ਸ਼ਾਇਦ ਮੈਂ ਮੂਵੀ ਬਣਾਉਣੀ ਹੁੰਦੀ ਦਵਿੰਦਰ ਜੀ, ਇਹ ਮੂਵੀ ਬਣਦੀ ਵੀ, ਇਹ ਮੂਵੀ ਪਾਸ ਵੀ ਹੁੰਦੀ, ਇਹ ਮੂਵੀ ਥੀਏਟਰਾਂ 'ਚ ਵੀ ਲੱਗਦੀ ਅਤੇ ਲੋਕ ਵੀ ਵੇਂਦੇ। ਕਿਤੇ ਨਾ ਕਿਤੇ ਜਿਹੜੀ ਇੰਟੈਂਸ਼ਨ ਸੀ ਪ੍ਰੋਡਿਊਸ ਕਰਨ ਦੀ ਜਾਂ ਜਿਹੜੀ ਇੰਟੈਂਸ਼ਨ ਸੀ ਮੂਵੀ ਨੂੰ ਅੱਗੇ ਲਿਆਉਣ ਦੀ ਕਿ ਅਸੀਂ ਉਹ ਟ੍ਰੈਂਡ ਅੱਗੇ ਲੈ ਕੇ ਜਾਣਾ ਹੈ। ਹੁਣ ਪ੍ਰੋਡਿਊਸਰ ਪਰਮਿੰਦਰ ਜੀ ਕਹਿਣ ਡਿਆ ਇੱਥੇ ਕਿ ਅਸੀਂ ਜੋ ਪ੍ਰੋਫਿਟ ਆਊਗਾ ਉਹ ਕੀ ਕਹਿੰਦੇ ਆ ਸਾਡੇ ਵਾਸਤੇ ਨਹੀਂ ਆ, ਪਰ ਅਸੀਂ ਅੱਗੇ ਜਿਹੜੀ ਮੂਵੀ ਬਣਾਉਣੀ ਆ ਉਹਦੇ ਵਾਸਤੇ ਆ। ਕਨਫਿਊਜ਼ਿੰਗ ਆ ਥੋੜ੍ਹਾ ਜਿਹਾ। ਪਰਮਿੰਦਰ ਸਿੰਘ ਜੀ, ਆਪਣੇ ਪੈਸਾ ਬਣਾਉਣ ਵਾਲੇ ਵੈਂਚਰ ਨੂੰ ਕਿਸੇ ਦੀਆਂ ਧਾਰਮਿਕ ਜਾਂ ਸੋਸ਼ਲ ਭਾਵਨਾਵਾਂ ਨਾਲ ਜੋੜਨਾ ਵਾਜਬ ਆ ਜਾਂ ਨਹੀਂ? ਬਿਲਕੁਲ ਵਾਜਬ ਨਹੀਂ ਹੈਗਾ ਦਵਿੰਦਰ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਪਰ
ਜਦੋਂ ਤੁਸੀਂ ਕੋਈ ਇੰਟੈਂਸ਼ਨ ਲੈ ਕੇ ਚੱਲਦੇ ਹੋ ਤੇ ਉਹ ਇੰਟੈਂਸ਼ਨ ਸਿਰਫ ਤੇ ਸਿਰਫ ਉਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਤੁਸੀਂ ਬਾਹਰ ਪਹੁੰਚਾਉਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਅਗਰ ਉਹ ਕੁਝ ਪ੍ਰੋਫਿਟ ਬਣਾ ਵੀ ਰਹੇ ਆ ਉਹ ਮਿਹਨਤ ਵੀ ਕਰ ਰਹੇ ਆਪਣਾ ਟਾਈਮ ਵੀ ਡਿਵੋਟ ਕਰ ਰਹੇ ਆ ਸੋ ਅਗਰ ਉਹ ਕੁਝ ਕਮਾ ਲੈਂਦੇ ਆ ਤੇ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਬਿਲਕੁਲ ਪਰਮਿੰਦਰ ਜੀ ਮਾੜੀ ਗੱਲ ਨਹੀਂ ਹੈਗੀ ਪਰ ਜਦੋਂ ਤੁਹਾਨੂੰ ਇਹ ਪਤਾ ਸੀ ਪਰਮਿੰਦਰ ਜੀ ਇੱਕ ਮਿੰਟ ਜਦੋਂ ਤੁਹਾਨੂੰ ਪਤਾ ਸੀ ਕੰਟਰੋਵਰਸ਼ੀਅਲ ਸਬਜੈਕਟ ਪਿਕ ਕੀਤਾ ਵਾ ਕਿ 98% ਲੋਕਾਂ ਨੇ ਇਸ ਮੂਵੀ ਨੂੰ ਐਕਸੈਪਟ ਨਹੀਂ ਕਰਨਾ ਕਿਉਂ ਨਹੀਂ ਅਸੀਂ ਮੂਵੀ ਨੂੰ ਉਹੀ ਤੇ ਗੱਲ ਡਾਇਰੈਕਸ਼ਨ 'ਚ ਹੀ ਲੈ ਗਏ ਜਿਹਦੇ ਨਾਲ ਇਹ ਪਾਸ ਹੁੰਦੀ ਮੂਵੀ ਲੱਗਦੀ ਵੀ ਤੁਸੀਂ ਵੀ ਪੈਸੇ ਕਮਾਉਂਦੇ ਤੇ ਹਾਂ ਕੰਟਰੋਵਰਸੀ ਨਹੀਂ ਹੁੰਦੀ ਤੇ ਸਿੱਖਾਂ ਦੀ ਭਾਵਨਾ ਨੂੰ ਹਰਟ ਵੀ ਨਹੀਂ ਹੁੰਦਾ ਉਹੀ ਤੇ ਮੈਂ ਗੱਲ ਕਰ ਰਿਹਾ ਵੀ ਗੱਲ ਤੇ ਆ ਵੀ ਸਾਡੀ ਦੇਸ਼ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਵੀ ਆ ਔਰ ਫਿਲਮ ਬਣਾਉਣ ਵਾਲਿਆਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਉਹ ਪਰਮਿੰਦਰ ਜੀ ਹਰਟ ਹੁੰਦੀਆਂ ਨੇ ਕਿਉਂਕਿ ਜਦੋਂ ਸਿੱਖਾਂ ਨੂੰ ਇਹ ਪਤਾ ਲੱਗੂਗਾ ਕਿ ਸੈਂਸਰ ਬੋਰਡ ਮੂਵੀ ਪਾਸ ਕਰਨ ਡਿਆ ਕਿਤੇ ਨਾ ਕਿਤੇ ਗੁੱਸਾ ਸੈਂਸਰ ਬੋਰਡ ਵੱਲੀ ਉਹਨਾਂ ਦਾ ਵੱਧਦਾ ਵਾ ਕਿ ਹਾਂ ਜੇ ਸਾਡੀ ਕੋਈ ਗੱਲ ਕਰਦਾ ਉਸ ਮੂਵੀ ਨੂੰ ਤੁਸੀਂ ਬੈਨ ਕਰ ਦਿਓ ਜੋ ਓਕੇ ਪਰਮਿੰਦਰ ਸਿੰਘ ਜੀ ਥੋੜਾ ਸਿੰਪਲ ਕੁਐਸਚਨ ਜੀ ਇੱਥੇ ਤਾਂ ਜਨਰਲ ਵੈਦਿਆ ਦੀ ਗੱਲ ਹੋ ਰਹੀ ਆ ਥੋੜਾ ਸਮਾਂ ਪਹਿਲਾਂ ਇੰਗਲੈਂਡ ਦੇ ਵਿੱਚ ਜਨਰਲ ਬਰਾਡ ਤੇ ਅਟੈਕ ਹੋਇਆ ਸੀ ਬਿਲਕੁਲ ਉੱਥੇ ਹਿੰਦੁਸਤਾਨ ਦੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਸੀ ਉੱਥੇ ਇੰਗਲਿਸ਼ ਯੂਕੇ ਦੀ ਗਵਰਨਮੈਂਟ ਤੇ ਜਿਹੜੇ ਉਹਨਾਂ ਨੇ ਆਪਦੇ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਜਿਹੜੇ ਬੰਦੇ ਸੀ ਉਹ ਪੜੇ ਜਸਟ ਰਾਈਟ ਕੱਲ ਨੂੰ ਉਹਨਾਂ ਤੇ ਵੀ ਮੂਵੀ ਬਣਾਉਂਗੀ ਤਾਂ ਉਹਨਾਂ ਨੂੰ ਵੀ ਐਡੀ ਵੱਡੀ ਹਿਸਟੋਰੀਕਲ ਇੰਪੋਰਟੈਂਸ ਦੋਗੇ ਵੇਖੋ ਜੀ ਕਿੰਨੀਆਂ ਉਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਨੇ ਅੱਛਾ ਮੈਂ ਤੁਹਾਡੀ ਗੱਲ ਟੋਕਦਾ ਪਰਮਿੰਦਰ ਜੀ ਇੱਕ ਮਿੰਟ ਤੂਰ ਸਾਹਿਬ ਕਹਿ ਰਹੇ ਅੱਛਾ ਉਹ ਜਨਰਲ ਬਰਾੜ ਦੇ ਉੱਤੇ ਉੱਥੇ ਹਮਲਾ ਹੋਇਆ ਔਰ ਜਨਰਲ ਬਰਾੜ ਦਾ ਪਤਾ ਕੀ ਜਵਾਬ ਸੀ ਕਿ ਉਹ ਜਿਹੜੀ ਘਟਨਾ ਵਾਪਰੀ ਨੂੰ 30-35 ਸਾਲ ਜਿਹੜੇ ਹੋ ਚੁੱਕੇ ਨੇ ਮੇਰੇ ਤੇ ਜਿਹੜੇ ਹਮਲਾ ਕਰਨ ਵਾਲੇ ਨੇ ਇਹ 30-35 ਸਾਲ ਦੀ ਉਮਰ ਤੋਂ ਥੱਲੇ ਨੇ ਇਟ ਮੀਨਸ ਇਹ ਜਿਹੜਾ ਜ਼ਹਿਰ ਵਾ ਇਹ ਕੌਣ ਬੋ ਰਿਹਾ ਇਹ ਨਵੀਂ ਪੀੜ੍ਹੀ ਦੇ ਵਿੱਚ ਇਹ ਜ਼ਹਿਰ ਕਿੱਥੋਂ ਆ ਗਿਆ ਉਹਨਾਂ ਨੂੰ ਤੇ ਜਾਂ ਤੇ ਉਹ ਉਸ ਘਟਨਾ ਤੋਂ ਪ੍ਰਭਾਵਿਤ ਹੋਏ ਹੁੰਦੇ ਉਹਨਾਂ ਦਾ ਕੋਈ ਮਾਂ ਪਿਓ ਭੈਣ ਭਰਾ ਉਹਨਾਂ ਨੂੰ ਕੋਈ ਹਰਫ ਆਇਆ ਹੁੰਦਾ ਪਰ ਇਹ ਲਗਾਤਾਰ ਮੁਸਲਸਲ ਜਿਹੜੀ ਇਹ ਨਵੀਂ ਪੀੜ੍ਹੀ ਤੱਕ ਗੱਲ ਪਹੁੰਚਾਉਣ ਵਾਲੇ ਕੌਣ ਲੋਕ ਨੇ ਉਹਨੇ ਸਪਸ਼ਟ ਕਿਹਾ ਸੀ ਕਿ ਇਹ ਜ਼ਹਿਰ ਜਿਹੜਾ ਵਾ ਉਸ ਸਮੇਂ ਦਾ ਅੱਜ ਵੀ ਜਿਹੜਾ ਨਿਰੰਤਰ ਜਿਹੜਾ ਵਾ ਉਹ ਵਹਿ ਰਿਹਾ ਵਾ ਔਰ ਇਹਦੇ ਤੋਂ ਬਚਣ ਦੀ ਲੋੜ ਆ ਸਿੱਖਾਂ ਨੂੰ ਪਰਮਿੰਦਰ ਸਿੰਘ ਜੀ ਕੀ ਇਹ ਮੂਵੀ ਜੀ ਉਹ ਜ਼ਹਿਰ ਨੂੰ ਅੱਗੇ ਲੈ ਕੇ ਆਊਗੀ ਜਾਂ ਜਿਹੜਾ ਜ਼ਹਿਰ ਆਲਰੇਡੀ ਹੈਗਾ ਉਸ ਨੂੰ ਖਤਮ ਕਰੂਗੀ ਦਵਿੰਦਰ ਜੀ ਸ਼ਾਇਦ ਉਹ ਜ਼ਹਿਰ ਨਾ ਕੋਈ ਖਤਮ ਕਰ ਸਕਦਾ ਹੈ ਅਤੇ ਨਾ ਜਿਹੜਾ ਹੈਗਾ ਆ ਉਸਨੂੰ ਮੇਰੇ ਹਿਸਾਬ ਨਾਲ ਖਤਮ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਉਸਨੂੰ ਪੈਦਾ ਕਰ ਸਕਦਾ ਹੈ ਜਿਹੜਾ ਇਹ ਮੂਵੀ ਸਿਰਫ ਤੇ ਸਿਰਫ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜੋ ਘਟਨਾਵਾਂ ਉਸ ਸਮੇਂ ਵਾਪਰੀਆਂ ਦਵਿੰਦਰ ਜੀ ਜੇ ਇਹ ਮੂਵੀ ਪੈਸੇ ਲਈ ਹੀ ਬਣਾਈ ਜਾਂਦੀ ਹੁੰਦੀ ਸ਼ਾਇਦ ਜਦੋਂ ਜਿੱਦਾਂ ਹਰਪ੍ਰੀਤ ਜੀ ਨੇ ਗੱਲ ਕੀਤੀ ਹੈ ਕਿ ਇਸ ਨੂੰ ਮੈਂ ਹੋਰ ਤਰੀਕੇ ਨਾਲ ਪੇਸ਼ ਕਰਦਾ ਸੋ ਅਗਰ ਪੈਸੇ ਲਈ ਹੀ ਬਣਾਉਣੀ ਹੁੰਦੀ ਤੇ ਉਹ ਸਟੋਰੀ ਨੂੰ ਤੋੜ ਮਰੋੜ ਕੇ ਤੇ ਬਹੁਤ ਕੁਝ ਹੋਰ ਮਸਾਲੇ ਪਾ ਕੇ ਦਵਿੰਦਰ ਜੀ ਸਾਲ ਪਹਿਲਾਂ ਦੀ ਗੱਲ ਆ ਪਰਮਿੰਦਰ ਸਿੰਘ ਜੀ ਨੇ ਇੱਕ ਸੱਜਣ ਦੀ ਇੰਟਰਵਿਊ ਕੀਤੀ ਦੋ ਕਿ ਤਿੰਨ ਇੰਟਰਵਿਊ ਇਹਨਾਂ ਕੀਤੀਆਂ ਦੂਜੇ ਕਿ ਇੰਟਰਵਿਊ 'ਚ ਮੈਂ ਸਟੂਡੀਓ ਸੀ ਅਤੇ ਮੈਂ ਇੰਟਰਵਿਊ ਸੁਣੀ ਅਤੇ ਜਿਹੜੇ ਉਹ ਸਿੰਘ ਸਾਹਿਬ ਦੇ ਇੰਟਰਵਿਊ ਕਰ ਰਹੇ ਸੀ ਉਹ ਜੋ ਗੱਲਾਂ ਕਰ ਰਹੇ ਸੀ ਮੈਨੂੰ ਥੋੜ੍ਹਾ ਜਿਹਾ ਡਾਊਟ ਹੋਇਆ ਹੈ ਨਾ ਉਹਨਾਂ ਨੂੰ ਮੈਂ ਪੁੱਛਿਆ ਤੁਸੀਂ ਕਿੱਥੋਂ ਕਰ ਰਹੇ ਜੋ ਤਾਂ ਤੀਜੇ ਦਿਨ ਜਦੋਂ ਇੰਟਰਵਿਊ ਵਾਸਤੇ ਆਏ ਤਾਂ ਇੱਕ ਬੁੱਕ ਲੈ ਕੇ ਆਏ ਦਵਿੰਦਰ ਜੀ ਨਾ ਤਾਂ ਬੁੱਕ ਦਾ ਕੋਈ ਉਹ ਰਾਈਟਰ ਦਾ ਪਤਾ ਸੀ ਪਤਾ ਨਹੀਂ ਉਹਨਾਂ ਨੇ ਉਹ ਕਿੱਥੋਂ ਬੁੱਕ ਲਈ ਸੀ ਬਟ ਉਹ ਸਾਰਾ ਰੈਫਰੈਂਸ ਉਸ ਬੁੱਕ ਦਾ ਦੇ ਰਹੇ ਸੀ ਪਰ ਹਾਂ ਹਿਸਟਰੀ ਜਿਹੜੀ ਬਾਹਰ ਆ ਰਹੀ ਸੀ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਦੋ ਹਰਪ੍ਰੀਤ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਜਿੰਦਾ ਸੁੱਖਾਂ ਦੀ ਕਹਾਣੀ ਆ ਇਹ ਮਨਘੜਤ ਕਹਾਣੀ ਹੈ ਇਟ ਨੈਵਰ ਹੈਪਨ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਸੋ ਦੇਰ ਇਜ਼ ਨੋ ਰੈਫਰੈਂਸ ਨਹੀਂ ਦੇਰ ਇਜ਼ ਅ ਰੈਫਰੈਂਸ ਪਰ ਦੇਖੋ ਮੈਂ ਇੱਕ ਇਹ ਗੱਲ ਕਹਿ ਰਿਹਾ ਕਿ ਸਾਡੀ ਕਮਿਊਨਿਟੀ ਵਿੱਚ ਆਲਰੇਡੀ ਫਾਂਸੀ ਹੋਈ ਸੀ ਉਹਨਾਂ ਨੂੰ ਬਿਲਕੁਲ ਹੋਈ ਸੀ ਜਨਰਲ ਬੈਦੇ ਨੂੰ ਮਾਰਿਆ ਸੀ ਹਾਂਜੀ ਬਿਲਕੁਲ ਮਾਰਿਆ ਸੀ ਫਿਰ ਜੇ ਇਹ ਗੱਲ ਮਨਘੜਤ ਤਾਂ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈਗੀ ਪਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਆਲਰੇਡੀ ਜੇ ਇਦਾਂ ਦੇ ਪ੍ਰਚਾਰਕ ਨੇ ਜਿਹੜੇ ਲੋਕਾਂ ਨੂੰ ਗਲਤ ਦੱਸ ਰਹੇ ਨੇ ਤੇ ਫਿਰ ਆਈ ਮੀਨ ਜਦੋਂ ਅਸੀਂ ਕੋਈ ਚੀਜ਼ ਸਹੀ ਦੱਸਣੀ ਆ ਸਾਨੂੰ ਪਤਾ ਵਾ ਉੱਥੇ ਲਾਅ ਆਫ ਲੈਂਡ ਕੀ ਆ ਸਾਨੂੰ ਉਹ ਦੱਸਣ ਦਾ ਤਰੀਕਾ ਚੇਂਜ ਕਰਨਾ ਚਾਹੀਦਾ ਪ੍ਰੋਪਰ ਤਰੀਕਾ ਫੋਲੋ ਕਰਨਾ ਚਾਹੀਦਾ ਪਹਿਲਾਂ ਹੀ ਕਹਿ ਦਿੱਤਾ ਕਿ ਲਾਅ ਆਫ ਲੈਂਡ ਤਾਂ ਵੈਰੀ ਕਲੀਅਰ ਆ ਕਿ ਤੁਸੀਂ ਕਿਸੇ ਵੀ ਇਹ ਜਿਹੇ ਦ੍ਰਿਸ਼ ਨੂੰ ਨਹੀਂ ਦਿਖਾ ਸਕਦੇ ਜਿੱਥੇ ਲੋਕਾਂ ਦੀਆਂ ਜਿਹੜੀਆਂ ਭਾਵ ਫਿਰਕੂ ਜਿਹੜੀਆਂ ਤਾਕਤਾਂ ਉਹਨਾਂ ਨੂੰ ਫਿਰ ਉਜਾਗਰ ਕਰ ਸਕੀਏ ਜੇ ਫਿਰਕੂਵਾਦ ਨੂੰ ਤੁਸੀਂ ਬੜਾਵਾ ਦਿੰਦੇ ਹੋ ਤਾਂ ਸੈਂਸਰ ਨੇ ਉਹ ਮੂਵੀ ਅਪਰੂਵ ਨਹੀਂ ਕਰਨੀ ਚਾਹੇ ਉਹਦੇ 'ਚ ਆਈ ਬੀ ਡਿਪਾਰਟਮੈਂਟ ਹੋਵੇ ਚਾਹੇ ਹੋਮ ਮਿਨਿਸਟਰੀ ਹੋਵੇ ਤਾਂ ਬੇਸਿਕਲੀ ਐਲੀਗੇਸ਼ਨ ਜ਼ਰੂਰ ਲੱਗਣਗੇ ਜੇ ਗਲਤੀ ਨਾਲ ਮੂਵੀ ਰਿਲੀਜ਼ ਵੀ ਹੋ ਜਾਂਦੀ ਆ 2-4 ਦਿਨ ਬਾਅਦ ਬੈਨ ਵੀ ਹੋ ਜਾਊਗੀ ਪਰ ਦੂਜੇ ਪਾਸੇ ਹੁਣ ਜਿਹੜੀ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਗੱਲ ਬਣੀ ਸੀ ਐਮ ਐਸ ਜੀ ਉਸ ਦੇ ਵਿੱਚ ਵੀ ਅਸੀਂ ਕਹਿੰਦੇ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਹਰਟ ਹੋਣਾ ਪੰਜਾਬ ਦੇ ਵਿੱਚ ਜ਼ਰੂਰ ਬੈਨ ਕੀਤੀ ਸੀ ਪਰ ਹਿੰਦੁਸਤਾਨ ਦੇ ਵਿੱਚ ਕਿਉਂ ਅਪਰੂਵ ਕੀਤੀ ਸੀ ਚੋੜਾ ਸਾਹਿਬ
मैं समझदा जी कि उस फिल्म नूं बैन कर दिता सी हरियाणे दे विच वी कीता और ईवन के वो जदों उहदा प्रीमियर शो होना सी उन्होंने बहुत वड्डे प्रबंध डेरा सच्चा सौदा ने किए सी पर सरकार ने लोक हितां दे विच उहनूं ध्यान च रखदिआं उहनूं बैन कर दिता। वो फिल्म अज तक प्रदर्शित जिहड़ी उह नहीं हुई पर इंडिया विच ते होई सी चंडीगढ़ दे भी कुछ थिएटर दे विच लगी सी। मेरे कोल तां प्रूफ आ, श्रोमणी गुरुद्वारा प्रबंधक कमेटी दे जिहड़े प्रधान ने उन्होंने खुद मूवी देखी सी, चाहे व्यंगमयी तरीके नाल देखी होवे, मूवी तां उन्होंने देखी सी। इसे लिए उन्होंने कहा कि बैन होनी चाहिए। मेरा कहने का मतलब यह है कि जो दृश्य के बच्चों गल आती है तो सेंसर बोर्ड में भी एड्डी ओपन गल नहीं छड़ देनी चाहिए कि राज्यों के जाके जो गल आती है तो तुम एक मूवी अप्रूव कर दिने किसी ना कि संकेत दें कि उत्थे जो दंडे ना हो तो मूवी चलूगी। इस मूवी के फिरकूबाद का नाँ जरूर लिया जा रहा पर जिन्ना चिर कॉन्टेंट नहीं देखा वी डोंट ईवन नो किड़े सीन कंट्रोवर्शियल ने। हाँ ये जरूर आ कि किसी के फौज मुखी नूं जरूर कतल किया गया ते उस कतल ते ताड़ियां जरूर बजनियां ने। मेरा ख्याल है मौके की सरकार कोई भी होवे चाहे कांग्रेस की होवे चाहे भाजपा की ये कदे भी नहीं चाहूगी, कदे भी नहीं बर्दाश्त करेगी। साबका फौजियां नूं, साबका जरनैल नूं जे तुसीं उस तरह मारदे हो ते दर्शक सिनेमे दे विच बैठे ताड़ियां मार रहे ने। परमिंदर सिंह जी जे तुसीं ये मूवी देखदे हो जे जनरल वैद्य दा कतल दिखाई दिता जांदा कि कतल किवें कीता गया की तुसीं भी ताड़ियां मारोगे? बहुत वड्डा सवाल है दविंदर जी, यह सवाल काफ़ी अहमियत रखता पर ये ताड़ियां वाली मेरे हिसाब से कोई गल नहीं हैगी। हाँ जो जो असी मनोरंजन के नाल जोड़ांगे तो फिर तो ताड़ियां वजणगियां ही जी। नहीं जो तुसीं इसनूं कमर्शलाइज करते हैं ताड़ियां उदों भी शायद वजियां सीगियां जदों बॉर्डर फिल्म दे विच सनी देओल ने किरदार निभाया सीगा ते उदों हिंदुस्तान पाकिस्तान दी गल सीगी पर जदों एक होर मूवी गदर आई सी गदर दे विच भी कुछ इदां दे ही सीन सीगे सो उस टाइम दे उत्ते भी ताड़ियां वजियां सीगियां। ओह ते ओह ते टोटली एंटरटेनमेंट फिल्मां सी ना ओह ओह एंटरटेनमेंट नहीं हैगी। इह मैं पहलां भी कह चुका इह एंटरटेनमेंट लई नहीं बनाई गई। जे उन्होंने एंटरटेनमेंट लई ही बनाउणी हुंदी फिर वो बहुत कुछ ਇਹਦੇ ਵਿੱਚ ਚੇਂजेस ਕਰਦੇ ਬਹੁਤ ਕੁਝ। ਵੇਖੋ ਜੀ ਮੈਂ ਪਰਮਿੰਦਰ ਸਿੰਘ ਜੀ ਜੋ ਮੈਂ ਸਮਝਦਾ ਇਹ ਬਿਨਾਂ ਸ਼ੱਕ ਜਿਹੜੀਆਂ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਵਾਇਸ ਤੇ ਉਹ ਹੈ ਹੀ ਨਹੀਂ। ਦੈਟਸ ਰਾਈਟ ਸਿਸਟਮ ਉਹਨਾਂ ਨੂੰ ਵਰਤਦਾ ਵਾ ਗਾਏ ਬਗਾਏ ਪ੍ਰਤੱਖ ਆ ਪ੍ਰਤੱਖ ਵਰਦਾ ਹੀ ਵਰਦਾ ਉਹ ਸਿਸਟਮ ਦੇ ਹਿੱਤ ਦੇ ਵਿੱਚ ਕੀ ਆ ਉਹਨੂੰ ਉਹ ਧਿਆਨ ਦੇ ਵਿੱਚ ਰੱਖਦੇ ਨੇ ਪਰ ਦੂਜੇ ਪਾਸੇ ਜਿਹੜੇ ਸਿੱਖਾਂ ਦੇ ਨੁਮਾਇੰਦੇ ਨੇ ਜਾਂ ਜਿਹੜੇ ਸਿੱਖਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਨੇ ਮੈਂ ਸਮਝਦਾ ਉਹਨਾਂ ਨੂੰ ਵੀ ਬੜੇ ਧਿਆਨ ਨਾਲ ਇਤਿਹਾਸ ਦੇ ਨਾਲ ਬੜੀ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਲੋੜ ਆ ਕਿਉਂਕਿ ਸਿੱਖ ਕੌਮ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਘਾਣ ਕਰਵਾਇਆ, ਬਹੁਤ ਨੁਕਸਾਨ ਝੱਲਿਆ। ਹੁਣ ਸਾਡੇ ਵਿੱਚ ਉਹ ਨੁਕਸਾਨ ਝੱਲਣ ਦੀ ਜਿਹੜੀ ਸਮਰੱਥਾ ਹੈ ਨਹੀਂ। ਪੰਜਾਬ ਦੇ ਵਿੱਚ ਅੱਜ ਬਹੁਤ ਜ਼ਿਆਦਾ ਹੋਰ ਸਮੱਸਿਆਵਾਂ ਨੇ ਇਸ ਤੋਂ ਬਿਨਾਂ। ਧਰਮ ਦੀ ਗੱਲ ਜਿਹੜੀ ਆ ਉਹਨੂੰ ਤੁਸੀਂ ਛੱਡ ਦਿਓ ਜਿੱਥੇ ਮਰਜ਼ੀ, ਧਰਮ ਜਿਹੜਾ ਸਾਡੇ ਧਰਮ ਨੂੰ ਮੈਂ ਸਮਝਦਾ ਕੋਈ ਖਤਰਾ ਨਹੀਂ। ਜਿੰਨਾ ਚਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਸਿੱਖਾਂ ਦੇ ਸਿਰ 'ਤੇ ਹੈ ਧਰਮ ਨੂੰ ਕੋਈ ਖਤਰਾ ਨਹੀਂ। ਉੱਥੇ ਹੋਰ ਬੜੇ ਮਸਲੇ ਨੇ, ਬੜੇ ਸੰਜੀਦਾ ਮਸਲੇ ਨੇ, ਕਿਸਾਨੀ ਦੇ ਮਸਲੇ ਨੇ, ਬੇਰੁਜ਼ਗਾਰੀ ਦੇ ਮਸਲੇ ਨੇ, ਗਰੀਬੀ ਆ, ਹੋਰ ਇੰਨੀਆਂ ਜ਼ਿਆਦੀਆਂ ਸਮੱਸਿਆਵਾਂ ਦੇ ਵਿੱਚ ਪੰਜਾਬ ਘਿਰਿਆ ਪਿਆ ਵਾ। ਸਾਨੂੰ ਉਹਨਾਂ ਬਾਰੇ ਸੋਚਣ ਦੀ ਲੋੜ ਆ, ਸਾਨੂੰ ਆਪਣੀ ਨੌਜਵਾਨ ਪੀੜ੍ਹੀ ਬਾਰੇ ਸੋਚਣ ਦੀ ਲੋੜ ਆ। ਅੱਜ ਨੌਜਵਾਨ ਸਾਡੇ ਜਿਹੜੇ ਆ ਹੱਥਾਂ 'ਚ ਡਿਗਰੀਆਂ ਲੈ ਕੇ ਰੁਜ਼ਗਾਰ ਵੱਲ ਭੱਜੇ ਫਿਰਦੇ ਆ, ਕੰਟਰੈਕਟ ਦੇ ਉੱਤੇ 5-5 ਹਜ਼ਾਰ ਦੇ ਉੱਤੇ ਨੌਕਰੀਆਂ ਮਿਲਦੀਆਂ, ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਆ ਕੇ ਧੱਕੇ ਖਾਣੇ ਪੈਂਦੇ ਨੇ। ਇਹ ਸੋਚਣ ਦੀ ਲੋੜ ਆ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਦੇਣਾ, ਕੀ ਅਸੀਂ ਸ਼ਰਟਾਂ ਦੇ ਉੱਤੇ ਭਿੰਡਰਾਂ ਵਾਲੇ ਦੀ ਤਸਵੀਰ ਬਣਾ ਕੇ ਦੇਣੀ ਉਹਨਾਂ ਨੂੰ, ਹੱਥਾਂ 'ਚ ਤਲਵਾਰਾਂ ਫੜਾਉਣੀਆਂ ਜਾਂ ਖੰਜਰ ਫੜਾਉਣੇ ਨੇ ਜਾਂ ਅੱਗਾਂ ਲਵਾਉਣੀਆਂ ਉੱਥੇ। ਮਸਲੇ ਬੜੇ ਗੰਭੀਰ ਨੇ, ਉਹਨਾਂ ਨੂੰ ਸਮਝਣ ਦੀ ਲੋੜ ਆ। ਇਹ ਜਿਹੜੇ ਲੋਕ ਨੇ ਫਿਲਮਾਂ ਬਣਾਉਣ ਵਾਲੇ, ਜੇ ਇਹ ਸਿੱਖ ਕੌਮ ਦੇ ਪੰਜਾਬ ਦੇ ਵਾਕਈ ਕੋਈ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਹੇਜ ਹੈ ਤਾਂ ਕੋਈ ਗੰਭੀਰਤਾ ਨਾਲ ਸੋਚੋ, ਕੋਈ ਕੰਮ ਕਰੋ ਕਰਨ ਵਾਲਾ, ਇੱਕ ਦਿਸ਼ਾ ਦਿਓ ਨੌਜਵਾਨਾਂ ਨੂੰ। ਪਰ ਅੱਜ ਜੋ ਇਹ ਦਿਸ਼ਾ ਦੇ ਰਹੇ ਨੇ ਮੈਂ ਸਮਝਦਾ ਉਹਦੇ ਅੱਗੇ ਖੱਡਾ ਹੀ ਆ ਕਿ ਕਹਿੰਦੇ ਖੂਹ ਪੁੱਟਦੇ ਨੂੰ ਖਾਤਾ ਤਿਆਰ ਵਾਲੀ ਗੱਲ ਆ, ਉਸ ਖੂਹ ਤੋਂ ਸਿਵਾ ਕੁਝ ਨਹੀਂ। ਅਤੇ ਮੈਂ ਚਾਹੁੰਦਾ ਕਿ ਸਾਡੇ ਨੌਜਵਾਨ ਉਹਦੇ ਵਿੱਚ ਡਿੱਗਣੇ ਨਹੀਂ ਚਾਹੀਦੇ, ਉਹਨੂੰ ਬਚਾਉਣ ਦੀ ਲੋੜ ਆ।
जे गल कीती जावे प्रवासी भारतीयों की थोड़ी जी राजनीतिक क्वेश्चन जरूर पूछूंगा कि असी जाके इत्थे जिहड़े काफी टीवी चैनल ते रेडियो चैनल ने उह बादल 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 करदे रहिंदे ने मैं बादल सरकार की कोई प्रोड़ता तो नहीं करता पर यह भी जरूर आ कि जे एड्डी वड्डी प्रॉब्लम गौरमेंट हैगी आ तां उस सरकार नूं दर्शाउण दे लई मूवियां क्यों नहीं बनदियां प्रकाश सिंह बादल का किरदार कोई क्यों नहीं निभाउंदा सुखबीर सिंह बादल का किरदार क्यों नहीं बनाउंदा विक्रमजीत सिंह मजीठिया ਵੱਡਾ ਸੀ ਡਰੰਟ ਪੈ ਉਹਨੂੰ ਕਹਿੰਦੇ ਆ ਕਿ ਡਰੱਗ ਦੇ ਵਿੱਚ ਇਨਵੋਲਵ ਨੇ ਉਸ 'ਤੇ ਮੂਵੀਆਂ ਕਿਉਂ ਨਹੀਂ ਬਣਦੀਆਂ ਕਿਉਂਕਿ ਲਾ ਐਂਡ ਆਰਡਰ ਦੀ ਪ੍ਰੋਬਲਮ ਆ ਜਾਊਗੀ ਮੇਰਾ ਖਿਆਲ ਸੈਂਸਰ ਨੂੰ ਤਾਂ ਉਸ 'ਤੇ ਕੋਈ ਪ੍ਰੋਬਲਮ ਨਹੀਂ ਹੋਊਗੀ ਕਿਉਂਕਿ ਜਦੋਂ ਅਸੀਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਵੀ ਉਸ ਮੂਵੀ ਦੇ ਵਿੱਚ ਦਿਖਾ ਸਕਦੇ ਹਾਂ ਮਹਾਤਮਾ ਗਾਂਧੀ ਨੂੰ ਵੀ ਦਿਖਾ ਸਕਦੇ ਹਾਂ ਤਾਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦਿਖਾਇਆ ਜਾ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿਖਾਇਆ ਜਾ ਸਕਦਾ ਅਰਵਿੰਦ ਕੇਜਰੀਵਾਲ 'ਤੇ ਮੂਵੀਆਂ ਬਣਦੀਆਂ ਨੇ ਸਿਵਾਏ ਚੰਗੇ ਕਰੈਕਟਰ ਦੇਖਣ ਤੋਂ ਜੇ ਉਹਨਾਂ ਦੇ ਵਿੱਚ ਤਰੁੱਟੀਆਂ ਨੇ ਤਾਂ ਉਹ ਵੀ ਦਰਸਾਉਣੀਆਂ ਚਾਹੀਦੀਆਂ ਨੇ ਸਵਾਲ ਮੇਰਾ ਇਹ ਆ ਕਿ ਇਸ ਮੂਵੀ ਦੇ ਰਿਲੀਜ਼ ਹੋਣ ਦੇ ਨਾਲ ਕੀ ਪੰਜਾਬ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਡਰੱਗ ਦੀ ਸਮੱਸਿਆ ਕਰਪਸ਼ਨ ਦੀ ਸਮੱਸਿਆ ਜਾਬ ਦੀ ਸਮੱਸਿਆ ਉਸ ਦਾ ਕੋਈ ਹੱਲ ਨਿਕਲੂਗਾ ਜਾਂ ਨਹੀਂ ਪਰਮਿੰਦਰ ਸਿੰਘ ਜੀ ਮੁੱਦਾ ਇਹ ਦਵਿੰਦਰ ਜੀ ਚੋਲਾ ਸਾਹਿਬ ਨੇ ਬਹੁਤ ਵਧੀਆ ਪੁਆਇੰਟ ਰੱਖਿਆ ਤੁਸੀਂ ਵੀ ਉਹਦੇ ਸੰਦਰਭ ਦੇ ਵਿੱਚ ਹੀ ਕੁਐਸਚਨ ਜਿਹੜਾ ਪੁੱਛਿਆ ਪਰ ਸਵਾਲ ਇੱਥੇ ਇਹ ਆ ਕਿ ਕੀ ਇਸ ਮੂਵੀ ਬਣਨ ਤੋਂ ਬਿਨਾ ਪ੍ਰੋਬਲਮ ਸੋਲਵ ਹੋ ਜਾਣੀ ਹੈ ਨਹੀਂ ਪਰ ਸ਼ਾਇਦ ਕਿਤੇ ਨਾ ਕਿਤੇ ਨਹੀਂ ਛੱਡ ਦੇਣਗੇ ਦਵਿੰਦਰ ਜੀ ਪ੍ਰੇਰਣਾ ਕਿਤੋਂ ਵੀ ਮਿਲ ਸਕਦੀ ਆ ਕਿ ਹਾਂਜੀ ਅਸੀਂ ਆਪਣੇ ਆਪ ਨੂੰ ਸੁਧਾਰਨਾ ਹੈ ਅਸੀਂ ਸਿੱਖੀ ਲਈ ਕੰਮ ਕਰਨਾ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਕਿਸੇ ਦੀ ਜਿਹੜੀ ਰੂਹ ਹੈਗੀ ਉਹ ਜਾਗ ਪਵੇ ਪਰਮਿੰਦਰ ਸਿੰਘ ਜੀ ਇੱਕ ਮੈਂ ਥੋੜਾ ਥੋੜਾ ਵਿੱਚੋਂ ਜ਼ਰੂਰ ਟੋਕ ਰਿਹਾ ਪਰ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਣਾ ਚਾਹੁੰਦਾ ਕਿ ਮੈਂ ਤਾਂ ਆਪ ਜ਼ਰੂਰ ਇਹ ਫੀਲ ਕਰਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਵੀ ਮੂਵੀਆਂ ਦੇਖਦੇ ਸੀ ਅਸੀਂ ਹੀਰੋ ਨੂੰ ਆਪਣੇ ਕਿਰਦਾਰ ਵਿੱਚ ਦੇਖਣਾ ਚਾਹੁੰਦੇ ਹੁੰਦੇ ਸੀਗੇ ਜਦੋਂ ਜਿੰਦੇ ਤੇ ਸਿੱਖੇ ਦੀ ਲੋਕੀ ਉੱਥੇ ਮੂਵੀ ਦੇਖਣ ਜਾਣਗੇ ਸਾਡੇ ਨੌਜਵਾਨ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਆਪਣੇ ਆਪ ਨਾਲ ਕੰਪੇਅਰ ਜ਼ਰੂਰ ਕਰਨਗੇ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਨੌਜਵਾਨ ਜਿੰਦਾ ਤੇ ਸੁੱਖਾ ਬਣ ਜਾਣ ਉਹਨਾਂ ਨਾਲ ਪੰਜਾਬ ਦੀਆਂ ਜਿਹੜੀਆਂ ਮੁੱਖ ਪ੍ਰੋਬਲਮ ਨੇ ਉਹ ਸੋਲਵ ਹੋ ਸਕਦੀਆਂ ਨੇ ਮੈਂ ਤੁਰ ਸਾਹਿਬ ਦਵਿੰਦਰ ਜੀ ਦਵਿੰਦਰ ਜੀ ਪ੍ਰੋਬਲਮ ਇੱਕ ਮਿੰਟ ਚੋਲਾ ਸਾਹਿਬ ਪ੍ਰੋਬਲਮ ਜ਼ਰੂਰ ਸੋਲਵ ਹੋ ਸਕਦੀਆਂ ਪਰ ਇੱਥੇ ਹੈਗਾ ਕਿ ਜਿੰਦਾ ਸੁੱਖਾ ਬਣਨਾ ਆ ਤੇ ਉਹ ਪ੍ਰੋਬਲਮਸ ਦੇ ਖਿਲਾਫ ਬਣਨਾ ਆ ਸਿਸਟਮ ਦੇ ਖਿਲਾਫ ਪ੍ਰੋਬਲਮ ਸੋਲਵ ਹੋ ਸਕਦੀ ਹੈ ਬੇਸਿਕਲੀ ਯੂ ਆਰ ਆਸਕਿੰਗ ਫਾਰ ਜਿਹੜਾ ਅਸੀਂ ਮੁਸ਼ਕਲ ਜਿਹੜਾ ਸਮਾਂ ਭੋਗਿਆ ਉਸ ਸਾਨੂੰ ਸਮਾਂ ਦੁਬਾਰਾ ਆਪ ਹੀ ਲੈ ਕੇ ਮੈਂ ਤੂਰ ਸਾਹਿਬ ਪ੍ਰਮਿੰਦਰ ਜੀ ਮੈਂ ਸੋਚਦਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜੋ ਕੁਝ ਜਾਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਗਾਇਕ ਕਰ ਰਹੇ ਨੇ ਗੰਡਾਸੇ ਕਿਰਪਾਨਾਂ ਰਫਲਾਂ ਚੁੱਕ ਕੇ ਗੀਤ ਜਿਹੜੇ ਚੱਲ ਰਹੇ ਨੇ ਫਰਮਾਂਕਣ ਹੋ ਰਿਹਾ ਨੌਜਵਾਨ ਪੀੜ੍ਹੀ ਉਹਨਾਂ ਦੇ ਮਗਰ ਲਈ ਉਹਨਾਂ ਨੂੰ ਆਪਣਾ ਆਈਡੀਅਲ ਮੰਨ ਰਹੇ ਆ ਇਹ ਜਿਹੜੇ ਪ੍ਰੋਡਿਊਸਰ ਨੇ ਜਿੰਦਾ ਸੁੱਖਾ ਫਿਲਮ ਬਣਾਉਣ ਵਾਲੇ ਇਹ ਵੀ ਉਹਨਾਂ ਗਾਇਕਾਂ ਨਾਲੋਂ ਘੱਟ ਕੁਝ ਨਹੀਂ ਕਰ ਰਹੇ ਇਹ ਵੀ ਪੰਜਾਬ ਨੂੰ ਤਬਾਹੀ ਵੱਲ ਲਿਜਾਣ ਵੱਲ ਹੀ ਇੱਕ ਜਿਹੜਾ ਵਾ ਰਸਤਾ ਵਿਖਾ ਰਹੇ ਨੇ ਬੇਸ਼ੱਕ ਇਹ ਵੀਰ ਮੇਰੇ ਭਾਵੇਂ ਗੁੱਸਾ ਹੀ ਕਰਨ ਗਿਲਾ ਕਰਨ ਕਿਉਂਕਿ ਅਸੀਂ ਉਹ ਦਿਖਾਂਤ ਜਿਹੜਾ ਆਪਣੇ ਪਿੰਡਿਆਂ 'ਤੇ ਹੰਢਾਇਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਉਹ ਦਿਨ ਮੁੜ ਕੇ ਫਿਰ ਵੇਖਣੇ ਪੈਣ ਸੋ ਇਹ ਸਾਨੂੰ ਬੜੀ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਲੋੜ ਆ ਸੱਭਿਆਚਾਰ ਨੂੰ ਜਿਹੜਾ ਸਾਡਾ ਸੱਭਿਆਚਾਰ ਅਮੀਰ ਜਿਹੜੀ ਸਾਡੀ ਵਿਰਾਸਤ ਆ ਉਹਨੂੰ ਸਾਂਭਣ ਦੀ ਲੋੜ ਆ ਇੱਕ ਸਹੀ ਸੰਦਰਭ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕੁਝ ਦੇ ਸਕੀਏ ਉਹਨਾਂ ਨੂੰ ਦੱਸ ਸਕੀਏ ਵੀ ਬੱਚਿਓ ਸਾਡਾ ਇਤਿਹਾਸ ਜਿਹੜਾ ਆ ਵਾ ਅਤੇ ਅਸੀਂ ਆਹ ਕਰਨਾ ਵਾ ਅਸੀਂ ਆਹ ਕਰਨਾ ਚਾਹੁੰਦੇ ਹਾਂ ਸਾਨੂੰ ਤਾਂ ਦਿਸ਼ਾ ਲੱਭ ਹੀ ਨਹੀਂ ਰਹੀ ਇਹ ਤਾਂ ਹਨੇਰਾ ਵਾ ਡੂੰਘੀ ਖੱਡ ਆ ਜਿਹੜੀ ਵਿਖਾ ਰਹੇ ਹਾਂ ਅਸੀਂ ਦੇਖੋ ਰੰਧਾਵਾ ਜੀ ਤੁਹਾਨੂੰ ਮੈਂ ਕੁਐਸਚਨ ਜ਼ਰੂਰ ਪੁੱਛੂੰਗਾ ਕਿ ਜੇ ਤੁਸੀਂ ਇਤਿਹਾਸ ਦੀ ਗੱਲ ਕਰ ਲਈਏ 20-25 ਸਾਲ ਪਹਿਲਾਂ ਦੀ ਗੱਲ ਕਰ ਲਈਏ 1984 ਤੋਂ ਪਹਿਲਾਂ ਦੀ ਗੱਲ ਕਰ ਲਈਏ ਇਹ ਗੱਲ ਬੜੀ ਇੱਕ ਫੇਮਸ ਹੁੰਦੀ ਸੀ ਜੇ ਤੁਸੀਂ ਕਿਸੇ ਟ੍ਰੇਨ ਦੇ ਵਿੱਚ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਹੋ ਜੇ ਕੋਈ ਸਰਦਾਰ ਉੱਥੇ ਖੜਾ ਹੁੰਦਾ ਸੀ ਤਾਂ ਆਮ ਲੋਕ ਉਹ ਸੀਟ ਛੱਡ ਦਿੰਦੇ ਹੁੰਦੇ ਸੀ ਕਾਫ਼ੀ ਰਿਸਪੈਕਟ ਕੀਤੀ ਜਾਂਦੀ ਸੀ ਇਹ ਗੱਲ ਵੀ ਸੱਚਾਈ ਆ ਕਿ ਸਿੱਖ ਇੱਕ ਮਨਿਓਰਟੀ ਨੇ ਅਤੇ ਮਨਿਓਰਟੀ ਦੇ ਵਿੱਚ ਹਾਲਾਂਕਿ ਓਬਾਮਾ ਸਾਹਿਬ ਵੀ ਕੁਐਸਚਨ ਕਰਕੇ ਆਏ ਨੇ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਮਨਿਓਰਟੀਜ਼ ਦੇ ਨਾਲ ਠੀਕ ਕੰਮ ਨਹੀਂ ਕਰ ਰਹੀਆਂ ਧਰਮ ਨਿਰਪੇਖਤਾ ਦੇ ਦੇਸ਼ ਗੱਲ ਬਣਨ ਦੀ ਗੱਲ ਤਾਂ ਕਰਦੇ ਹੋ ਪਰ ਆਪਣੀ ਮਜਬੂਰੀ ਅਤੇ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਹੈਗੇ ਗੱਲ ਇੱਥੇ ਕਰਦੇ ਹਾਂ ਕਿ ਜਦੋਂ ਇਹ ਮੂਵੀ ਬਣਦੀ ਆ ਪਰਮਿੰਦਰ ਸਿੰਘ ਜੀ ਕਹਿੰਦੇ ਨੇ ਕਿ ਪ੍ਰੇਰਣਾ ਦਊਗੀ ਇਹ ਐਂਟਰਟੇਨਮੈਂਟ ਨਹੀਂ ਹੈਗੀ ਇਹ ਪ੍ਰੇਰਣਾ ਲੋਕਾਂ ਨੂੰ ਪ੍ਰੇਰੂਗੀ ਕਿ ਜਿਹੜੇ ਸਾਡੇ ਫਿਲਮ ਦੇ ਹੀਰੋ ਨੇ ਉਸ ਦਾ ਕਿਰਦਾਰ ਕਰੋ ਉਹਨਾਂ ਦੇ ਕਿਰਦਾਰ ਅਪਣਾਉਣ ਦੇ ਨਾਲ ਪੰਜਾਬ ਦੀਆਂ ਕੀ ਮੁੱਖ ਸਮੱਸਿਆਵਾਂ ਹੱਲ ਹੋ ਜਾਣਗੀਆਂ ਜਾਂ ਨਹੀਂ ਪਰ ਦਵਿੰਦਰ ਜੀ ਇੱਥੇ ਮੈਂ ਪਹਿਲਾਂ ਹੀ ਕਹਿ ਚੁੱਕਾ ਜਿਹੜਾ ਪ੍ਰੋਡਿਊਸਰ ਜਾਂ ਡਾਇਰੈਕਟਰ ਮੂਵੀ ਦੇ ਉਹਨਾਂ ਦਾ ਇੱਕ ਕਮਰਸ਼ੀਅਲ ਪ੍ਰੋਜੈਕਟ ਆ ਅਤੇ ਆਈ ਡੋਂਟ ਥਿੰਕ ਕਿ ਅਸੀਂ
ਪ੍ਰੋਡਿਊਸਰ ਡਾਇਰੈਕਟਰ ਨੂੰ ਕਹੀਏ ਕਿ ਤੁਸੀਂ ਪੰਜਾਬ ਦੀਆਂ ਸਮੱਸਿਆ ਨਹੀਂ ਤੁਸੀਂ ਪੰਜਾਬ ਦੀਆਂ ਸਮੱਸਿਆ ਵਾਸਤੇ ਉਹਨਾਂ ਨੂੰ ਬਲੇਮ ਕਰੀਏ ਆਈ ਥਿੰਕ ਉਹਦੇ ਵਾਸਤੇ ਸਾਡੇ ਕੋਲ ਹੋਰ ਹੈਗੇ ਨੇ ਬਲੇਮ ਕਰਨ ਵਾਸਤੇ ਸਾਡੇ ਪੋਲੀਟੀਸ਼ੀਅਨ ਨੇ ਜਾਂ ਉਹਨਾਂ ਨੂੰ ਬਲੇਮ ਕਰਨਾ ਚਾਹੀਦਾ ਆਈ ਡੋਂਟ ਥਿੰਕ ਅਸੀਂ ਪ੍ਰੋਡਿਊਸਰ ਡਾਇਰੈਕਟਰ ਨੂੰ ਐਂਟਰਟੇਨਮੈਂਟ ਇੰਡਸਟਰੀ ਦੇ ਕੇ ਬੰਦੇ ਨੂੰ ਕਹੀਏ ਕਿ ਤੁਹਾਡਾ ਪਰਪਸ ਆ ਤੁਸੀਂ ਜੋ ਵੀ ਮੂਵੀ ਬਣਾਉਣੀ ਆ ਉਹ ਡਰੱਗ ਨੂੰ ਦੂਰ ਕਰੇ ਬੇਸਿਕਲੀ ਉਹ ਤੇ ਆਪਣੇ ਐਂਟਰਟੇਨਮੈਂਟ ਪੈਸੇ ਵਾਸਤੇ ਬਣਾਉਂਦੇ ਆ ਦੇ ਜਸਟ ਡੂਇੰਗ ਦੇਅਰ ਜੌਬ ਪਰ ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਹੀਰੋ ਦੇ ਵਿੱਚ ਜਾਂ ਹੀਰੋਇਨ ਦੇ ਵਿੱਚ ਸ਼ੁਰੂ ਸ਼ਾਮਲ ਕਰਦੇ ਹੋ ਤਾਂ ਸਾਡੀ ਮੈਂਟੈਲਿਟੀ ਇਹੀ ਆ ਕਿ ਵੀ ਟ੍ਰਾਈ ਟੂ ਅਡਾਪਟ ਦੈਟ ਵੀ ਵਾਂਟ ਟੂ ਬੀ ਹੀਰੋ ਟੂ ਅਸੀਂ ਉਸ ਜਿਹੜੇ ਕਿਰਦਾਰ ਨੂੰ ਸਾਡੇ ਬੱਚੇ ਅਨੁਕਰਨ ਕਰਦੇ ਨੇ ਉਹਨਾਂ ਐਗਜ਼ੈਕਟਲੀ ਬੱਚਿਆਂ ਦੀ ਮੈਂਟੈਲਿਟੀ ਹੈਗੀ ਆ ਚਾਹੇ ਉਹ ਜਿਹੜਾ ਹੀਰੋ ਹੋਵੇ ਜਦੋਂ ਉਹ ਬਦਮਾਸ਼ਾਂ ਨੂੰ ਮਾਰਦਾ ਸਾਨੂੰ ਵੀ ਲੱਗਦਾ ਵੀ ਸਾਨੂੰ ਇਦਾਂ ਖਤਮ ਕਰ ਦੇਣਾ ਚਾਹੀਦਾ ਪ੍ਰੇਰਣਾ ਮਿਲਣੀ ਚਾਹੀਦੀ ਆ ਜੇ ਪ੍ਰੇਰਣਾ ਸਰੋਤ ਮੂਵੀਆਂ ਬਣਦੀਆਂ ਨੇ ਜੇ ਅਸੀਂ ਮੀਡੀਆ ਦੀ ਗੱਲ ਕੀਤੀ ਜਾਵੇ ਟੀਵੀ ਚੈਨਲ ਹੋਏ ਅਖਬਾਰ ਹੋਏ ਰੇਡੀਓ ਹੋਇਆ ਤੇ ਮੂਵੀਜ਼ ਵੀ ਹੋਈਆਂ ਜਾਂ ਕਿਤਾਬਾਂ ਲਿਖਦੇ ਨੇ ਜਿਹੜੇ ਕਿਤੇ ਨਾ ਕਿਤੇ ਸੰਕੇਤ ਦਿੱਤੇ ਜਾਂਦੇ ਨੇ ਪਰ ਪ੍ਰੇਰਣਾ ਮਿਲਦੀ ਆ ਮੈਂ ਕਹਿੰਦਾ ਪ੍ਰੇਰਣਾ ਦਾ ਸਰੋਤ ਜ਼ਰੂਰ ਨੇ ਪਰ ਉਹੋ ਜਿਹੀ ਪ੍ਰੇਰਣਾ ਜਿਹੜੀ ਪ੍ਰੇਰਣਾ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਕੰਮ ਕਰਦੀ ਆ ਉਸ ਦੇ ਬਾਰੇ ਕੋਈ ਬੁਰਾਈ ਕੋਈ ਸੈਂਸਰ ਬੋਰਡ ਵੀ ਕੋਈ ਮੋਹਰ ਨਹੀਂ ਲਾ ਸਕਦਾ ਪਰ ਜਿਹੜੀ ਪ੍ਰੇਰਣਾ ਇਸ ਮੂਵੀ ਨੂੰ ਦੇਖ ਕੇ ਮਿਲੂਗੀ ਉਸ ਪ੍ਰੇਰਣਾ ਦਾ ਸਾਡੇ ਬੱਚਿਆਂ 'ਤੇ ਕੀ ਅਸਰ ਪਊਗਾ ਇਹ ਸਾਨੂੰ ਜਾਣਨ ਦੀ ਜ਼ਰੂਰ ਲੋੜ ਆ ਚੋੜਾ ਸਾਹਿਬ ਬੱਚੇ ਜਿਹੜੇ ਨੌਜਵਾਨ ਨੇ ਉਹ ਇਹ ਸਮੱਸਿਆਵਾਂ ਨੂੰ ਮੰਨਦੇ ਨੇ ਕਿ ਸਾਡੇ 'ਤੇ ਬਹੁਤ ਅੱਤਿਆਚਾਰ ਹੋਇਆ ਸੀ ਉਹ ਅੱਤਿਆਚਾਰਿਕ ਕਹਾਣੀ ਖਤਮ ਆ 1984 ਨੂੰ ਵਾਰ ਵਾਰ ਜਵਾਬ ਕਰਵਾਇਆ ਜਾਂਦਾ 30-31 ਸਾਲ ਹੋ ਚੁੱਕੇ ਨੇ ਹਜੇ ਤੱਕ ਇਨਸਾਫ ਨਹੀਂ ਮਿਲਿਆ ਇਹੋ ਜਿਹੀਆਂ ਮੂਵੀਆਂ ਮਿਲਣ ਦੇ ਬਣਨ ਦੇ ਨਾਲ ਕੀ ਇਨਸਾਫ ਮਿਲਣ ਦੇ ਜਿਹੜੇ ਆਸਾਰ ਨੇ ਉਹ ਵਧਣਗੇ ਜਾਂ ਕੋਈ ਫਰਕ ਨਹੀਂ ਪੈਣਾ ਵੇਖੋ ਜੀ ਜਿਹੜਾ ਅੱਜ ਦਾ ਜਿਹੜਾ ਯੁੱਗ ਆ ਨਾ ਇਹ ਬੰਦੂਕ ਦਾ ਜਾਂ ਤਲਵਾਰ ਦਾ ਯੁੱਗ ਨਹੀਂ ਜਿਹਦੇ ਵਿੱਚ ਕਿਸੇ ਨੂੰ ਮਾਰ ਕੇ ਅਤੇ ਆਪਣੇ ਹੱਕ ਅਸੀਂ ਖੋਲਵਾਂਗੇ ਅਸੀਂ ਵੇਖ ਹੀ ਰਹੇ ਹਾਂ ਇਸਲਾਮਿਕ ਸਟੇਟ ਦੇ ਵਿੱਚ ਕੀ ਹੋ ਰਿਹਾ ਤਾਲਿਬਾਨ ਕੀ ਕਰ ਰਹੇ ਨੇ ਹਜ਼ਾਰਾਂ ਲੱਖਾਂ ਲੋਕ ਸ਼ਰਨਾਰਥੀ ਬਣੇ ਪਏ ਨੇ ਇਨਸਾਨੀਅਤ ਦਾ ਘਾਣ ਹੋਇਆ ਪਿਆ ਬੜੀ ਇਹ ਸੋਚ ਕੇ ਹੈਰਾਨੀ ਹੁੰਦੀ 21ਵੀਂ ਸਦੀ ਦੇ ਯੁੱਗ ਦੇ ਵਿੱਚ ਅੱਜ ਵੀ ਮਨੁੱਖ ਦੀ ਇਹ ਸੋਚ ਇੰਨੀ ਦਰਿੰਦਗੀ ਐਡਾ ਮਾੜਾ ਹਾਲ ਔਰ ਵੇਖੋ ਬੱਚੇ ਰੁੜ ਰਹੇ ਨੇ ਸੜਕਾਂ ਦੇ ਉੱਤੇ ਆ ਵੇਖੋ ਆ ਸੀਰੀਆ ਦਾ ਐਡਾ ਵੱਡਾ ਮੁੱਦਾ ਬਣਿਆ ਪਿਆ ਵਾ ਸ਼ਰਨਾਰਥੀਆਂ ਦਾ ਕਿਤਨਾ ਲੋਕ ਸੜਕਾਂ ਦੇ ਉੱਤੇ ਰੁੜ ਰਹੇ ਨੇ ਭੱਜ ਰਹੇ ਨੇ ਕੀ ਅਸੀਂ ਆਪਣੇ ਮੁਲਕਾਂ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਪੈਦਾ ਕਰਨੇ ਚਾਹੁੰਦੇ ਹਾਂ ਅੱਜ ਉੱਥੇ ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਜਿਹੜਾ ਲੋਕਤੰਤਰ ਆ ਵਿਖਾਵੇ ਦਾ ਲੋਕਤੰਤਰ ਆ ਪਰ ਮੈਂ ਸਮਝਦਾ ਸਾਡੇ ਕੋਲ ਤਬਦੀਲੀ ਦੀ ਅੱਜ ਵੀ ਇੱਕ ਸੰਭਾਵਨਾ ਪਿਛਲੇ ਸਮੇਂ ਪੰਜਾਬ ਦੇ ਲੋਕ ਬੜੇ ਜਾਗਰਕ ਨੇ ਵੇਖੋ ਆਮ ਆਦਮੀ ਪਾਰਟੀ ਦੇ 4 MP ਜਿੱਤੇ ਨਾ ਉਹਨਾਂ ਦੇ ਵਿੱਚ ਵਿਧਾਨ ਸਭਾ ਦੀਆਂ 30-32 ਜਿਹੜੀਆਂ ਸੀਟਾਂ ਉਹ ਵੀ ਤਾਂ ਉਹਨਾਂ ਜਿੱਤੀਆਂ ਨਾ ਸਟੇਟ ਨੇ ਕਿੰਨਾ ਜ਼ੋਰ ਲਾਇਆ ਬਾਏ ਹੁੱਕ ਐਂਡ ਕਰੁੱਕ ਸੀਟਾਂ ਜਿੱਤਣ ਲਈ ਪਰ ਇਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਉੱਥੇ ਅੱਗੇ ਆਈ ਨਾ ਹੁਣ ਵੀ ਅੱਗੇ ਆ ਰਹੇ ਨੇ ਸਾਡੇ ਕੋਲ ਤਬਦੀਲੀ ਦੀ ਸੰਭਾਵਨਾ ਵਾ ਸਾਡੇ ਕੋਲ ਇੰਨੀ ਕੁ ਤਾਕਤ ਹੈਗੀ ਆ ਕਿ ਅਸੀਂ ਤਬਦੀਲੀ ਲਿਆ ਸਕਦੇ ਹਾਂ ਸਾਨੂੰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੱਗੇ ਵਧਣ ਦੀ ਲੋੜ ਆ ਔਰ ਸਾਨੂੰ ਸਾਡੇ ਬੱਚਿਆਂ ਲਈ ਲੋਕਾਂ ਲਈ ਇੱਕ ਰਾਹ ਦਸੇਰੇ ਬਣਨ ਦੀ ਲੋੜ ਆ ਅਸੀਂ ਉਹ ਚੇਂਜ ਲਿਆ ਸਕਦੇ ਹਾਂ ਨਾ ਕਿ ਸਾਨੂੰ ਹੁਣ ਮੈਂ ਸਮਝਦਾ ਬੰਦੂਕਾਂ 'ਤੇ ਤਲਵਾਰਾਂ ਫੜਨ ਦੀ ਲੋੜ ਨਹੀਂ ਜਦੋਂ ਗੱਲ ਸਿਹਤ ਦੀ ਕੀਤੀ ਜਾਵੇ ਕਿ ਬੱਚਿਆਂ ਨੂੰ ਸਿਹਤ ਦੇਣੀ ਜ਼ਰੂਰੀ ਆ ਐਨਰਜੀ ਉਹਨਾਂ ਕੋਲ ਬਹੁਤ ਆ ਚੇਂਜ ਲਿਆ ਸਕਦੇ ਨੇ ਕੀ ਅਜਿਹੀਆਂ ਮੂਵੀਆਂ ਦੇ ਨਾਲ ਬੱਚਿਆਂ ਨੂੰ ਕੋਈ ਚੰਗੀ ਸਿਹਤ ਮਿਲ ਸਕਦੀ ਆ ਪਰਮਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਇਹਦੇ ਨਾਲ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਸੇਧ ਮਿਲ ਸਕਦੀ ਆ ਬਟ ਹਾਂ ਇਹਦੇ ਨਾਲ ਸਿਰਫ ਇਤਿਹਾਸ ਦੀ ਜਾਣਕਾਰੀ ਜ਼ਰੂਰ ਮਿਲ ਸਕਦੀ ਹੈ ਕਿ ਇਤਿਹਾਸ ਦੇ ਵਿੱਚ ਆਹ ਚੀਜ਼ ਜਿਹੜੀ ਆ ਉਹ ਇੱਦਾਂ ਵਾਪਰੀ ਸੀਗੀ ਉਸ ਚੀਜ਼ ਦੀ ਜਾਣਕਾਰੀ ਜ਼ਰੂਰ ਮਿਲ ਸਕਦੀ ਆ ਅਤੇ ਇੱਦਾਂ ਦੀਆਂ ਮੂਵੀਜ਼ ਸ਼ਾਇਦ ਸਿਰਫ ਇੱਕ ਜਾਣਕਾਰੀ ਦੇਣ ਲਈ ਹੀ ਬਣਾਈਆਂ ਜਾਂਦੀਆਂ ਆ ਇਸ ਤੋਂ ਪਹਿਲਾਂ ਵੀ ਕਈ ਮੂਵੀਆਂ ਬਣੀਆਂ ਆ ਜਿਹੜੀਆਂ ਸਿਰਫ ਜਾਣਕਾਰੀ ਦੇਣ ਲਈ ਬਣੀਆਂ ਸੀਗੀਆਂ ਔਰ ਸ਼ਾਇਦ ਉਹ ਸਕਸੈਸਫੁਲ ਵੀ ਨਹੀਂ ਹੋਈਆਂ ਕੋਈ ਉਹਨਾਂ ਦਾ ਨਾਮ ਵੀ ਇੰਨਾ ਜ਼ਿਆਦਾ ਕਿਸੇ ਅੱਗੇ ਨਹੀਂ ਆਇਆ ਸੋ ਸਿਰਫ ਅਤੇ ਸਿਰਫ ਅਸੀਂ ਕਹੀਏ ਕਿ ਹਰ ਇੱਕ ਮੂਵੀ ਤੋਂ ਤੁਹਾਨੂੰ ਕੋਈ ਮੈਸੇਜ ਜਾਂ ਕੋਈ ਪ੍ਰੇਰਣਾ ਮਿਲਦੀ ਹੋਵੇ ਉਹ ਨਹੀਂ ਹੁੰਦਾ ਕੈਨੇਡਾ ਦੇ ਸਾਰੇ ਥੀਏਟਰਾਂ ਦੇ ਵਿੱਚ ਕੱਲ੍ਹ ਨੂੰ ਇਹ ਮੂਵੀ ਰਿਲੀਜ਼ ਹੋ ਜਾਣੀ ਆ ਤਿੰਨਾਂ ਨੂੰ ਵਾਰ ਵਾਰ ਪੁੱਛਣਾ ਚਾਹੂੰਗਾ ਕਿ ਵਿਲ ਯੂ ਵਾਚ ਦੈਟ ਮੂਵੀ ਪਰਮਿੰਦਰ ਸਿੰਘ ਜੀ ਦਵਿੰਦਰ ਜੀ ਜੇ ਟਾਈਮ ਮਿਲਿਆ ਤਾਂ ਜ਼ਰੂਰ ਦੇਖਾਂਗੇ ਜੀ ਹਰਪ੍ਰੀਤ ਜੀ ਆਈ ਥਿੰਕ ਦਵਿੰਦਰ ਜੀ ਮੈਂ ਜ਼ਰੂਰ ਵੇਖੂੰਗਾ ਫਰੋਮ ਡਿਫਰੈਂਟ ਪੁਆਇੰਟ ਆਫ ਵਿਊ ਕਿ ਮੂਵੀ 'ਚ ਕੀ ਵਿਖਾਇਆ ਜਾ ਰਿਹਾ ਵਾ ਡਾਇਰੈਕਸ਼ਨ ਕਿੱਦਾਂ ਵਾ ਸਟੋਰੀ ਕੀ ਲਿਖੀ ਆ ਐਗਜੈਕਟਲੀ ਕਿਹੜਾ ਮੈਸੇਜ ਪਾਸ ਆਊਟ ਹੋ ਰਿਹਾ ਵਾ ਜਸਟ ਟੂ ਸਾਰਾ ਕੁਝ ਵੇਖਣ ਵਾਸਤੇ ਮੈਂ ਮੂਵੀ ਸ਼ਾਇਦ ਜ਼ਰੂਰ ਵੇਖੂੰਗਾ ਚੋਲਾ ਸਾਹਿਬ ਦੇਖੋ ਜੀ ਮੈਂ ਸਿਨੇਮੇ ਦਾ ਇੰਨਾ ਜ਼ਿਆਦਾ ਸ਼ੌਕੀਨ ਨਹੀਂ ਵੈਸੇ ਆ ਕਿ ਮੈਂ ਇਹ ਮੂਵੀ ਨੈੱਟ 'ਤੇ ਵੇਖਣੀ ਪਸੰਦ ਕਰੂੰਗਾ ਕਿਉਂਕਿ ਮੇਰਾ ਇਹ ਅਨੁਭਵ ਆ ਕਿ ਬਹੁਤ ਪੰਜਾਬੀ ਫਿਲਮਾਂ ਜਿਨ੍ਹਾਂ ਬਾਰੇ ਬੜਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾਂਦਾ ਕਿ 19 ਤਰੀਕ ਨੂੰ ਆ ਰਹੀ ਰਿਲੀਜ਼ ਹੋ ਰਹੀ ਆ ਉਹ ਵਿਖਾਇਆ ਜਾ ਰਿਹਾ ਮੈਨੂੰ ਹੁਣ ਤੱਕ ਪੰਜਾਬੀ ਫਿਲਮਾਂ ਸਿਨੇਮੇ 'ਚ ਜਾ ਕੇ ਵੇਖਦਿਆਂ ਨਿਰਾਸ਼ਾ ਹੀ ਪੱਲੇ ਪਈ ਆ ਔਰ ਮੈਂ
उस निराशा के रूबरू कदे भी नहीं होना चाहूँगा। सिर्फ मैनू चार साहबजादे फिल्म वेख के खुशी हुई जिहड़ी मैं अज भी वार वार वेखनी चाहूँगा। पर जे एंटरटेनमेंट की गल करिए चोला साहब तो काफ़ी मूव जी पंजाबी मूवी इंडस्ट्री ने काफ़ी तरक्की की ने जे एंटरटेनमेंट पॉइंट ऑफ व्यू ने वेखिए काफ़ी मूविया ने जिड़िया कि जिन्होंने लेवल पंजाबी मूवी इंडस्ट्री का उत्ते चक्या वा देखो हाँ आई मीन कि मैं उधर भी नहीं हम नवी फिल्म अंग्रेज सिंह आई आ बहुत सोहनी पुराना पंजाबी सभ्याचार इन्ने सोहने तरीके चित्रिया और सचमुच तुम अपने बच्चों दस सकते जे विखा सकते जे कि इंज भी पिंडां दे विच हुंदा सी असी आ कल्चर जीविया अहीं जां हुण इत्थे आ डिवेलप हो चुके हाँ किन्ने ओह प्यारे रिश्ते सी निक्के निक्के और किन्ने लोग एक दूजे दे कम आउंदे सी है ना एक सहचार सी पिंडां दे विच। चोला साहब आपां हर मूवी तो की कहिंदे आ इह नहीं कह सकदे ना कि हर एंटरटेनमेंट वास्ते जिहड़ा प्रोजेक्ट आ उह तो सानूं कोई सिख्या ही मिले आई मीन इह ते एंटरटेनमेंट वास्ते प्रोजेक्ट ने। हाँ जी जट एंड जूलियट बणी सी हाँ जी ओह आई सी कैरी ऑन जट्टा बनी सी ओ मूवीज ने काफी बड़ा टेस्ट दिया सीगा हालांकि कॉमेडी ते लोकां दे मनोरंजन लई मूवीयां बनियां सी जे कहीए उहनां तों सानूं कोई सेध मिलदी आ कोई सेध तां नहीं सी मिली पर दर्शकां ने वाहवा खट्टी सी ते पंजाबी सभ्याचार लई इक खुशी दी गल भी सी क्योंकि जदों इहो जिहियां क्लीन मूवीयां बणन गईआं ते लोकी देखणगे ਤਾਂ ਇੱਕ ਪੰਜਾਬੀ ਬੋਲੀ ਪੰਜਾਬੀ ਕਲਚਰ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਐਟਲੀਸਟ ਸਾਡੀ ਬੋਲੀ ਦਵਿੰਦਰ ਜੀ ਜ਼ਰੂਰ ਪ੍ਰਮੋਟ ਹੁੰਦੀ ਆ ਐਗਜ਼ੈਕਟਲੀ ਦੂਜੇ ਪਾਸੇ ਜਦੋਂ ਇਹੋ ਜਿਹੀਆਂ ਮੂਵੀਆਂ ਜਿਹੜੀ ਹੁਣ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ ਮਾਸਟਰ ਮਾਈਂਡ ਜਿੰਦਾ ਸੁੱਖਾ ਦੀ ਗੱਲ ਕੀਤੀ ਜਾਵੇ ਜਦੋਂ ਵਿਵਾਦਾਂ ਦੇ ਵਿੱਚ ਫਸ ਜਾਂਦੇ ਆ ਕਿਤੇ ਨਾ ਕਿਤੇ ਸਿੱਖਾਂ ਨੂੰ ਵੀ ਅਤੇ ਦੂਜੇ ਫਿਰਕੂਆਂ ਨੂੰ ਵੀ ਇੱਕ ਗੱਲ ਜ਼ਰੂਰ ਧੱਕਾ ਲੱਗਦਾ ਕਿ ਅਸੀਂ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਸਟੈਪ ਅੱਗੇ ਲੈਂਦੇ ਹਾਂ ਦੋ ਸਟੈਪ ਪਿੱਛੇ ਚਲੇ ਜਾਂਦੇ ਹਾਂ ਉਹਨਾਂ ਸਟੈਪਸ ਨੂੰ ਰੋਕਣ ਦੀ ਲੋੜ ਆ ਜੇ ਅਸੀਂ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਉਹ ਫਿਰਕੂ ਭਾਵਨਾਵਾਂ ਪਹਿਲਾਂ ਪਿਆ ਹੋਈਆਂ ਸੀ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਤਾਂ ਆਈ ਥਿੰਕ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਉਹਨਾਂ ਨੂੰ ਵੀ ਇੱਕ ਸੇਧ ਜ਼ਰੂਰ ਦੱਸਣੀ ਚਾਹੀਦੀ ਆ ਨੈਚੁਰਲੀ ਦੱਸਦੇ ਤਾਂ ਜ਼ਰੂਰ ਨੇ ਦਰਸ਼ਕ ਜੇ ਮੂਵੀ ਜ਼ਿਆਦਾ ਬਿਜ਼ਨਸ ਨਹੀਂ ਕਰਦੀ ਤਾਂ ਪ੍ਰੋਡਿਊਸਰ ਦੁਆਰਾ ਮੂਵੀ ਨਹੀਂ ਬਣਾਉਂਦੇ ਪਰ ਮੇਰਾ ਕਹਿਣ ਦਾ ਮਤਲਬ ਆ ਬਿਫੋਰ ਵੀ ਗੋ ਇਨ ਟੂ ਦੈਟ ਆਈ ਥਿੰਕ ਸੈਂਸਰ ਬੋਰਡ ਦਾ ਵੀ ਫਰਜ਼ ਬਣਦਾ ਸੈਂਸਰ ਬੋਰਡ ਨੂੰ ਚਾਹੀਦਾ ਕਿ ਇਸ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਾਂ ਅਸੀਂ ਇੱਕ ਮਨਿਓਰਟੀਜ਼ ਦੇ ਨਾਲ ਧੱਕਾ ਨਾ ਕਰੀਏ ਜੇ ਗੱਲ ਬਣਦੀ ਆ ਤਾਂ ਉਹ ਦਰਸ਼ਕਾਂ ਨਾਲ ਪ੍ਰੋਡਿਊਸਰਸ ਅਤੇ ਡਾਇਰੈਕਟਰ ਨਾਲ ਫਿਲਮ ਦੇ ਵਿਵਾਦ ਤੋਂ ਵਿੱਚ ਆਉਣ ਤੋਂ ਪਹਿਲਾਂ ਗੱਲ ਕਰੇ ਜਿਹੜੇ ਸੀਨ ਜਾਂ ਕੱਢਣੇ ਨੇ ਉਹ ਸੀਨ ਜ਼ਰੂਰੀ ਨਹੀਂ ਵੀ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਨਿਕਲਣੇ ਨੇ ਇਹ ਗੱਲ ਬਿਹਾਈਂਡ ਦ ਕਰਟਨਸ ਵੀ ਹੋ ਸਕਦੀ ਆ ਕਈ ਵਾਰ ਮੂਵੀ ਦਾ ਸੀਨ ਦਵਿੰਦਰ ਜੀ ਰੀਸ਼ੂਟ ਵੀ ਕਰ ਲਏ ਜਾਂਦੇ ਨੇ ਫੋਰ ਪੀਪਲ ਨੋ ਕਿ ਸਿੱਖ ਕਹਿਣ ਸਾਡੇ ਨਾਲ ਧੱਕਾ ਹੋ ਰਿਹਾ ਹਿੰਦੂ ਕਹਿਣ ਸਾਡੇ ਨਾਲ ਧੱਕਾ ਹੋ ਰਿਹਾ ਆਈ ਥਿੰਕ ਦੇ ਕੈਨ ਡੂ ਇਨ ਦੇਅਰ ਓਨ ਆਫਿਸ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਉਹਨਾਂ ਦਾ ਫਰਜ਼ ਆ ਪ੍ਰੋਡਿਊਸਰ ਡਾਇਰੈਕਟਰ ਦਾ ਵੀ ਤੇ ਦੂਜੇ ਪਾਸੇ ਸੈਂਸਰ ਬੋਰਡ ਦਾ ਵੀ ਉਸ ਫਰਜ਼ ਦੇ ਨਾਲ ਇੱਕ ਵਧੀਆ ਚਿੱਤਰਕਾਰੀ ਦਰਸ਼ਕਾਂ ਸਾਹਮਣੇ ਪੇਸ਼ ਕਰਨੀ ਚਾਹੀਦੀ ਆ ਜੇ ਉਹ ਦਰਸ਼ਕਾਂ ਨੂੰ ਚੰਗੀ ਲੱਗੀ ਤਾਂ ਮੂਵੀ ਗੁੱਡ ਬਿਜ਼ਨਸ ਕਰੂਗੀ ਨਹੀਂ ਤਾਂ ਫਿਰ ਹਰੇਕ ਬਿਜ਼ਨਸ ਦੇ ਵਿੱਚ ਹਰੇਕ ਜਿਹੜੇ ਬਿਜ਼ਨਸ ਵਾਲੇ ਪੈਸਾ ਲਾਉਂਦੇ ਨੇ ਉਹ ਜ਼ਿੰਮੇਵਾਰ ਹੁੰਦੇ ਨੇ। ਦੋਸਤੋ ਟਾਈਮ ਕਾਫੀ ਹੋ ਚੁੱਕਿਆ ਹੁਣ ਸਾਨੂੰ ਤੁਹਾਡੇ ਤੋਂ ਬ੍ਰੇਕ ਲੈਣੀ ਪੈਣੀ ਆ ਪਰ ਬ੍ਰੇਕ ਲੈਣ ਤੋਂ ਪਹਿਲਾਂ ਇੱਕ ਬੇਨਤੀ ਫਿਰ ਪ੍ਰੂਵ ਕਰੂੰਗਾ ਕਿ ਸਾਡਾ ਇਹ ਅੱਜ ਦੇ ਪ੍ਰੋਗਰਾਮ ਦਾ ਮੰਤਵ ਇਹ ਨਹੀਂ ਸੀ ਕਿ ਅਸੀਂ ਮੂਵੀ ਦੇ ਅਨੁਸਾਰ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਈਏ। ਹੋ ਸਕਦਾ ਆਪਣੇ ਵਿਚਾਰ ਇੱਕ ਦੂਜੇ ਨਾਲ ਅਸੀਂ ਸਹਿਮਤ ਨਹੀਂ ਹੁੰਦੇ ਪਰ ਇੰਨਾ ਜ਼ਰੂਰ ਆ ਕਿ ਜਦੋਂ ਡਿਫਰੈਂਟ ਡਿਫਰੈਂਟ ਵਿਚਾਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਜ਼ਰੂਰ ਹੁੰਦੀ ਆ ਕਿ ਸਾਨੂੰ ਇੱਕ ਜਾਂ ਇੱਕ ਮੰਚ 'ਤੇ ਇੱਕ ਗੱਲ ਕਰਨ ਦਾ ਮੌਕਾ ਜ਼ਰੂਰ ਮਿਲ ਜਾਂਦਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕੋਸ਼ਿਸ਼ ਕਾਫੀ ਚੰਗੀ ਲੱਗੀ ਹੋਊਗੀ। ਇਸ ਪ੍ਰੋਗਰਾਮ ਸੰਬੰਧੀ ਤੁਸੀਂ ਆਪਣੇ ਵਿਚਾਰ ਅਤੇ ਸੁਝਾਅ ਜ਼ਰੂਰ ਦਿਆ ਕਰੋ। ਵਿਚਾਰ ਅਤੇ ਸੁਝਾਅ ਦੇਣ ਲਈ ਹੇਠਾਂ ਲਿਖਿਆ ਫੋਨ ਨੰਬਰ ਜਾਂ ਈਮੇਲ ਐਡਰੈਸ 'ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇਹਨਾਂ ਵਿਚਾਰਾਂ ਦੀ ਸਾਨੂੰ ਹਮੇਸ਼ਾ ਹੀ ਇੰਤਜ਼ਾਰ ਲੱਗਿਆ ਰਹਿੰਦਾ ਕਿਉਂਕਿ ਵਿਚਾਰਾਂ ਦੇ ਨਾਲ ਹੀ ਪ੍ਰੋਗਰਾਮ ਨੂੰ ਚੰਗਾ ਬਣਾਉਣ ਦੇ ਵਿੱਚ ਬਹੁਤ ਮਦਦ ਮਿਲਦੀ ਆ। ਅਖੀਰ ਦੇ ਵਿੱਚ ਚੋਲਾ ਸਾਹਿਬ, ਰੰਧਾਵਾ ਸਾਹਿਬ ਅਤੇ ਪਰਮਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਥੈਂਕ ਯੂ ਵੈਰੀ ਮੱਚ।